ਐਸੀ ਕੀ ਵਜ੍ਹਾ ਬਣ ਗਈ ਕਿ ਤੁਹਾਨੂੰ ਇੱਕਦਮ ਆਮ ਆਦਮੀ ਪਾਰਟੀ ਚੂਜ਼ ਕਰਨੀ ਪੈ ਗਈ? ਬੜੀ ਤੰਗ ਹੋ ਕੇ ਪਾਰਟੀ ਛੱਡੀ ਹੈ। ਤੁਹਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਤੁਹਾਨੂੰ ਟਿਕਟ ਚਾਹੀਦੀ। ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਕੋਈ ਬੈਠਾ ਹੋਵੇ ਤੁਹਾਡੀ ਉਹਦੇ ਨਾਲ ਬਣਦੀ ਨਹੀਂ। ਜਦੋਂ ਮੈਂ MC ਜਿੱਤਿਆ ਬਿੱਟੂ, ਉਦੋਂ ਜਿਹਨੇ ਪਰਚੀਆਂ ਬਿੱਟੂ ਵੀ ਕੱਢਦਾ ਰਿਹਾ, ਚੰਗੀ ਮਿੱਤਰਤਾ ਰਹੀ। ਹੁਣ ਹੈਗੀ ਆ, ਹੁਣ ਘੱਟ ਹੈ। ਜੇ ਤੁਹਾਨੂੰ ਸਾਹਮਣੇ ਮਿਲਦੇ ਹੈਂਡਸ਼ੇਕ ਕਰ ਲੈਂਦੇ, ਅਤੇ ਜੇ ਚੰਨੀ ਮਿਲ ਜਾਣ ਤਾਂ ਹੈਂਡਸ਼ੇਕ ਕਰੋਗੇ? ਚੰਨੀ ਨਾਲ ਨਹੀਂ ਮੈਂ ਹੈਂਡਸ਼ੇਕ ਕਰ। ਅਤੇ ਚੰਨੀ ਦੇ ਭਰਾ ਨਾਲ? ਕਿਸੇ ਨਾਲ ਨਹੀਂ। ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਿੱਡੀ ਵੱਡੀ ਗੱਲ ਸੀ? ਬਹੁਤ ਵੱਡੀ ਬਲੰਡਰ ਮਿਸਟੇਕ ਸੀਗੀ। ਤੁਸੀਂ ਵੇਰਕਾ ਬੂਥ ਪਲਾਂਟ ਦਾ ਬਹੁਤ ਜ਼ਿਕਰ ਕੀਤਾ। ਜਿਸ ਦਿਨ ਉਸਦੀ ਇਨੌਗਰੇਸ਼ਨ ਸੀ, ਉਸ ਦਿਨ ਤੁਹਾਡੇ ਫਾਦਰ ਸਾਹਿਬ ਦਾ ਦੇਹਾਂਤ ਹੋਇਆ। ਮੈਨੂੰ ਯਾਦ ਵੀ ਹੁੰਦੀ ਆਇਆ ਵੀ ਬੜੇ ਬੜੇ ਬੜਾ ਭਾਵੁਕ ਪਲ ਹੁੰਦੇ ਆ, ਉਸਨੂੰ ਯਾਦ ਕਰਨਾ। ਕਹਿੰਦੇ ਨੇ ਕਿ ਕਈ ਵਾਰ ਛੋਟੀ ਜਿਹੀ ਚੰਗਿਆੜੀ ਬਹੁਤ ਹੁੰਦੀ ਹੈ ਕੋਈ ਵੱਡਾ ਭਾਂਬੜ ਮਚਾਉਣ ਦੇ ਲਈ। ਕਹਿੰਦੇ ਨੇ ਕਿ ਕਈ ਵਾਰ ਇੱਕ ਵਾਰੀ ਜੇਕਰ ਕੋਈ ਇੱਕ ਪਾਸੇ ਨੂੰ ਇੱਕ ਸ਼ਖਸ ਚਲਿਆ ਜਾਵੇ ਤਾਂ ਉਸ ਵਾਲੇ ਪਾਸੇ ਨੂੰ ਫਿਰ ਦੁਨੀਆ ਤੁਰ ਪੈਂਦੀ ਹੈ। ਸਤਿ ਸ਼੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ, ਅਤੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਸਾਡਾ ਸਪੈਸ਼ਲ ਸ਼ੋਅ ਨਿਊਜ਼ ਰੂਮ ਕਟਹਿਰਾ ਲੈ ਕੇ। ਜੋ ਮੈਂ ਸ਼ੁਰੂਆਤ ਦੇ ਵਿੱਚ ਗੱਲਾਂ ਕਹੀਆਂ ਉਹ ਇਸ ਕਰਕੇ ਨੇ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਆਗੂਆਂ ਨੇ ਆਪਣੀਆਂ ਪਾਰਟੀਆਂ ਬਦਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ। ਪਰ ਇਹ ਸ਼ੁਰੂਆਤ ਹੁੰਦੀ ਹੈ ਫਤਿਹਗੜ੍ਹ ਸਾਹਿਬ ਤੋਂ, ਜਿੱਥੋਂ ਕਾਂਗਰਸ ਦਾ ਇੱਕ ਕੱਦਾਵਰ ਆਗੂ ਆਮ ਆਦਮੀ ਪਾਰਟੀ ਦੇ ਵਿੱਚ ਚਲਿਆ ਜਾਂਦਾ ਹੈ। ਤਾਂ ਕਿ ਉਹੀ ਇੱਕ ਚੰਗਿਆੜੀ ਸੀ ਪਾਰਟੀ, ਇੱਕ ਪਾਰਟੀ ਤੋਂ ਦੂਜੀ ਪਾਰਟੀ ਪਾਸੇ ਜਾਣ ਵਾਲੀ ਗੱਲ ਦੀ। ਅੱਜ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਫਤਿਹਗੜ੍ਹ ਸਾਹਿਬ ਦਾ ਮੈਂ ਜ਼ਿਕਰ ਆਲਰੇਡੀ ਕਰ ਚੁੱਕਿਆ ਹਾਂ, ਤਾਂ ਇਸ ਕਰਕੇ ਤੁਸੀਂ ਥੋੜ੍ਹਾ ਸਮਝੇ ਹੋਵੋਗੇ ਕਿ ਅਸੀਂ ਅੱਜ ਜ਼ਿਕਰ ਕਰਾਂਗੇ, ਗੱਲਬਾਤ ਕਰਾਂਗੇ। ਸਾਡੇ ਖਾਸ ਮਹਿਮਾਨ ਹੋਣਗੇ ਫਤਿਹਗੜ੍ਹ ਸਾਹਿਬ ਦੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ GP। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਨਿਊਜ਼ ਰੂਮ ਦੇ ਵਿੱਚ ਜ਼ੋਰਦਾਰ ਤਾੜੀਆਂ ਦੇ ਨਾਲ। ਗੁਰਪ੍ਰੀਤ ਸਿੰਘ GP ਜੀ, ਵੈਲਕਮ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਦੇ ਵਿੱਚ। ਮੇਰੇ ਸਹਿਯੋਗੀ ਵਿਜੇਪਾਲ ਬਰਾੜ ਸਾਡੇ ਨਾਲ ਹੋਣਗੇ। ਅਸੀਂ ਬਹੁਤ ਸਾਰੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰਾਂਗੇ, ਅਤੇ ਇਸ ਵਿਚਾਲੇ ਸਾਡੇ ਨਾਲ ਸਾਡੇ ਸਹਿਯੋਗੀ ਨਿਊਜ਼ ਰੂਮ ਦੇ ਵਿੱਚ ਮੌਜੂਦ ਨੇ, ਸਾਰੇ ਜਰਨਲਿਸਟ ਨੇ, ਤਾਂ ਇਸ ਕਰਕੇ ਉਹਨਾਂ ਤੋਂ ਵੀ ਅਸੀਂ ਸਵਾਲ ਲੈਣ ਦੀ ਕੋਸ਼ਿਸ਼ ਕਰਾਂਗੇ। ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਨਿਊਜ਼ 18 ਪੰਜਾਬ ਦੇ ਉੱਤੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਕੈਂਪੇਨ ਇਸ ਸਮੇਂ ਭਖੀ ਹੋਈ ਹੈ, ਤੁਸੀਂ ਸਮਾਂ ਕੱਢਿਆ ਔਰ ਸਿੱਧਾ ਕਟਹਿਰੇ 'ਚ ਪਹੁੰਚ ਕੇ। ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਹਨੇ ਮੈਨੂੰ ਬੁਲਾਇਆ। ਚਲੋ ਮੈਂ ਸ਼ੁਰੂਆਤ ਕਰਦਾ ਕਿਉਂਕਿ ਸਵਾਲ ਜਵਾਬ ਬਹੁਤ ਸਾਰੇ ਹੋਣਗੇ। ਪਹਿਲਾ ਸਵਾਲ ਇਹ ਹੈ, ਕੰਫਰਟਨੈਸ ਹੈ ਪਾਰਟੀ ਬਦਲ ਕੇ ਇੱਕ ਨਵੀਂ ਪਾਰਟੀ ਦੇ ਵਿੱਚ? ਇਲੈਕਸ਼ਨ ਕੈਂਪੇਨ ਤੁਸੀਂ ਬਤੌਰ ਕਾਂਗਰਸੀ ਉਮੀਦਵਾਰ ਕੀਤੀ ਹੈ, ਕਿਉਂਕਿ ਤੁਹਾਨੂੰ ਪਤਾ ਹੈ ਕਿ ਸਭ ਤੋਂ ਵੱਧ ਸਵਾਲ ਇਹੀ ਹੋਣੇ ਨੇ, ਤਾਂ ਮੈਂ ਸ਼ੁਰੂਆਤ ਉੱਥੇ ਹੀ ਕਰ ਰਿਹਾ ਕਿ ਇੱਕ ਕੰਫਰਟਨੈਸ ਹੁੰਦੀ ਹੈ, ਇੱਕ ਕੰਫਰਟ ਜ਼ੋਨ ਹੁੰਦਾ ਕਿ ਉੱਥੇ ਪਹੁੰਚ ਗਏ ਨੇ ਗੁਰਪ੍ਰੀਤ GP ਆਮ ਆਦਮੀ ਪਾਰਟੀ 'ਚ ਆ ਕੇ? ਮੈਂ ਬਹੁਤ ਕੰਫਰਟ ਮਹਿਸੂਸ ਕਰ ਰਿਹਾ ਕਿਉਂਕਿ ਸਾਡੇ ਬਹੁਤ ਹੀ ਵਧੀਆ ਮੁੱਖ ਮੰਤਰੀ ਭਗਵੰਤ ਮਾਨ ਜੀ, ਜਿਹੜੇ ਅੱਜ ਪੰਜਾਬ 2 ਸਾਲ ਗੌਰਮੈਂਟ ਨੂੰ ਬਣੇ ਹੋਏ, 2 ਸਾਲ ਦੇ ਜੋ ਕੰਮ ਵੇਖ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਬਾਕੀ ਮੈਂ ਸਕੂਨ ਮਹਿਸੂਸ ਕਰਦਾ, ਕੰਫਰਟੇਬਲ ਮਹਿਸੂਸ ਕਰ ਰਿਹਾ। ਗੁਰਪ੍ਰੀਤ ਜੀ, ਜਦੋਂ ਕਿਉਂਕਿ ਅੱਜ ਕੱਲ ਸਭ ਤੋਂ ਜ਼ਿਆਦਾ ਚਰਚਾ ਜੇ ਹੋ ਰਹੀ ਹੈ ਤਾਂ ਉਹ ਜਿਹੜੇ ਲੀਡਰ ਇੱਕ ਪਾਰਟੀ ਛੱਡ ਕੇ ਦੂਜੀ 'ਚ ਆ ਰਹੇ ਆ ਉਹਦੀ ਸਭ ਤੋਂ ਜ਼ਿਆਦਾ ਹੋ ਰਹੀ ਹੈ। ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਆਏ, ਸਭ ਤੋਂ ਪਹਿਲਾਂ ਜਿਸ ਵੇਲੇ ਤੁਸੀਂ ਆਏ ਉਸ ਵੇਲੇ ਬੜੀ ਹੈਰਾਨੀ ਨਾਲ ਇਹ ਦੇਖਿਆ ਗਿਆ ਕਿ ਕਾਂਗਰਸ ਦੇ ਪੁਰਾਣੇ ਬੰਦੇ ਹੋ ਕੇ ਇੱਕਦਮ ਆਮ ਆਦਮੀ ਪਾਰਟੀ 'ਚ ਜਾਣ ਦਾ ਫੈਸਲਾ ਕਿਵੇਂ ਲੈ ਲਿਆ? ਹਾਲਾਂਕਿ ਆਪਣੀ ਵੀ ਥੋੜ੍ਹੀ ਬਹੁਤ ਗੱਲਬਾਤ ਹੋਈ, ਪਰ ਕਈ ਵਾਰੀ ਡਿਟੇਲ 'ਚ ਚੀਜ਼ਾਂ ਨਹੀਂ ਪਤਾ ਹੁੰਦੀਆਂ। ਸੋ
ਇੱਕ ਤੁਹਾਡੀ ਪੁਰਾਣੀ ਪਾਰਟੀ ਜਿੱਥੋਂ ਤੁਸੀਂ MLA ਬਣੇ, ਉਹ ਇੱਕ ਇਲਾਕੇ ਦੀ ਨੁਮਾਇੰਦਗੀ ਕੀਤੀ, ਐਸੀ ਕੀ ਵਜ੍ਹਾ ਬਣ ਗਈ ਕਿ ਤੁਹਾਨੂੰ ਇੱਕਦਮ ਆਮ ਆਦਮੀ ਪਾਰਟੀ ਚੂਜ਼ ਕਰਨੀ ਪੈ ਗਈ? ਔਰ ਦੂਜੀ ਗੱਲ, ਜੇ ਮੈਂ ਗਲਤ ਨਹੀਂ ਤਾਂ ਉੱਥੋਂ ਵੀ ਬਹੁਤ ਚਰਚਾ ਸੀ ਕਾਂਗਰਸ ਪਾਰਟੀ ਤੋਂ ਵੀ ਤੁਹਾਨੂੰ ਟਿਕਟ ਮਿਲਣ ਦੀ, ਟਿਕਟ ਲਗਭਗ ਕਹਿੰਦੇ ਉੱਥੇ ਵੀ ਤੈਅ ਸੀ, ਕੀ ਇਹ ਸਹੀ ਹੈ? ਇਹ ਬਿਲਕੁਲ ਸਹੀ ਗੱਲ ਹੈ, ਕਿਉਂਕਿ ਕਾਂਗਰਸ ਪਾਰਟੀ 'ਚ ਜਿਹੜੀ ਡਿਸਪਲਿਨ ਦੀ ਕਮੀ ਹੈ, ਅਨੁਸ਼ਾਸਨ ਦੀ ਬਹੁਤ ਕਮੀ ਸੀ। ਮੈਂ 22 ਚੋਣ ਲੜਿਆ, ਇਹ ਸਾਡੇ ਮੁੱਖ ਮੰਤਰੀ ਸਾਹਿਬ ਸੀ ਚੰਨੀ ਜੀ, ਉਹਨਾਂ ਨੇ ਆਪਣਾ ਭਰਾ ਮੇਰੇ ਅੰਗੇਜ਼ ਖੜਾ ਕੀਤਾ, ਅਤੇ ਇਵੇਂ ਹੀ ਹੈ ਪੂਰੀ ਪੰਜਾਬ 'ਚ ਇਹੀ ਮਾਹੌਲ ਬਣ ਚੁੱਕਾ ਵੀ ਜੋ ਕਾਂਗਰਸ ਨੂੰ ਟਿਕਟ ਦਿੰਦੇ ਵੀ ਹੈ ਲੇਕਿਨ ਹਰਾਉਣ 'ਚ ਵੀ ਮਗਰੀ ਲੱਗ ਜਾਂਦੇ ਨੇ, ਅਤੇ ਇਵੇਂ ਹੀ ਮੇਰੇ ਨਾਲ ਹੋਇਆ। ਅਤੇ ਮੈਂ ਅੱਜ ਜਿਹੜੀ ਕਾਂਗਰਸ ਪਾਰਟੀ ਛੱਡੀ ਹੈ, ਬੜੀ ਤੰਗ ਹੋ ਕੇ ਪਾਰਟੀ ਛੱਡੀ ਹੈ, ਕਿਉਂਕਿ ਮੁੱਖ ਮੰਤਰੀ ਸਾਹਿਬ ਨਾਲ ਮੇਰੇ ਪੁਰਾਣੇ ਰਿਲੇਸ਼ਨ ਸੀ, ਅਸੀਂ ਪੀਪਲ ਪਾਰਟੀ ਦੀਆਂ ਚੋਣਾਂ ਵੀ ਇਕੱਠੀਆਂ ਲੜੀਆਂ, ਪਰ ਵਾਕਈ ਬਹੁਤ ਵਧੀਆ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਹੈ, ਮੇਰਾ ਜੀ ਕਰਦਾ ਉਹਦੇ ਨਾਲ ਕੰਮ ਕਰਨ। ਚਲੋ ਮੈਂ ਅਗਲੇ ਸਵਾਲ ਦੇ ਉੱਤੇ ਜਾਵਾਂਗਾ, ਪਰ ਬਹੁਤ ਸਾਰੀਆਂ ਚੀਜ਼ਾਂ ਮੈਂ ਤੁਹਾਡੇ ਬਾਰੇ ਨੋਟ ਕਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੇ ਤੁਹਾਡੇ ਸਟਾਈਲ ਨੂੰ ਅਸੀਂ ਦੇਖੀਏ ਜਾਂ ਸਟਾਈਲ ਦਾ ਜਦੋਂ ਚਰਚਾ ਹੁੰਦੀ ਹੈ ਤਾਂ ਸਟਾਈਲ ਹੈ ਗੁਰਪ੍ਰੀਤ ਜੀਪੀ ਦਾ ਹੱਥ ਜੋੜ ਕੇ ਲੋਕਾਂ ਨਾਲ ਮਿਲਣਾ, ਹੱਥ ਜੋੜ ਕੇ ਵੋਟਾਂ ਲੈਣੀਆਂ, ਮੰਗਣੀਆਂ। ਅੱਛਾ, ਤੁਹਾਡੀ ਸਟਰੈਂਥ ਹੈ ਕਹਿੰਦੇ ਬਹੁਤ ਪਿਆਰ ਦੇ ਨਾਲ ਤੁਸੀਂ ਲੋਕਾਂ ਨੂੰ ਮਿਲਦੇ ਹੋ ਔਰ ਬੜੀ ਪੋਲਾਈਟ ਗੱਲ ਕਰਦੇ ਹੋ, ਤੁਹਾਡੀ ਸਟਰੈਂਥ ਹੈ, ਸਾਡੇ ਨਾਲ ਵੀ ਬੜੀ ਪੋਲਾਈਟ ਕਰਦੇ। ਫਿਰ ਕਹਿੰਦੇ ਤੁਹਾਡੀ ਵੀਕਨੈਸ ਵੀ ਇਹੀ ਹੈ ਕਿ ਤੁਸੀਂ ਬਹੁਤ ਪਿਆਰ ਨਾਲ ਮਿਲਦੇ ਹੋ ਅਤੇ ਬਹੁਤ ਪੋਲਾਈਟ ਗੱਲ ਕਰਦੇ ਹੋ, ਅਤੇ ਇਸ ਦੇ ਨਾਲ ਨਾਲ ਤੁਹਾਡੇ ਉੱਤੇ ਇਲਜ਼ਾਮ ਇਹ ਲੱਗਦੇ ਆ ਕਿ ਤੁਸੀਂ ਟਿਕਟ ਦੇ ਬਹੁਤ ਲਾਲਚੀ ਹੋ, ਤੁਹਾਡੇ ਉੱਤੇ ਇਲਜ਼ਾਮ ਇਹ ਵੀ ਹੈ ਕਿ ਤੁਹਾਡੀ ਜਦੋਂ ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਕੋਈ ਬੈਠਾ ਹੋਵੇ ਤੁਹਾਡੀ ਉਹਦੇ ਨਾਲ ਬਣਦੀ ਨਹੀਂ। ਮੈਂ ਚਰਨਜੀਤ ਸਿੰਘ ਚੰਨੀ ਦਾ ਜ਼ਿਕਰ ਕਰ ਰਿਹਾ, ਮੈਂ ਸਵਾਲਾਂ ਦਾ, ਕਿਉਂਕਿ ਇਹ ਸਾਰੇ ਇਲਜ਼ਾਮ ਅੱਗੇ ਤੁਹਾਡੇ ਤੱਕ ਲੈ ਕੇ ਆਵਾਂਗੇ, ਤੁਹਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਸੀ ਉਹ ਵੀ ਲਿਖਣ ਦੀ ਕੋਸ਼ਿਸ਼ ਕੀਤੀ, ਤਾਂ ਉਹਦੇ ਵਿੱਚ ਕੀ ਹੈ ਕਿ ਤੁਸੀਂ ਹੁਣ ਕਾਂਗਰਸੀ ਜਿਹੜੇ ਤੁਹਾਡੇ ਨਾਲ ਕਾਂਗਰਸ ਦੇ ਅੰਦਰ ਸੀ ਉਹਨਾਂ ਨੂੰ ਕਿਵੇਂ ਲੈ ਕੇ ਚੱਲੋਗੇ? ਤੁਹਾਡੇ ਸਾਹਮਣੇ ਚੁਣੌਤੀ ਕੀ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਵਿਧਾਇਕ ਨੇ ਤੁਹਾਡੀ ਲੋਕ ਸਭਾ ਸੀਟ ਦੇ ਉੱਤੇ, ਹੁਣ ਉਹ ਤੁਹਾਡੇ ਨਾਲ ਕਿਵੇਂ ਆਉਣਗੇ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ? ਬਾਗੀ, ਨਾਰਾਜ਼ਗੀ, ਸਭ ਕੁਝ ਹੁੰਦਾ, ਪਰ ਮੇਰਾ ਸਵਾਲ ਇਹ ਹੈ ਕਿ ਜਿਹੜਾ ਮੈਂ ਟਿਕਟ ਨੂੰ ਲੈ ਕੇ ਉਹ ਪੁੱਛ ਰਹੇ ਨੇ, ਟਿਕਟ ਦਿਮਾਗ 'ਚ ਹੈ, ਹਮੇਸ਼ਾ ਹੁੰਦੀ ਹੈ ਗੁਰਪ੍ਰੀਤ ਜੀਪੀ ਦੇ, ਤੁਹਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਤੁਹਾਨੂੰ ਟਿਕਟ ਚਾਹੀਦੀ ਹੈ? ਬਿਲਕੁਲ ਇੱਦਾਂ ਦੀ ਕੋਈ ਗੱਲ ਨਹੀਂ ਸੀਗੀ, ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਵੀ ਪੰਜਾਬ ਦਾ ਜੋ ਬੈਟਰ ਸਾਡੇ ਭਗਵੰਤ ਮਾਨ ਜੀ ਕਰ ਰਹੇ ਆ, ਅਤੇ ਇੱਕ ਦਿਨ ਮੈਂ ਤੁਹਾਨੂੰ ਦੱਸਾਂ, ਮੈਂ ਰੈਲੀ 'ਚ ਗਿਆ, ਜਿਵੇਂ ਖੜਕੇ ਸਾਡੇ ਖੜਕੇ ਸਾਹਿਬ ਆਏ ਸੀ ਇੱਥੇ ਜਿਹੜੇ ਪ੍ਰਧਾਨ ਸੀਗੇ ਕਾਂਗਰਸ ਦੇ, ਠੀਕ ਹੈ, ਮੈਂ ਉਦੋਂ ਰੈਲੀ 'ਚ 35 ਬੱਸਾਂ ਲੈ ਕੇ ਗਿਆ ਭਰ ਕੇ, ਅਤੇ ਇੱਕ ਬੱਸ ਮੈਂ ਆਪ ਚਲਾਈ, ਮੈਂ ਇੱਕ ਬੱਸ ਆਪ ਚਲਾਈ ਅਤੇ 35-36 ਸਵਾਰੀਆਂ ਸੀਗੀਆਂ, ਅਤੇ ਜਦੋਂ ਮੈਂ ਵੇਟ ਕਰਦਾ ਸੀ ਉਹਨਾਂ ਦੇ ਪਿਛਲੀਆਂ ਬੱਸਾਂ ਦੀ, ਕਿ ਮੇਰੀ ਬੱਸ ਅੱਗੇ ਸੀ ਸਭ ਤੋਂ, ਅਤੇ ਵੇਟ ਕਰਦਾ ਜੀ, ਮੈਂ ਉਹਨਾਂ ਗੱਪਸ਼ਪ ਮਾਰਨੀ ਸ਼ੁਰੂ ਕਰਤੀ, ਮੈਂ ਕਿਹਾ ਯਾਰ ਤੁਸੀਂ ਇਹ ਦੱਸੋ ਵੀ ਤੁਸੀਂ ਜਿਹੜਾ ਤੁਹਾਡਾ ਬਿੱਲ ਹੈ, ਬਿੱਲ ਕਿੰਨਿਆਂ ਦਾ ਜੀਰੋ ਆ ਰਿਹਾ? ਤਾਂ ਉਹਨਾਂ ਨੇ ਸਾਰਿਆਂ ਨੇ ਬੱਸ ਦੇ ਵਿੱਚ ਹੱਥ ਖੜਾ ਕਰਤਾ ਵੀ ਸਾਡਾ ਵੀ ਜੀਰੋ ਹੈ, ਸਾਡਾ ਵੀ ਜੀਰੋ, ਸਾਡਾ ਵੀ ਜੀਰੋ। ਸਾਰੇ ਕਾਂਗਰਸੀ ਬੈਠੇ ਸੀ, ਤੁਸੀਂ ਪੁੱਛਿਆ ਕਿ ਬਿੱਲ ਜ਼ੀਰੋ ਹੋ ਗਿਆ, ਸਾਰੇ ਕਾਂਗਰਸੀ ਕਹਿੰਦੇ ਹਾਂ ਸਾਡਾ ਬਿੱਲ ਜ਼ੀਰੋ। ਕਾਂਗਰਸ ਨਹੀਂ, ਕਾਂਗਰਸੀ ਚਲੋ ਪਹਿਲਾਂ ਸੀਗੇ ਉਹ, ਜਦੋਂ ਪਾਰਟੀ ਆਈ ਹੈ ਤਾਂ ਹੁਣ ਮਤਲਬ ਜਦੋਂ ਉਹਨਾਂ ਨੂੰ ਬੈਨੀਫਿਟ ਮਿਲਿਆ ਤਾਂ ਉਹ ਲੋਕ ਆਮ ਆਦਮੀ ਪਾਰਟੀ 'ਚ ਆ ਗਏ। ਨਹੀਂ, ਉਹਨਾਂ ਦਾ ਕਹਿਣ ਦਾ ਮਤਲਬ ਹੈ ਤੁਸੀਂ ਕਾਂਗਰਸ ਦੀ ਰੈਲੀ 'ਚ ਜਾ ਰਹੇ ਸੀ ਉਸ ਵੇਲੇ, ਕਾਂਗਰਸੀ ਸੀ ਮੈਂ, ਉਹ ਬੰਦੇ ਮਤਲਬ ਚਾਹੇ ਸਪੋਰਟਰ ਪੱਕੇ ਨਾ ਹੋਣ ਪਰ ਜਾ ਕਾਂਗਰਸ ਦੀ ਰੈਲੀ ਬੋਲ ਕੇ ਦੱਸਦਾ ਨਾ, ਕਿਉਂਕਿ ਜਦੋਂ ਮੈਂ ਬੱਸ ਜਾ ਰਿਹਾ ਸੀ ਤਾਂ ਮੈਂ ਰੋਕ ਲਈ ਬੱਸ, ਕਿਉਂ ਮੈਂ ਵੇਟ ਕਰਦਾ ਸੀਗਾ, ਅਤੇ ਉਹਨਾਂ ਜਦੋਂ ਪੁੱਛਿਆ ਮੈਂ ਯਾਰ ਤੁਹਾਡਾ ਦੱਸੋ ਇੱਕ ਵੀ ਤੁਹਾਡਾ ਬਿੱਲ ਕਿਹਦਾ ਹੁੰਦਾ, ਉਹ ਕਹਿੰਦਾ ਸਾਡਾ ਸਾਰਿਆਂ ਦਾ ਬਿੱਲ ਜ਼ੀਰੋ ਆਉਂਦਾ, ਅਤੇ ਜਦੋਂ ਬਿੱਲ ਜ਼ੀਰੋ ਆਉਂਦਾ ਮੈਂ ਯਾਰ ਤੁਸੀਂ ਤੁਹਾਡਾ ਬਿੱਲ ਜ਼ੀਰੋ ਆਉਂਦਾ, ਤੁਸੀਂ ਮੇਰੇ ਨਾਲ ਫਿਰ ਕਾਂਗਰਸ ਰੈਲੀ ਚੱਲੇ ਹੋ, ਉਹ ਕਹਿੰਦਾ ਜੀ ਪੀ ਤੁਹਾਡੇ ਨਾਲ ਪਿਆਰ ਬਹੁਤ ਹੈ ਪਰ ਸਾਨੂੰ ਹੁਣ ਜਿਹੜਾ ਸਾਡਾ ਜੀਰੋ ਬਿੱਲ ਆਇਆ ਸਾਨੂੰ ਭਗਵੰਤ ਮਾਨ ਜੀ ਚੰਗੇ ਲੱਗਦੇ ਆ, ਵੋਟ ਤਾਂ ਹੀ ਝਾੜੂ ਨੂੰ ਪਾਉਣੀ ਆ, ਤੁਹਾਡੇ ਨਾਲ ਰੈਲੀ ਤਾਂ ਆ ਗਏ। ਜਦੋਂ ਉਹਨਾਂ ਨੇ ਇਹ ਗੱਲ ਕੀਤੀ ਮੇਰਾ ਇੱਕ ਦਿਲ ਉਹ ਕੀਤਾ ਵੀ ਯਾਰ ਗੱਲ ਸੁਣੋ, ਜਿਹੜੇ 2 ਸਾਲ ਤੋਂ ਕੰਮ ਕਰ ਰਹੇ ਬਾਕੀ ਲੋਕ ਖੁਸ਼ ਹੈ, ਗਏ ਮੇਰੇ ਨਾਲ
ਗੱਲ ਉਹ ਆਮ ਆਦਮੀ ਪਾਰਟੀ ਦੀ ਕਰਦੇ, ਭਗਵੰਤ ਮਾਨ ਜੀ ਦੀ ਕਰਦੇ ਆ, ਅਤੇ ਇੱਕ ਬੜਾ ਵੱਡਾ ਵਧੀਆ ਮਨੋਰੰਜਨ। ਤੁਹਾਨੂੰ ਇਹ ਲੱਗਦਾ ਵੀ ਇਹ ਸਭ ਤੋਂ ਵੱਡਾ ਫੈਕਟਰ ਹੈ? ਇਹ ਸਭ ਤੋਂ ਵੱਡਾ ਫੈਕਟਰ ਹੈ ਜੀ, ਮਤਲਬ ਬਿੱਲ ਜ਼ੀਰੋ ਅਤੇ ਵੋਟਾਂ ਦੇ ਵਿੱਚ ਹੀਰੋ। ਹਾਂ, ਬਿੱਲ ਜ਼ੀਰੋ ਅਤੇ ਜਿਹਨੂੰ ਪੰਜਾਬ ਨੂੰ ਸਾਡੇ ਮੁੱਖ ਮੰਤਰੀ ਸਾਹਿਬ ਹੈਗਾ, ਪਹਿਲਾਂ ਕੋਈ ਮੁੱਖ ਮੰਤਰੀ ਨਹੀਂ ਮਿਲਿਆ, ਚਾਹੇ ਉਹ ਕੈਪਟਨ ਅਮਰਿੰਦਰ ਸੀ ਚਾਹੇ ਬਾਦਲ ਸਾਹਿਬ ਸੀਗੇ, ਇਹ ਪਹਿਲੇ ਮੁੱਖ ਮੰਤਰੀ ਹੈ। ਮੈਂ ਪਰਸੋਂ ਹੀ ਰੋਡ ਸ਼ੋਅ ਕੀਤਾ ਸਾਹਨੀ ਵਾਲ ਹਲਕੇ 'ਚ, ਅਤੇ 20 ਤੋਂ 25 ਹਜ਼ਾਰ ਲੋਕ ਉੱਥੇ ਆਏ ਹੈ, ਅਤੇ ਕਿਸੇ ਨੂੰ ਲੈ ਕੇ ਨਹੀਂ ਆਏ, ਸਾਰੇ ਦੇ ਕੇ ਵੀ ਯਾਰ ਭਗਵੰਤ ਮਾਨ ਜੀ ਦੇ ਸੀ। ਨਹੀਂ ਪਰ ਜੀ ਪੀ, ਮੈਂ ਇੱਕ ਸਵਾਲ ਇਹਦੇ ਨਾਲ ਜੁੜਿਆ ਪੁੱਛਾਂ, ਫਿਰ ਤੁਸੀਂ ਅਕਾਲੀ ਦਲ 'ਚ ਕਿਉਂ ਨਹੀਂ ਗਏ? ਅਕਾਲੀ ਦਲ ਕਹਿੰਦਾ ਕਿ ਅਸੀਂ ਬੰਬੀਆਂ ਦੇ ਬਿੱਲ ਅਸੀਂ ਮਾਫ਼ ਕੀਤੇ, ਕਿਸਾਨਾਂ ਨੂੰ ਇੱਕ ਬਹੁਤ ਵੱਡੀ ਸੌਗਾਤ ਦਿੱਤੀ, ਫਿਰ ਤੁਸੀਂ ਅਕਾਲੀ ਦਲ ਨੂੰ ਵੀ ਚੁਣ ਸਕਦੇ? ਨਹੀਂ, ਮੈਂ ਦੱਸਦਾ ਜੀ ਕੀ ਹੈ, ਅਕਾਲੀ ਦਲ ਦੇ ਮੁੱਖ ਮੰਤਰੀ ਚਾਹੇ ਕਿਸਾਨ ਸੀਗੇ, ਅਤੇ ਇਹ ਵੀ ਆਪਣੇ ਕੈਪਟਨ ਅਮਰਿੰਦਰ ਸਿੰਘ ਵੀ ਜੱਟ ਉਹਦੇ ਨਾਲ ਰੱਖਦੇ ਸੀਗੇ, ਕਿਸਾਨਾਂ ਦਾ ਸੰਬੰਧ ਰੱਖਦੇ ਸੀ, ਪਰ ਸਹੀ ਮਾਇਨਿਆਂ 'ਚ 2 ਸਾਲ ਦੇ ਵਿੱਚ ਜਿਹੜੇ ਜੱਟ ਖੇਤਾਂ ਨੂੰ ਪਾਣੀ ਲਾਉਂਦੇ ਸੀ ਅਤੇ ਉਹਨਾਂ ਉਹ ਰਾਤ ਨੂੰ ਕਦੇ ਵਿਚਾਰਾ 12 ਵਜੇ ਜਾ ਰਿਹਾ ਜੱਟ ਜਾਂ 1 ਵਜੇ ਜਾ ਰਿਹਾ, ਉਹ ਬਿਜਲੀ ਉਡੀਕ ਰਿਹਾ ਵੀ ਬਿਜਲੀ ਆਊਗੀ ਕਦੋਂ, ਅਸੀਂ ਬਟਨ ਦਬਾਵਾਂਗੇ ਮੋਟਰ ਦਾ ਅਤੇ ਕਦੋਂ ਪਾਣੀ ਲੱਗ ਜਾਵਾਂਗੇ। ਅੱਜ 24 ਘੰਟੇ ਬਿਜਲੀ ਹੈ, ਅਤੇ ਜਦੋਂ ਮਰਜ਼ੀ ਜੱਟ ਚਾਹੇ 6 ਵਜੇ ਉੱਠੇ ਚਾਹੇ 7 ਵਜੇ ਉੱਠੇ ਆਪਦੇ ਖੇਤਾਂ 'ਚ ਜਾ ਕੇ ਪਾਣੀ ਲਾ ਸਕਦਾ। ਇਹ ਬੜਾ ਸੌਖਾ ਹੋਇਆ। ਜਿਹੜੀਆਂ ਮੋਟਰ ਦੇ ਕਨੈਕਸ਼ਨ, ਕਿਉਂਕਿ ਅੱਜ ਗ੍ਰੀਨ ਟ੍ਰਿਬਿਊਨਲ ਰਾਹੀਂ ਅੱਜ ਜਿਹੜੇ ਆਪਣੇ ਬੰਦ ਨੇ ਕਨੈਕਸ਼ਨ, ਜਿਹੜੇ ਆਪਾਂ ਮੋਟਰ ਦੇ ਕਨੈਕਸ਼ਨ ਹੁੰਦੇ, ਪਾਣੀ ਦੇ ਕਨੈਕਸ਼ਨ ਹੁੰਦੇ ਆ, ਅਤੇ ਉਹ 'ਚ ਕੀ ਹੈ, ਜਿਹੜੇ ਕਿਸਾਨਾਂ ਨੂੰ ਅੱਜ ਨਹਿਰੋਂ ਚੱਕ ਕੇ ਸੂਹਿਆਂ ਰਾਹੀਂ ਆਪਾਂ ਪਾਣੀ ਦੇ ਰਹੇ ਹਾਂ, ਅੱਜ ਉਹ ਵੀ ਕਿਸਾਨ ਭਗਵੰਤ ਮਾਨ ਜੀ ਨਾਲ ਹੈ, ਆਮ ਆਦਮੀ ਪਾਰਟੀ ਨਾਲ ਹੈ, ਵੀ ਸਾਨੂੰ ਪਾਣੀ ਤਾਂ ਮਿਲ ਰਿਹਾ, ਕਿਉਂਕਿ ਮੋਟਰ ਦਾ ਕਨੈਕਸ਼ਨ ਤਾਂ ਮਿਲਣਾ ਨੀਗਾ। ਜਦੋਂ ਉਹਨੂੰ ਕਨੈਕਸ਼ਨ ਮਿਲ, ਪਾਣੀ ਮਤਲਬ ਉਹਨੂੰ ਨਹਿਰੋਂ ਚੱਕ ਕੇ ਆਪਾਂ ਦੇ ਰਹੇ ਹਾਂ, ਤੇਰਾ ਜੱਟ ਖੁਸ਼ਹਾਲ ਹੋ ਗਿਆ, ਉਹਨੂੰ ਪਾਣੀ ਮਿਲਣ ਲੱਗ ਗਿਆ, ਉਹਦੇ ਜਿਹੜੀ ਉਹਦੀ ਜ਼ਮੀਨ ਹੈ ਉਹਦੀ ਉਪਜਾਊ ਹੋ ਗਈ ਅਤੇ ਉਹਦੀ ਆਮਦਨ ਵੱਧ ਗਈ। ਅੱਛਾ, ਤੁਸੀਂ ਕਾਂਗਰਸ ਦਾ ਜ਼ਿਕਰ ਕਰ ਰਹੇ ਸੀ, ਮੈਂ ਉਸੇ ਨਾਲ ਹੀ ਮੇਰਾ ਜੁੜਿਆ ਸਵਾਲ ਹੈ। ਤੁਸੀਂ ਇਹ ਗੱਲ ਕਹੀ ਕਿ ਜੇ ਟਿਕਟ ਕਾਂਗਰਸ ਵਾਲੇ ਪਾਸਿਓਂ ਵੀ ਤੁਹਾਨੂੰ ਮਿਲਦੀ ਸੀ, ਮਿਲ ਜਾਂਦੀ ਤਾਂ ਤੁਹਾਨੂੰ ਇਹ ਡਰ ਕਿਉਂ ਸੀ ਕਿ ਤੁਸੀਂ ਇੱਕ ਲਫ਼ਜ਼ ਯੂਜ਼ ਕੀਤਾ ਵੀ ਆਪਦੇ ਹੀ ਜਿਹੜੇ ਹੈ ਉਹ ਤੁਹਾਨੂੰ ਹਰਾਉਣ ਲੱਗ ਪੈਂਦੇ ਹੈ? ਮਤਲਬ ਉਹਨੂੰ ਮੈਂ ਚਾਹੁੰਦਾ ਕਿ ਥੋੜ੍ਹਾ ਜਿਹਾ ਤੁਸੀਂ ਡਿਸਕ੍ਰਾਈਬ ਕਰੋ, ਦੱਸੋ ਵੀ ਇੱਕ ਤਾਂ ਇਲਜ਼ਾਮ ਹੁੰਦਾ ਕਿ ਤੁਸੀਂ ਉਹੀ ਲਾਤਾ ਕਿਸੇ ਨੇ, ਤੁਹਾਨੂੰ ਕਿਉਂ ਲੱਗਦਾ ਕਿ ਕਾਂਗਰਸ 'ਚ ਆਪਦੇ ਹੀ ਹਰਾਉਣ ਲੱਗ ਪੈਂਦੇ? ਐਕਚੁਅਲੀ ਯਾਰ, ਮੇਰੇ ਨਾਲ ਬਾਈ 'ਚ ਕੀ ਹੋਇਆ, ਤੁਸੀਂ ਚੰਗੀ ਤਰ੍ਹਾਂ ਪੂਰਾ ਪੰਜਾਬ ਜਾਣਦਾ, ਜਦੋਂ ਇੱਕ ਮੁੱਖ ਮੰਤਰੀ ਚੀਫ ਮਿਨਿਸਟਰ ਹੁੰਦਾ, ਮੁੱਖ ਮੰਤਰੀ ਚੀਫ ਮਿਨਿਸਟਰ ਸਾਰਾ ਹੈੱਡ ਹੁੰਦਾ ਸਟੇਟ ਦਾ, ਉਹਨੂੰ ਮੇਰੇ ਤੋਂ ਪਤਾ ਨਹੀਂ ਕੀ ਖਤਰਾ ਸੀਗਾ, ਮੈਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, ਮੈਨੂੰ ਹਰਾਇਆ ਵੀ, ਅਤੇ ਕਹਿਣ ਦਾ ਮਤਲਬ ਹੁਣ ਵੀ ਆਈ, ਜਦੋਂ ਟਿਕਟ ਦੀ ਗੱਲ ਚੱਲਦੀ ਸਰਵੇ ਨੰਬਰ 'ਚ ਮੇਰਾ 1 ਨੰਬਰ ਸੀਗਾ ਸਭ ਤੋਂ ਫਤਿਹਗੜ੍ਹ 'ਚ, ਹੁਣ ਵੀ ਉੱਥੇ ਜਾ ਕੇ ਕਹਿੰਦਾ ਬੀ ਜੇ ਪੀ ਨੂੰ ਟਿਕਟ ਨਹੀਂ ਦੇਣੀ, ਪਰ ਮੈਂ ਬਹੁਤ ਸਕੂਨ ਮਹਿਸੂਸ ਕਰ ਰਿਹਾ, ਮੈਨੂੰ ਆਮ ਆਦਮੀ ਪਾਰਟੀ ਕਹਿ ਰਿਹਾ ਸੀ ਕਿ ਜੀਪੀ ਨੂੰ ਟਿਕਟ ਨਹੀਂ ਦੇਣੀ, ਸਾਰੇ ਇਹ ਚੰਨੀ ਵਰਗੇ ਜਿਹੜੇ ਦੂਜੀਆਂ ਟੀਮਾਂ ਨੇ, ਜਿਹੜੇ ਉਹ ਕਹਿੰਦੇ, ਜਿਹੜੇ ਮੇਰੇ ਸਾਥੀ ਵੀ ਸੀ ਵੀ ਅੱਗੇ ਨਾ ਵੱਧ ਸਕੇ, ਪਹਿਲਾਂ ਵੀ 19 ਵੀ ਜਦੋਂ ਅਮਰ ਸਿੰਘ ਨੂੰ ਟਿਕਟ ਦਿੱਤੀ, ਮੇਰਾ ਪਹਿਲਾ ਨੰਬਰ 1 ਸੀਗਾ, 1 ਨੰਬਰ ਓਨਲੀ ਸਿੰਗਲ ਨੂੰ ਮੇਰਾ ਕੈਪਟਨ ਅਮਰਿੰਦਰ ਸਿੰਘ ਨੇ ਭੇਜਿਆ ਸਿੰਗਲ ਨੂੰ, ਪਰ ਮੇਰੇ ਕੁਝ ਸਾਥੀਆਂ ਨੇ ਕਹਿ ਕੇ ਮਤਲਬ ਉਦੋਂ ਟਿਕਟ ਕਟਾ ਦਿੱਤੀ ਸੀਗੀ, ਅਤੇ ਚਲੋ ਆਪਾਂ ਡਾਕਟਰ ਅਮਰ ਸਿੰਘ ਦੀ ਮਦਦ ਵੀ ਕੀਤੀ, ਜਿਤਾਏ ਵੀ, ਅਤੇ ਅੱਜ ਉਹੀ ਮੈਂ ਗੱਲ ਕਰਦਾ ਵੀ ਜਿਹੜੀ ਕਾਂਗਰਸ ਪਾਰਟੀ ਸਭ ਤੋਂ ਵੱਡਾ, ਜੋ ਮਰਜ਼ੀ ਕੁਛ ਚਾਹੇ ਰਾਜਾ ਆਪਣੀ ਕਿਸੇ ਦੇ ਖਿਲਾਫ਼ ਬੋਲੀ ਜਾਵੇ, ਚਾਹੇ ਪ੍ਰਤਾਪ ਬਾਜਵਾ ਜੀ ਹੋਣ, ਚਾਹੇ ਚਰਨਜੀਤ ਚੰਨੀ ਹੋਵੇ, ਅਤੇ ਅੱਜ ਮਤਲਬ ਇਹ ਚੀਜ਼ 'ਚ ਬਹੁਤ ਨੈਗੇਟਿਵਿਟੀ ਹੈ ਇੱਕ ਦੂਜੇ ਦੇ ਖਿਲਾਫ਼, ਆਪਦੇ ਹਰਾਉਂਦੇ ਆ, ਆਪਦੇ ਹਰਾਉਂਦੇ। ਚਲੋ ਮੈਂ ਉਸ ਪੁਆਇੰਟ ਦੇ ਉੱਤੇ ਆਵਾਂ, ਦੇਖੋ ਲੋਕ ਨੇ ਬਹੁਤ ਦਿਲਚਸਪੀ ਇਸ ਦੇ ਵਿੱਚ ਜਾਣਨ ਦੀ ਕਿ ਇਹ ਪਾਰਟੀ ਬਦਲੀ ਕਿਵੇਂ ਜਾਂਦੀ ਹੈ, ਥੋੜ੍ਹਾ ਦੱਸੋ ਜੇਕਰ ਥੋੜ੍ਹਾ ਜਿਹਾ ਡਿਸਕ੍ਰਾਈਬ ਕਰ ਸਕੋ। ਹੁਣ ਆਮ ਤੌਰ 'ਤੇ ਜਿਹੜਾ ਕੋਈ ਘਰ ਬੈਠ ਕੇ ਦੇਖ ਰਿਹਾ ਹੈ ਟੀਵੀ ਦੇ ਜ਼ਰੀਏ, ਅਖਬਾਰ ਦੇ ਜ਼ਰੀਏ, ਉਹਨੂੰ ਪਤਾ ਲੱਗਦਾ ਸੋਸ਼ਲ ਮੀਡੀਆ ਦੇ ਜ਼ਰੀਏ, ਸਿੱਧੀ ਫੋਟੋ ਆਉਂਦੀ ਹੈ ਕਿ ਗੁਰਪ੍ਰੀਤ ਜੀ ਪੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਨੇ ਜੱਫੀ ਪਾਲੀ, ਪਟਕਾ ਪਾਤਾ, ਆਮ ਆਦਮੀ ਪਾਰਟੀ ਜਾ, ਥੋੜ੍ਹਾ ਦੱਸੋ ਕੋਈ ਫੋਨ ਤੁਸੀਂ ਕਰਿਆ, ਤੁਹਾਨੂੰ ਆਇਆ, ਮਤਲਬ ਸਬੱਬ ਕਿਵੇਂ ਬਣਿਆ, ਕਿੱਥੋਂ ਗੱਲ ਸ਼ੁਰੂ ਹੋਈ? ਸਾਨੂੰ ਤਾਂ ਫੋਟੋ ਤੋਂ ਬਾਅਦ ਹੀ ਪਤਾ ਲੱਗਿਆ, ਜਿਸ ਵੇਲੇ ਤੁਸੀਂ ਜੁਆਇਨ ਕਰਨਾ ਸੀ ਚਲੋ ਅੱਧਾ ਘੰਟਾ ਪਹਿਲਾਂ ਲਾ ਲਓ ਵੀ ਸੀਐਮ ਹਾਊਸ ਪਹੁੰਚ ਗਏ। ਸਰ ਮੈਂ ਗੱਲ ਦੱਸਾਂ, ਕਿਉਂਕਿ ਮੈਂ ਚੋਣ ਹਾਰ ਗਿਆ, 22 'ਚ ਮੈਂ ਚੋਣ ਹਾਰਿਆ ਜੀ,
ਦੋ ਤਿੰਨ ਦਿਨ ਤਾਂ ਮੈਨੂੰ ਅਫਸੋਸ ਹੋਇਆ, ਮੈਂ ਘਰ ਬੈਠਾ ਰਿਹਾ ਵੀ ਯਾਰ ਮੈਂ ਇੰਨਾ ਮਿਹਨਤ ਕੀਤੀ, ਉੱਥੇ ਬੇਰਕਾ ਦਾ ਪ੍ਰੋਜੈਕਟ ਲਿਆਂਦਾ, ਮੈਂ ਰੋਡ ਦਾ ਕੰਮ ਕੀਤਾ, ਇੱਕ ਪਾਣੀ ਦਾ ਬੜਾ ਵੱਡਾ ਪ੍ਰੋਜੈਕਟ ਲੈ ਕੇ ਆਇਆ, ਪਿੰਡਾਂ 'ਚ ਵਧੀਆ ਪਾਰਕ ਬਣਾਏ, ਇਹ ਮੈਨੂੰ ਸੀਗਾ ਵੀ ਮੈਂ ਚੋਣ ਹਾਰਿਆ। ਪਰ ਗੱਲ ਇਹ ਹੈ ਵੀ ਮੈਂ ਫਿਰ ਵੀ ਚੋਣ ਹਾਰਨ ਦੇ ਬਾਅਦ ਵੀ ਮੈਂ ਜ਼ਿਆਦਾ ਐਕਟੀਵਿਟੀ ਸ਼ੁਰੂ ਕਰਤੀ ਵੀ ਯਾਰ ਮੈਂ ਹਾਰ ਗਿਆ, ਮੈਨੂੰ ਮਹਿਸੂਸ ਬੜਾ ਹੋਇਆ ਵੀ ਇੰਨਾ ਕੰਮ ਕਰਕੇ ਮੈਂ ਦੁਬਾਰੇ ਇਸ ਮਤਲਬ ਫਿਰ ਮੈਂ ਦੁਬਾਰੇ ਫਿਰ ਜਿੱਤਣਾ ਵੀ ਮੈਂ ਦੁਬਾਰੇ ਫਿਰ ਮੂਵਮੈਂਟ ਚਲਾਤੀ। ਫਿਰ ਵੀ ਮੈਂ 10-12 ਪਿੰਡਾਂ ਜਾਣਾ ਸ਼ੁਰੂ ਕਰਤਾ ਜਿਹਦੇ ਕੋਈ ਸੁੱਖ ਦੁੱਖ ਸੀਗਾ, ਮਗਾ ਮੈਂ ਦੁਬਾਰੇ ਫਿਰ ਆਪਣਾ ਆਉਣਾ ਦੁਬਾਰੇ, ਅਤੇ ਮੈਂ ਮਿਹਨਤ ਕੀਤੀ। ਫਿਰ ਐਕਚੁਅਲੀ ਕੀ ਆ ਜਾਂ ਹਰ ਪਾਰਟੀ ਹੈ ਜੀ, ਹਰ ਪਾਰਟੀ ਜਿੱਤਣ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਹੈ ਉਹਨੂੰ ਉਹਦੇ ਪਿੱਛੇ ਲੱਗਦੀਆਂ ਵੀ ਨੇ, ਕਿਆ ਉਹਦੀ ਮਤਲਬ ਨਜ਼ਰ ਰਹਿੰਦੀ ਹੈ, ਨਜ਼ਰ ਰਹਿੰਦੀ ਹੈ ਵੀ ਬੰਦਾ ਕੀ ਵੀ ਕਿਹੜਾ ਬੰਦਾ ਕਿੰਨਾ ਐਕਟਿਵ ਹੈ। ਮੈਂ ਮੁੱਖ ਮੰਤਰੀ ਸਾਹਿਬ ਨਾਲ ਮੇਰੇ ਸਿਰੇ ਸੰਬੰਧ ਹੈ 30-32 ਸਾਲ ਦੇ ਸੰਬੰਧ ਨੇ, ਅਸੀਂ 3V1 'ਚ ਇਕੱਠੇ ਅੱਗ ਵੀ ਸੇਕਦੇ ਹੁੰਦੇ ਸੀ ਉੱਥੇ ਸਰਦੀਆਂ ਦਾ ਮੌਸਮ ਸੀਗਾ, ਖਾਣਾ ਵੀ ਇਕੱਠੇ ਖਾਣ ਜਾਣਾ ਕਿਉਂਕਿ ਹੌਟ ਮਿਲ ਹੀ ਨਹੀਂ ਹੁੰਦਾ ਸੀ ਉਦੋਂ, ਇੱਕ ਗੱਡੀ 'ਚ 5 ਬੰਦੇ ਬਹਿ ਕੇ ਅਸੀਂ ਨਾ ਹੌਟ ਮਿਲ ਹੀ ਆਉਣਾ ਖਾਣਾ ਅਤੇ ਬਰਗਰ ਹੁੰਦਾ ਸੀ ਉਦੋਂ, ਹੌਟ ਮਿਲ ਦਾ ਬਰਗਰ ਖਾ ਕੇ ਜਾਣਾ ਅਤੇ ਗੱਲਾਂ ਬਾਤਾਂ ਮਾਰਨੀਆਂ। ਕਨੇਡਾ ਸਾਡੇ ਤੌਰ 'ਤੇ ਯਾਰੀ ਦੋਸਤ ਤੋਂ ਸਾਡੇ ਇੱਕ ਮੰਦਰ ਜੀ ਰਿੰਪੀ ਜੀ ਸਾਡੇ ਦੋਸਤ ਸੀਗੇ, ਉਹ ਇਹਨਾਂ ਦੇ ਵੀ ਸਾਡੇ CM ਸਾਹਿਬ ਦੇ ਬਹੁਤ ਮਿੱਤਰ ਨੇ, ਕਲੋਜ ਮਿੱਤਰ ਨੇ। ਅੱਛਾ, ਜਿਹਨਾਂ ਕੋਲ ਰਹਿੰਦੇ ਵੀ ਰਹੇ ਅਤੇ ਉਹ ਇੱਥੇ ਆਉਂਦੇ ਵੀ ਨੇ। ਅੱਛਾ, ਫੋਨ ਤੁਹਾਨੂੰ ਆਇਆ ਕਿ ਤੁਸੀਂ ਅਪਰੋਚ ਤੁਸੀਂ ਕੀਤਾ ਕਿ ਉਹਨਾਂ ਨੇ ਕੀਤਾ? ਅਤੇ ਅਪਰੋਚ ਉਹਨਾਂ ਨੇ ਕੀਤਾ ਚਾਹੇ ਮੈਂ ਕੀਤਾ, ਅਪਰੋਚ ਹੋ ਗਿਆ ਕਿਉਂਕਿ CM ਸਾਹਿਬ ਮੈਨੂੰ ਚਾਹੁੰਦੇ ਸੀ। ਅੱਛਾ ਚਲੋ, ਤੁਸੀਂ ਐਂ ਦੱਸ ਦਿਓ ਕਿ ਜਦੋਂ ਕਾਂਗਰਸ ਦੇ ਵਿੱਚ ਤੁਸੀਂ ਫੁੱਲ ਫਲੈਜ ਸੀਗੇ, ਤੁਹਾਡਾ ਛੱਡਣ ਦਾ ਮਨ ਨਹੀਂ ਸੀ, ਉਸ ਸਮੇਂ ਵੀ ਕਦੇ CM ਨਾਲ ਗੱਲ ਹੋ ਜਾਂਦੀ ਸੀ? ਨਹੀਂ, ਉਦੋਂ ਗੱਲ ਨਹੀਂ ਹੋਈ, ਉਦੋਂ ਗੱਲ ਨਹੀਂ ਹੋਈ। ਮੈਂ ਜਾਣਾ ਚਾਹੁੰਦਾ ਸੀ, ਮੈਂ ਮਿਲ ਕੇ ਤਾਂ ਆਵਾਂ ਚੀਫ ਮਿਨਿਸਟਰ ਸਾਹਿਬ ਨੂੰ, ਫਿਰ ਚਲੋ ਆਪਣੇ ਕਈ ਵਾਰੀ ਪਾਰਟੀ 'ਚ ਬੰਦਾ ਹੁੰਦਾ। ਵੈਸੇ PPP ਦੇ ਵਿੱਚ ਵੀ ਪੁਰਾਣੇ ਸਾਥੀ ਰਹੇ ਹੋ, ਪੀਪਲ ਪਾਰਟੀ ਤੋਂ ਇਕੱਠੀਆਂ ਚੋਣਾਂ ਲੜੀਆਂ, ਇਕੱਠੀਆਂ ਚੋਣਾਂ ਲੜੀਆਂ ਉਹਨਾਂ ਨੇ ਲੜੀ, ਮੇਰਾ ਖਿਆਲ ਲਹਿਰਾ ਗਾਗਾ ਤੋਂ, ਔਰ ਤੁਸੀਂ ਲੜੀ ਸੀ ਚਮਕੌਰ ਸਾਹਿਬ ਤੋਂ। ਅਸੀਂ ਜਿਵੇਂ ਸਾਡੇ ਭਗਵੰਤ ਮਾਨ ਜੀ ਨੂੰ ਬਹੁਤ ਵੋਟ ਪਈ, ਮੈਨੂੰ ਵੀ ਮਤਲਬ ਇਹ 12 ਬੰਦੇ ਸੀ ਜਿਹਨਾਂ ਨੂੰ ਮੈਕਸੀਮਮ ਵੋਟ ਪਈ ਪੂਰੇ ਪੰਜਾਬ 'ਚ, 10-12 ਬੰਦੇ ਸੀ, ਮਨਪ੍ਰੀਤ ਬਾਦਲ ਸੀਗਾ, ਮੈਂ ਸੀਗਾ, ਸਾਡੇ CM ਸਾਹਿਬ ਭਗਵੰਤ ਮਾਨ ਜੀ ਸੀ, 8-10 ਬੰਦੇ ਸੀ। ਮਤਲਬ ਤੁਸੀਂ ਚਮਕੌਰ ਸਾਹਿਬ ਤੋਂ ਲੜੇ, ਯਾਨੀ ਚੰਨੀ ਜੀ ਨਾਲ ਤਾਂ ਪੁਰਾਣੀ ਯਾਰੀ ਹੈ। ਪੁਰਾਣੀ ਯਾਰੀ ਹੈ। ਇਸੇ ਕਰਕੇ ਉਹਨਾਂ ਨੇ ਫਿਰ ਉਹਨਾਂ ਦੇ ਬ੍ਰਦਰ ਨੇ ਉੱਥੇ ਐਕਟੀਵਿਟੀ ਦਿਖਾਈ, ਜਿਹੜੀ ਚੀਜ਼ ਤੁਹਾਡੀ ਮਤਲਬ ਨਾਰਾਜ਼ਗੀ ਦੀ ਵਜ੍ਹਾ ਬਣੀ, ਐਕਚੁਅਲੀ ਕਿਸੇ ਨਾਲ ਉਹੀ ਬਣੀ, ਐਕਚੁਅਲੀ ਮੇਰੀ ਨਾ ਕਿਸੇ ਨਾਲ ਨਾਰਾਜ਼ਗੀ ਕਰਨ ਨੂੰ ਜੀ ਨਹੀਂ ਕਰਦਾ। ਉਹ ਐਕਚੁਅਲੀ ਕੀ ਹੈ, ਮੇਰੇ ਹਲਕੇ 'ਚ SMO ਉਹਨਾਂ ਬ੍ਰਦਰ ਲੱਗ ਗਿਆ, ਅਤੇ ਜਦੋਂ ਲੱਗਿਆ ਕੋਈ ਵੀ ਲੱਗ ਸਕਦਾ, ਜਦੋਂ ਮੇਰੇ ਕੰਨ ਕੋਈ ਚਾਹੇ SHO ਲੱਗੇ, ਚਾਹੇ SM ਲੱਗੋ, ਚਾਹੇ ਕੋਈ DSP ਲੱਗੇ, ਆਪਦੀ ਡਿਊਟੀ ਨਿਭਾਵੇ ਨਾ, ਅਸੀਂ ਡਿਊਟੀ ਨਿਭਾਉਣੀ ਚਾਹੀਦੀ। ਜਦੋਂ ਤੁਸੀਂ SM ਲਾਏ ਤਾਂ ਪੇਸ਼ੈਂਟ ਦੇਖੋ, ਆਪਣਾ ਹੋਸਪਿਟਲ ਦੇਖੋ ਵੀ ਆਪਣਾ ਪੇਸ਼ੈਂਟ ਦਾ ਕਿਵੇਂ ਕਰਨਾ, ਤਾਂ ਸਾਰਾ ਕੁਝ ਇਹੀ ਹੁੰਦਾ ਵੀ ਪਿੰਡ ਜਾ ਕੇ ਲੋਕਾਂ ਦਾ। ਜਦੋਂ ਮੈਂ ਉਹਦੀ ਨੈਗੇਟਿਵਿਟੀ ਦੇਖੀ ਵੀ ਇਹ ਮੇਰੇ ਖਿਲਾਫ਼ ਇੰਟਰਸਟ ਸੀਗਾ, ਨੈਗੇਟਿਵਿਟੀ ਮਤਲਬ ਉਹਨਾਂ ਨੇ ਮੇਰੇ ਖਿਲਾਫ਼ ਸਿਆਸੀ ਗਤੀਵਿਧੀਆਂ ਸ਼ੁਰੂ ਮੇਰੇ ਖਿਲਾਫ਼ ਮਤਲਬ ਬੋਲਣਾ, ਅਤੇ ਮੈਨੂੰ ਜਦੋਂ ਫੀਡਬੈਕ, ਕਿਉਂਕਿ ਹਰ ਪਿੰਡ ਮੇਰੇ ਨਾਲ ਲਿੰਕ ਸੀਗਾ ਸਾਰਾ ਕੁਝ, ਜਦੋਂ ਉਹਨਾਂ ਨੇ ਗੱਲਬਾਤ ਕਰਨੀ ਤਾਂ ਮੇਰੇ ਕੋਲ ਸ਼ਾਮ ਨੂੰ ਆ ਜਾਂਦਾ ਵੀ ਇਹ ਤੁਹਾਡਾ ਆਪਣਾ ਵੀ ਡਾਕਟਰ ਇੱਦਾਂ ਬੋਲ ਰਿਹਾ, ਵੀ ਚੰਨੀ ਦਾ ਬ੍ਰਦਰ ਇੱਦਾਂ ਬੋਲ ਰਿਹਾ। ਮੈਂ ਕਿਹਾ ਤੂੰ ਲੱਗਿਆ ਮੇਰੇ ਹਲਕੇ 'ਚ, ਮੇਰੇ ਖਿਲਾਫ਼ ਤਾਂ ਮੇਰੀ ਕਰ ਰਿਹਾ। ਫਿਰ ਮੈਂ ਪਹਿਲਾਂ ਸੋਚਿਆ ਵੀ ਇਹਨੂੰ ਫਾਜ਼ਿਲਕਾ ਬਦਲਾਂ, ਮੈਂ ਇੱਕ ਵਾਰੀ ਆ ਗਿਆ ਵੀ ਫਾਜ਼ਿਲਕਾ ਬਦਲਾਂ। ਫਿਰ ਮੈਂ ਸੋਚਿਆ ਮੈਨੇ ਯਾਰ ਸਾਡੇ MLA ਸਾਡੇ ਮੰਤਰੀ ਦਾ ਭਰਾ ਹੈ, ਫਿਰ ਮੈਂ ਇਹਨੂੰ ਖਰੜ ਬਦਲੀ ਕਰ, ਖਰੜ ਬਦਲੀ ਕਰਾਤੀ। ਅਤੇ ਨਾਲੇ ਖਰੜ ਜੇ ਦੇਖਾਂ ਅਨੰਦਪੁਰ ਸਾਡੇ ਨਾ ਅਨੰਦਪੁਰ ਤੋਂ ਅਤੇ 20 ਕਿਲੋਮੀਟਰ ਦਾ ਫਰਕ ਹੈ, ਜਿੱਥੇ ਮੈਂ ਬਦਲੀ ਕਰਾਈ ਉਹ ਇਸ ਘਰ ਤੋਂ 300 ਮੀਟਰ ਸੀਗਾ। 300 ਮੀਟਰ ਫਾਇਦਾ ਹੁੰਦਾ ਕਿ 20-25 ਕਿਲੋਮੀਟਰ ਜਾ ਕੇ ਫਾਇਦਾ ਹੁੰਦਾ, ਅਤੇ ਇਹਦੀ ਬੜੀ ਮਾੜੀ ਭਾਵਨਾ ਸੀ ਇਹਨਾਂ ਦੀ। ਅਤੇ ਤੁਸੀਂ ਵੀ ਤਾਂ ਬਦਲੀ ਕਰਾਤੀ ਫਿਰ, ਹੈਂ ਤੁਸੀਂ ਵੀ ਤਾਂ ਕਰਵਾ ਦਿੱਤੀ। ਨਹੀਂ ਨਹੀਂ,
ਬਦਲੀ ਤਾਂ ਗੱਲ ਹੈ ਵੀ ਜਦੋਂ ਕੋਈ ਵੀ ਤੁਹਾਡੇ ਅੰਗੇਜ਼ ਬੋਲਦਾ ਦੂਜਾ, ਆਮ ਤੌਰ 'ਤੇ ਜੀ ਪੀ ਜੀ ਐਵੇਂ ਹੁੰਦਾ ਨਾ ਕਿ ਤੁਸੀਂ ਕਿਸੇ ਦੀ ਬਦਲੀ ਕਰਵਾ ਦਿੱਤੀ, ਫਿਰ ਉਹ ਧੱਕੜ ਰੱਖਦਾ ਮਨ ਦੇ ਵਿੱਚ ਨਾ ਕਿ ਅੱਛਾ ਕੋਈ ਨਹੀਂ, ਚਾਹੇ ਮੈਨੂੰ ਮੇਰੇ ਘਰ ਦੇ ਨੇੜੇ ਭੇਜ ਤਾਂ ਮੈਨੂੰ ਇੱਥੋਂ ਰਾਹ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ ਸੀ। ਨਹੀਂ ਨਹੀਂ ਮੈਂ ਯਾਦ ਰੱਖੂੰਗਾ। ਮੈਂ ਤਾਂ ਜੀ ਬਾਈ ਜੀ ਕੀ ਕੀਤਾ, ਸਾਡੇ ਉਹ ਮੰਤਰੀ ਦਾ ਭਰਾ ਸੀ, ਮੇਰਾ ਏ ਸੀ ਆਰ, ਮੈਂ ਕਿਹਾ ਇਹਨੂੰ ਦੂਰ ਨਾ ਭੇਜੀਏ, ਇਹਨੂੰ 300 ਮੀਟਰ 'ਤੇ ਭੇਜੀਏ, ਜਾ ਕੇ ਘਰੋਂ ਪੈਦਲ ਡਿਸਟੈਂਸ ਨਾਲ ਆਪਣੇ ਘਰ ਚਲੇ ਜਾਓ। ਤੁਸੀਂ ਮਤਲਬ ਘਰ ਦੇ ਨੇੜੇ ਹਲਕੇ ਦਾ ਦੂਰ ਕਰਦਾ ਹੈ, ਮੈਂ ਫਾਇਦਾ ਕੀਤਾ ਉਹਨਾਂ ਨੁਕਸਾਨ ਕੀਤਾ? ਸਮਝ ਨਹੀਂ ਪਾਏ ਫਾਇਦਾ ਤੁਹਾਡਾ, ਮਨਮੋਹਨ ਜੀ ਤਾਂ ਨਹੀਂ ਸਮਝ ਪਾਏ, ਪਰ ਮੈਂ ਇਹ ਸਮਝ ਪਾ ਰਿਹਾ ਕਿ ਇੱਕ ਬੱਸ ਦੇ ਵਿੱਚ 40-50 ਲੋਕਾਂ ਨੇ ਬਿੱਲ ਜ਼ੀਰੋ ਹੈ ਕਹਿ ਦਿੱਤਾ ਤੁਹਾਨੂੰ, ਅਤੇ ਇੱਕ ਕਿਸੇ ਵੱਡੇ ਆਗੂ ਦੇ ਭਰਾ ਨੇ 4 ਗੱਲਾਂ ਤੁਹਾਡੇ ਬਾਰੇ ਕਹਿ ਦਿੱਤੀਆਂ ਤਾਂ ਤੁਹਾਡਾ ਮਨ ਬਦਲ ਗਿਆ ਕਿ ਤੁਸੀਂ ਪਾਰਟੀ ਛੱਡ ਜਾਓ? ਐਕਚੁਅਲੀ ਕੀ ਹੈ ਨਾ ਜੀ, ਚਲੋ ਮੇਰਾ ਸੀਗਾ ਸ਼ੁਰੂ ਤੋਂ ਯਾਰ, ਜੇ ਮੈਂ MLA ਬਣਿਆ ਜਾਂ ਮੈਂ ਫੀਲਡ ਜਾ ਰਿਹਾ ਵੀ ਯਾਰ ਗਰੀਬ ਲੋਕਾਂ ਦੇ ਕੰਮ ਕਰਾਂ, ਚਾਹੇ ਕਰੋਨਾ ਵਰਗੀ ਭਿਆਨਕ ਹੋਵੇ, ਚਾਹੇ ਮੈਂ ਇੰਨਾ ਵੈਲ ਆਫ ਨਹੀਂ ਹੈਗਾ, ਪਰ ਵੀ ਮੈਂ ਉਹਨਾਂ ਦਾ ਦਰਦ ਦੇਖਿਆ। ਜੇ ਕੋਈ ਕਰਿਆਨੇ ਵਾਲੀ ਦੁਕਾਨ ਕਰਦਾ, ਜੇ ਕੋਈ ਰੇਹੜੀ ਲਾਉਂਦਾ ਸੀ, ਉਹ ਕਹਿੰਦਾ ਮੇਰੇ ਬੱਚੇ ਦੀ ਫੀਸ ਭਰਨ ਵਾਲੀ, ਦੂਜਾ ਮੈਂ ਸਾਰਿਆਂ ਦੀ ਤਕਰੀਬਨ, ਚਾਹੇ ਮੈਂ ਜਿੱਥੋਂ ਆਪਣੇ ਦੋਸਤਾਂ ਮਿੱਤਰਾਂ ਤੋਂ ਪੈਸੇ ਲਏ, ਉਹਨਾਂ ਦੀਆਂ ਫੀਸਾਂ ਜ਼ਰੂਰ ਭਰੀਆਂ, ਉਹਨਾਂ ਦੇ ਘਰ ਖਾਣਾ ਜ਼ਰੂਰ ਪਹੁੰਚਾਇਆ। ਅਤੇ ਕਹਿਣ ਦਾ ਮਤਲਬ ਇੱਕ ਦਰਦ ਹੁੰਦਾ, ਦਰਦ ਅੱਜ ਵੀ ਉਹ ਦਰਦ ਲੈ ਕੇ ਆਇਆ ਵੀ ਸਾਡਾ ਜੇ ਮੈਂ ਪਰਮਾਤਮਾ ਕਰੂੰ ਮੈਂ ਬਣਦਾ ਹੈ ਤਾਂ ਗਰੀਬ ਲੋਕਾਂ ਦੇ ਮੈਂ ਜ਼ਰੂਰ ਕੰਮ ਕਰਨਾ। ਅੱਛਾ, ਤੁਸੀਂ ਬਿਲੋਂਗ ਮੋਹਾਲੀ ਨੂੰ ਕਰਦੇ ਹੋ ਔਰ MC ਤੋਂ ਤੁਹਾਡਾ ਪਰਿਵਾਰ ਦਾ ਸ਼ੁਰੂ ਹੋਇਆ ਸਫ਼ਰ, ਅਤੇ ਹੁਣ ਤੁਸੀਂ ਲੋਕ ਸਭਾ ਦੀ ਚੋਣ ਲੜ ਰਹੇ ਹੋ, ਮਤਲਬ ਤੁਸੀਂ ਮੋਹਾਲੀ ਨੂੰ ਬਿਲੋਂਗ ਕਰਦੇ ਸੀ, ਚਮਕੌਰ ਸਾਹਿਬ ਪਹੁੰਚੇ ਜਾਂ ਫਤਿਹਗੜ੍ਹ ਸਾਹਿਬ ਬੱਸੀ ਪਠਾਣਾ ਚੂਜ਼ ਕੀਤਾ, ਇਹ ਕੀ ਵਜ੍ਹਾ ਰਹੀ ਕਿ ਮੋਹਾਲੀ ਦੇ ਲੋਕਾਂ ਨਾਲ ਪਿਆਰ ਨਹੀਂ? ਮੈਂ ਨਾ ਜੀ ਐਕਚੁਲੀ ਮੈਂ ਪਹਿਲਾਂ ਆਪਣੇ ਕਾਲਜ ਦਾ ਪ੍ਰਧਾਨ ਬਣਿਆ NSOE ਦਾ, ਇਹ 88 'ਚ 88 'ਚ ਬਣਿਆ, ਮੇਰੀ ਉਦੋਂ ਉਮਰ ਸੀਗੀ ਆਪਣਾ 18 ਸਾਲ ਦੀ ਉਮਰ ਸੀ, 17-18 ਸਾਲ ਦੀ ਉਮਰ ਸੀ। ਅਤੇ ਸਾਡੇ ਸਾਹਮਣੇ ਸੀਗਾ ਕਾਂਗਰਸ ਭਵਨ, ਗੌਰਮੈਂਟ ਕਾਲਜ ਦੇ ਸਾਹਮਣੇ, ਉੱਥੋਂ ਫਿਰ ਬੇਅੰਤ ਸਿੰਘ ਉੱਥੋਂ ਪ੍ਰਧਾਨ ਬਣੇ, ਹੌਲੀ ਹੌਲੀ ਉੱਥੇ ਜਾਣਾ ਸ਼ੁਰੂ ਹੋ ਗਿਆ, ਅਤੇ ਮਤਲਬ ਹੌਲੀ ਹੌਲੀ ਜਿਹੜੀ ਇਹਦੀ ਸਿਆਸਤ 'ਚ ਰੁਚੀ ਪੈਦਾ ਹੋ ਗਈ। 92 ਬੇਅੰਤ ਸਿੰਘ ਲੜੇ ਉੱਥੋਂ, ਫਿਰ ਹੁਣ ਤੇਜ ਪ੍ਰਕਾਸ਼ ਜੀ 97 ਲੜੇ, ਫਿਰ ਗੁਰਕੀ ਦੁਪਿਆ 2002 'ਚ ਪੈਲ ਲੜੇ, ਅਤੇ ਵੱਖ ਵੱਖ ਚੋਣਾਂ 'ਤੇ ਮੈਂ ਉਹਨਾਂ ਨਾਲ ਜਾਂਦਾ ਵੀ ਰਿਹਾ, ਅਤੇ ਪੂਰਾ ਮਤਲਬ ਪਾਰਟੀਸਪੇਟ ਕਰਦਾ ਰਿਹਾ ਪੂਰੀ ਇਲੈਕਸ਼ਨ। ਤੁਹਾਡੇ ਬੇਅੰਤ ਸਿੰਘ ਪਰਿਵਾਰ ਨਾਲ ਸੁਣਿਆ ਬਹੁਤ ਚੰਗੇ ਰਿਲੇਸ਼ਨ ਰਹੇ, ਗੁਰਕੀਰਤ ਹੋਰਾਂ ਨਾਲ ਬੜੇ ਨਹੀਂ ਮੇਰੀ ਯਾਰੀ ਦੋਸਤੀ ਰਹੀ ਹੈ, ਜਦੋਂ ਮੈਂ MC ਜਿੱਤਿਆ ਬਿੱਟੂ ਉਦੋਂ ਜਿਹਨੇ ਪਰਚੀਆਂ ਬਿੱਟੂ ਵੀ ਕੱਢਦਾ ਰਿਹਾ, ਅਤੇ ਚਲੋ ਚੰਗੀ ਮਿੱਤਰਤਾ ਰਹੀ ਹੁਣ ਹੈਗੀ। ਅੱਛਾ, ਬਿੱਟੂ ਹੁਣ ਹੋਰਾਂ ਨਾਲ ਗੱਲਬਾਤ ਹੁੰਦੀ ਹੈ? ਹੁਣ ਘੱਟ ਘੱਟ ਮਿਲਦੇ ਆ, ਜੇ ਸਭ ਸਾਹਮਣੇ ਮਿਲਦੇ ਹੈਂਡਸ਼ੇਕ ਕਰ ਲੈਂਦੇ ਹਾਂ, ਵੈਸੇ ਕੋਈ ਸਾਡੀ ਇਹਦਾ। ਅੱਛਾ, ਜੇ ਚੰਨੀ ਮਿਲ ਜਾਣ ਤਾਂ ਹੈਂਡਸ਼ੇਕ ਕਰੋਗੇ? ਚੰਨੀ ਨਾਲ ਨਹੀਂ ਮੈਂ ਹੈਂਡਸ਼ੇਕ ਕਰਦਾ। ਤੇ ਚੰਨੀ ਦੇ ਭਰਾ ਨਾਲ? ਕਿਸੇ ਨਾਲ ਨਹੀਂ। ਕਿਸੇ ਨਾਲ ਮਿਲੇ ਹੋ ਕਦੇ? ਕਦੇ ਨਹੀਂ। ਚੰਨੀ ਦੇ ਭਰਾ ਨਾਲ ਆਮਨੇ ਸਾਹਮਣੇ? ਕਿਸੇ ਨੂੰ ਨਹੀਂ ਮਿਲਦਾ ਮੈਂ। ਨਹੀਂ, ਚੰਨੀ ਨਾਲ ਐਸਾ ਕੀ ਹੋ ਗਿਆ? ਤਾਂ ਪੋਲੀਟੀਕਲ ਤੌਰ ਤੇ ਨਿੱਜੀ ਹੋ ਗਿਆ ਕੰਮ ਤੁਹਾਡਾ? ਵੈਸੇ ਕੋਈ ਕਈ ਬੰਦੇ ਚੰਗੇ ਨਹੀਂ ਲੱਗਦੇ ਹੁੰਦੇ, ਤੇ ਉਹਨਾਂ ਮੈਂ ਹੈਂਡਸ਼ੇਕ ਨਹੀਂ ਕਰਦਾ। ਅੱਛਾ, ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਿੱਡੀ ਵੱਡੀ? ਬਹੁਤ ਵੱਡੀ ਬਲੰਡਰ ਮਿਸਟੇਕ ਸੀਗੀ, ਅਤੇ ਸਾਡੇ ਨੇ MLA ਨੇ ਕਈ ਫੀਡਬੈਕ ਦਿੱਤੀ ਵੀ ਇਹ ਬਣਨਾ ਚਾਹੀਦਾ, ਮੈਂ ਉਹਨਾਂ ਨੂੰ ਵੀ ਗੱਲ ਕੀਤੀ, ਮੈਂ ਜਿਹੜਾ ਇਹ ਫੀਡਬੈਕ ਹੈ ਤੁਹਾਡੀ ਚੰਨੀ ਜਿਹੜੀ ਆਪਣਾ ਬਣਾਈ ਨੇ ਚੰਨੀ ਜੀ, ਅਤੇ ਉਹ ਵੀ ਉਹ ਫਿੱਟ ਨਹੀਂ ਗਾ, ਆਪਣਾ ਪੰਜਾਬ ਲਈ ਫਿੱਟ ਨਹੀਂ ਗਾ, ਜਿਹਨਾਂ ਨੇ ਗੱਲਾਂ ਬਹੁਤ ਛੋਟੀਆਂ ਗੱਲਾਂ ਕੀਤੀਆਂ, ਚਾਹੇ ਉਹ ਬੱਕਰੀ ਦੀ ਗੱਲ ਕੀਤੀ ਜਾਂ ਉਹ ਦਰੀਆਂ ਬੁਣਨ ਵਾਲੀ ਗੱਲ ਕੀਤੀ। ਜਿਹੜਾ ਚੀਫ ਮਿਨਿਸਟਰ ਦਾ ਬਹੁਤ ਵੱਡਾ ਵਿਜ਼ਨ ਚਾਹੀਦਾ, ਉਹ ਸਗੋਂ ਕਵੇ ਯਾਰ ਮੈਂ ਇੰਡਸਟਰੀ ਲੈ ਕੇ ਆਊਂਗਾ, ਮੈਂ ਚੰਗੇ ਇੱਥੇ ਹੋਸਪਿਟਲ ਬਣਾਵਾਂਗਾ, ਮੈਂ ਪੰਜਾਬ ਦੀ ਸਹੀ ਮਿਹਨਤ ਗਰੋਥ ਕਰੂੰਗਾ, ਕਿਉਂਕਿ ਚੰਗੀਆਂ ਕੰਪਨੀਆਂ ਚਾਹੇ ਉਹ ਦੂਜੀਆਂ ਸਟੇਟਾਂ 'ਚ ਹੈ, ਚਾਹੇ ਮਤਲਬ ਉੱਥੋਂ ਲੈ ਕੇ ਆਵਾਂਗਾ, ਅਤੇ ਇਹ ਸਹੀ ਮਿਹਨਤ ਜਿਹੜੀ ਸਟੇਟ ਦਾ ਆਪਾਂ ਬੈਨੀਫਿਟ ਕਰ ਸਕਦੇ ਹਾਂ, ਵੀ ਮੈਂ ਜੋਬ ਦੇਵਾਂਗਾ, ਰੁਜ਼ਗਾਰ ਲੋਕਾਂ ਨੂੰ ਦੇਵਾਂਗਾ, ਇਹ ਚੀਜ਼ਾਂ ਹੁੰਦੀਆਂ ਨੇ, ਇਹ ਛੋਟੀਆਂ ਗੱਲਾਂ ਕਰਨੀਆਂ, ਤਾਂ ਹੀ ਬਹੁਤ ਡਾਊਨਫੋਲ ਆ ਗਿਆ ਸੀ। ਅੱਛਾ, ਹੁਣ ਤੁਸੀਂ ਫਤਿਹਗੜ੍ਹ ਸਾਹਿਬ ਇਲਾਕੇ 'ਚ ਵਿਚਰ ਰਹੇ ਹੋ, ਦੇਖੋ ਇੱਕ MLA ਦੀ ਚੋਣ ਲੜਨੀ ਹੋਰ ਗੱਲ ਹੁੰਦੀ ਹੈ, MP ਬਹੁਤ ਵੱਡੇ ਸੰਦਰਭ 'ਚ ਤੁਸੀਂ 9 ਹਲਕੇ ਦੇਖਣੇ ਆ, ਕਿੰਨੇ ਪਿੰਡ ਹੋਣਗੇ, 1100-1200 ਪਿੰਡ ਹੋਣਗੇ ਤੁਹਾਡੇ,
ਪੂਰੇ 1380 ਦੇ ਕਰੀਬ ਪਿੰਡ ਪੈਂਦੇ ਆ ਅਤੇ ਉਹ 'ਚ ਵਾਰਡ ਵੀ ਹੈਗੇ ਜਿਵੇਂ MC ਵਾਰਡ, ਅਤੇ ਮੈਂ ਘੱਟੋ ਘੱਟ 460 ਦੇ ਕਰੀਬ ਮੈਂ ਵਾਰਡ ਅਤੇ ਵਿਲੇਜ ਜਾ ਚੁੱਕਾ ਅਤੇ ਹਰ ਪਾਸੇ ਵਧੀਆ ਰਿਸਪੋਂਸ ਮਿਲ ਰਿਹਾ, ਕਿਉਂਕਿ ਸ਼ਾਇਦ ਕੰਪੇਨ ਮੇਰੀ, ਮੈਂ ਹਰ ਰੋਜ਼ ਜੇ ਮੈਂ 16-17 ਫੰਕਸ਼ਨ ਨਾ ਕਰਾਂ ਮੈਨੂੰ ਨਾ ਸੈਟਿਸਫੈਕਸ਼ਨ ਨਹੀਂ ਹੁੰਦੀ। ਨਹੀਂ, ਆਮ ਤੌਰ 'ਤੇ ਲੀਡਰ ਇਹ ਮੰਨਦੇ ਆ ਨਾ ਵੀ ਇੱਕ ਰੋਡ ਸ਼ੋਅ ਕੱਢ ਦਿਓ ਅਤੇ ਬਸ ਸਤਿ ਸ਼੍ਰੀ ਅਕਾਲ ਬੁਲਾ ਕੇ ਟੱਪ ਜਾਓ ਸਾਰਿਆਂ ਨੂੰ। ਕਈ ਵਾਰੀ ਉਸ ਤਰੀਕੇ ਨਾਲ MP ਰਾਬਤਾ ਨਹੀਂ ਕਰ ਪਾਉਂਦਾ। ਤੁਹਾਨੂੰ ਚੈਲੰਜ ਹੈ ਰੋਡ ਸ਼ੋਅ, ਜਿਹੜੇ ਵੱਡੇ ਲੀਡਰ ਨੇ ਸਾਡੇ ਬੜੇ ਹਰਮਨ ਪਿਆਰੇ ਭਗਵੰਤ ਮਾਨ ਜੀ, ਉਹਨਾਂ ਦਾ ਰੋਡ ਸ਼ੋਅ, ਜਿਹੜਾ ਚੀਫ ਮਿਨਿਸਟਰ ਰੋਡ ਸ਼ੋਅ ਤਾਂ ਹੋ ਜਾਏ ਨਾ। ਬਾਕੀ ਜਿਹੜਾ ਇਲੈਕਸ਼ਨ ਲੜ ਰਿਹਾ ਉਹਨੂੰ ਤਾਂ ਤਕਰੀਬਨ ਜਿੰਨਾ ਕੋਈ ਏਰੀਆ ਕਵਰ ਕਰ ਸਕਦਾ ਉਹਨੂੰ ਕਰਨਾ ਚਾਹੀਦਾ, ਕਿਉਂਕਿ ਮੈਂ 1380 ਜਗ੍ਹਾ ਨਹੀਂ ਜਾ ਸਕਦਾ, ਪਰ ਮੇਰਾ ਟਾਰਗੇਟ ਹੈ ਮੈਂ 50 ਘੱਟੋ ਘੱਟ 60% ਪਿੰਡਾਂ ਜਾਵਾਂ ਤਾਂ ਕਿ ਲੋਕਾਂ ਨੂੰ ਮੈਂ ਰੂਬਰੂ ਹੋਵਾਂ ਵੀ ਮੈਂ ਤੁਹਾਡਾ ਇਹ ਕਰਾਂ। ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉੱਥੇ ਜਾਣਾ, ਆਲਰੇਡੀ ਉਹ ਜ਼ਿਕਰ ਕਰ ਚੁੱਕੇ ਹਾਂ ਕਿ ਇੱਕ ਪਾਸੇ ਹੁੰਦੀ ਹੈ ਵਿਧਾਨ ਸਭਾ, ਇੱਕ ਪਾਸੇ ਹੁੰਦੀ ਹੈ ਲੋਕ ਸਭਾ। GP ਜੀ, ਤੁਹਾਨੂੰ ਵੋਟ ਲੋਕ ਤੁਸੀਂ ਕੀ ਸੋਚ ਰਹੇ ਹੋ, ਕਿਉਂ ਕਰਨਗੇ ਵੋਟ? ਤੁਹਾਨੂੰ ਵੋਟ ਤੁਹਾਡਾ ਚਿਹਰਾ ਦੇਖ ਕੇ ਜਾਂ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਔਰ ਮੁੱਖ ਮੰਤਰੀ ਦੇ ਚਿਹਰੇ ਨੂੰ ਤੁਹਾਨੂੰ ਵੋਟ ਪੈ ਜਾਏਗੀ? ਐਕਚੁਅਲੀ ਕੀ ਹੈ, ਅੱਜ ਜਿਹੜੀ ਵੋਟ ਪੈ ਰਹੀ ਹੈ ਉਹ ਸਾਡੇ, ਜਿਵੇਂ ਮੈਂ ਜਿਹੜੇ 2 ਸਾਲ ਦੇ ਕੰਮ ਲੈ ਕੇ ਜਾਵਾਂਗਾ ਨਾ, ਹਲੇ ਮੈਂ ਤਾਂ ਹਲੇ ਬਾਅਦ 'ਚੋਂ ਚੁਣਿਆ ਜਾਣਾ ਅਤੇ ਬਾਅਦ 'ਚੋਂ ਮੈਂ ਕੰਮ ਕਰਨੇ ਨਾ, ਹਲੇ ਜਿਹੜੇ ਮੈਂ ਲੋਕਾਂ ਕੋਲ ਜਾ ਰਿਹਾ ਇਹ ਜਾ ਰਿਹਾ ਵੀ ਸਾਡੀ ਗੌਰਮੈਂਟ ਨੇ ਕੀ ਕੰਮ ਕੀਤਾ, ਕਿਸਾਨਾਂ ਲਈ ਕੀਤਾ, ਸਾਡੇ ਮਜ਼ਦੂਰਾਂ ਲਈ ਕੀਤਾ, ਸਾਡੇ ਗਰੀਬ ਭਰਾਵਾਂ ਲਈ ਕੀਤਾ ਜਾਂ ਹਿੰਦੂ ਪਰਿਵਾਰਾਂ ਲਈ ਕੀਤਾ। ਜਿਵੇਂ ਅੱਜ ਐਜੂਕੇਸ਼ਨ ਪੰਜਾਬ ਦੀ ਡੇ ਬਾਏ ਡੇ ਗਰੋਥ ਕਰ ਰਹੀ ਹੈ, ਵਧੀਆ ਹੋ ਰਹੀ ਹੈ। ਜਿਵੇਂ ਅੱਜ ਮੁਹੱਲਾ ਕਲੀਨਿਕ ਬਣੇ ਆ ਅਤੇ ਮੁਹੱਲਾ ਕਲੀਨਿਕ ਜਿਹੜੀ ਸਾਡੀ ਮੈਡੀਸਨ ਹੈ ਉਹ 80 ਦੇ ਕਰੀਬ, ਜਿਹੜੀ 80 ਦੇ ਕਰੀਬ ਦਵਾਈਆਂ ਉੱਥੇ ਮਿਲਦੀਆਂ ਨੇ ਅਤੇ ਉਹਦੇ ਨਾਲ ਬੜਾ ਵੱਡਾ ਬੈਨੀਫਿਟ ਹੈ। ਜਿਹੜੀਆਂ ਹਰ ਹਲਕੇ 'ਚ ਲਾਇਬ੍ਰੇਰੀਆਂ ਖੁੱਲ੍ਹਦੀਆਂ ਨੇ, 7-8 ਲਾਇਬ੍ਰੇਰੀਆਂ ਖੁੱਲ੍ਹੀਆਂ ਨੇ, ਉਹਨਾਂ ਜਿਹੜੇ ਬੱਚੇ ਸਾਡੇ ਪਿੰਡਾਂ ਦੇ, ਕੋਈ ਗ੍ਰੈਜੂਏਟ ਕੀਤਾ, ਕਿਸੇ ਨੇ BCOM ਕੀਤਾ ਜਾਂ ਕਿਸੇ ਨੇ MSc ਕੀਤੀ ਹੈ, ਉਹ ਆਉਣ ਵਾਲੇ ਟਾਈਮ 'ਚ ਲਾਇਬ੍ਰੇਰੀ 'ਚ ਪੜ੍ਹ ਕੇ ਉਹ ਕੰਪੀਟੀਸ਼ਨ ਲਈ ਜਾਣਗੇ। ਕੋਈ ਚਾਹੇ ਕਲੈਰੀਕਲ ਜੋਬ ਹੋਵੇ, ਚਾਹੇ ਕੋਈ ਪੁਲਿਸ ਜੋਬ ਹੋਵੇ, ਜਾਂ ਕੋਈ PCR ਜੋਬ ਹੋਵੇ, ਇੱਦਾਂ ਦੀਆਂ ਬੁੱਕਸ ਉੱਤੇ ਆਉਣਗੇ ਤਾਂ ਕਿ ਸਾਡੇ ਬੱਚੇ ਪੜ੍ਹ ਕੇ, ਉਹ ਕੁੜੀਆਂ ਮੁੰਡੇ ਉੱਥੇ ਪੜ੍ਹ ਕੇ ਚੰਗਾ ਕੰਪੀਟੀਸ਼ਨ ਦੇਣ ਸਕਣ ਅਤੇ ਆਪਣਾ ਆਉਣ ਵਾਲੇ ਟਾਈਮ 'ਚ ਚੰਗੀ ਜੋਬ ਲੈਣ। ਅੱਛਾ, ਤੁਸੀਂ ਕਾਂਗਰਸ ਦਾ ਕਲਚਰ ਬਹੁਤ ਦੇਖਿਆ ਹੈ, ਹੁਣ ਤੁਸੀਂ ਆਮ ਆਦਮੀ ਪਾਰਟੀ 'ਚ ਆਏ ਹੋ, ਉੱਥੇ ਵੀ ਹਾਈਕਮਾਨ ਹੈ, ਇੱਥੇ ਵੀ ਹਾਈਕਮਾਨ ਹੈ, ਇਹ ਵੀ ਨੈਸ਼ਨਲ ਪਾਰਟੀ ਆ, ਉਹ ਵੀ ਨੈਸ਼ਨਲ ਪਾਰਟੀ ਸੀ, ਫਰਕ ਕੀ ਲੱਗਿਆ ਦੋਨਾਂ 'ਚ ਆ ਕੇ? ਫਰਕ ਕੀ ਲੱਗਿਆ ਜੀ, ਜੋ ਸਾਡੇ ਭਗਵੰਤ ਮਾਨ ਜੀ ਨੇ ਕਹਿਤਿਆ, ਕੇਜਰੀਵਾਲ ਸਾਹਿਬ ਨੇ ਕਹਿਤਿਆ, ਉਹ ਉਹਨੂੰ ਮੰਨਿਆ ਜਾਂਦਾ। ਮੈਂ ਦੱਸਦਾ ਉੱਥੇ ਵੀ ਤਾਂ ਰਾਹੁਲ ਗਾਂਧੀ ਨੇ ਜੋ ਕਹਿਤਾ ਮੰਨਿਆ ਜਾਂਦਾ ਸੀ ਕਿ ਉੱਥੇ ਬਹੁਤ ਪਾਵਰ ਸੈਂਟਰ, ਬਹੁਤ ਬਿਲਕੁਲ ਨਹੀਂ ਮੰਨਿਆ ਜਾਂਦਾ, ਕਿਉਂਕਿ ਮੈਂ ਇਹ ਚੀਜ਼ ਦੇਖੀ ਹੈ, ਮੈਂ ਆਪਦੀ ਇਲੈਕਸ਼ਨ 'ਚ ਵੇਖੀ ਹੈ। ਮਤਲਬ ਉਹੀ ਮੈਂ ਜਾਣਨਾ ਚਾਹ ਰਿਹਾ ਕਿ ਨਿੱਜੀ ਤਜਰਬਾ ਕੀ? ਮੈਂ ਨਿੱਜੀ ਤਜਰਬਾ ਕੀ ਸੀ, ਕਿਉਂਕਿ ਮੇਰੇ ਹਲਕੇ 'ਚ ਰਾਹੁਲ ਗਾਂਧੀ ਜੀ ਆਏ, ਉਹਨਾਂ ਨੂੰ ਇੱਕ ਵੀ ਮੈਂ ਅਸੀਂ ਕਿਹਾ ਵੀ ਯਾਰ ਚੀਫ ਮਿਨਿਸਟਰ ਦਾ ਭਰਾ ਸਾਡੇ ਹਲਕੇ 'ਚ ਲੜ ਰਿਹਾ। ਅੱਛਾ, ਲੇਕਿਨ ਇੰਚਾਰਜ ਨੂੰ ਵੀ ਦੱਸਿਆ ਗਿਆ ਅਤੇ ਲੇਕਿਨ ਉਹ ਤਾਂ ਕੋਈ ਐਕਸ਼ਨ ਨਹੀਂ ਹੋਇਆ। ਇੱਥੇ ਤਾਂ ਮੈਂ ਜੁਆਇਨ ਕੀਤੀ ਆਮ ਆਦਮੀ ਪਾਰਟੀ, ਮੈਂ 7 ਨੂੰ ਮੈਂ CM ਸਾਹਿਬ ਨੂੰ ਮਿਲਿਆ, ਠੀਕ ਹੈ, ਅਤੇ 9 ਨੂੰ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ। ਜਦੋਂ ਮੈਂ ਪਾਰਟੀ, ਜਦੋਂ ਮੈਸੇਜ ਆਉਂਦੇ ਨਾ ਵਟਸਐਪ 'ਤੇ ਆਉਂਦੇ ਆ, ਕੋਈ ਨੈਗੇਟਿਵਿਟੀ ਆਉਂਦੀ, ਕੋਈ ਪੋਜ਼ਿਟਿਵਿਟੀ ਆਉਂਦੀ ਹੈ, ਮੈਂ ਦੱਸਾਂ 98% ਪੋਜ਼ਿਟਿਵਿਟੀ ਆਈ ਲੋਕਾਂ 'ਚ ਵੀ ਬਹੁਤ ਵਧੀਆ ਹੋ ਗਿਆ ਜੀ, ਵੀ ਆਮ ਪਾਰਟੀ 'ਚ ਆਉਣਾ ਚਾਹੀਦਾ ਸੀ, ਵੀ ਕਾਂਗਰਸ ਪਾਰਟੀ GP ਨੂੰ ਮਤਲਬ ਤੰਗ ਪਰੇਸ਼ਾਨ ਲੀਡਰ ਕਰਦੇ ਸੀ, ਉਹ ਚੀਜ਼ ਬੜੀ ਹੋਈ। ਪਰ GP ਜੀ ਨੂੰ ਲੋਕਤੰਤਰ ਵੀ ਕਿਹਾ ਜਾਂਦਾ ਨਾ, ਮਤਲਬ ਲੋਕਤੰਤਰ ਦਾ ਮਤਲਬ ਇਹ ਹੈ ਕਿ ਫਰੀਡਮ ਆਫ ਐਕਸਪ੍ਰੈਸ਼ਨ, ਤੁਸੀਂ ਪਾਰਟੀ 'ਚ ਰਹਿ ਕੇ ਗੱਲ ਨਾ ਕਰ ਸਕੋ। ਕਾਂਗਰਸ ਇੱਕੋ ਲਾਈਨ ਬੋਲਦੀ ਹੈ, ਕਹਿੰਦੀ ਸਾਡੀ ਪਾਰਟੀ 'ਚ ਡੈਮੋਕ੍ਰੇਸੀ ਹੈ, ਕੋਈ ਕੁਛ ਵੀ ਕਹਿ ਸਕਦਾ, ਕੋਈ ਦਿੱਕਤ ਨਹੀਂ। ਐਕਚੁਅਲੀ ਕੀ ਹੈ,
ਜਦੋਂ ਯਾਰ ਗੱਲ ਸੁਣੋ, ਤੁਹਾਡਾ ਕਾਂਗਰਸ ਪਾਰਟੀ ਦਾ ਕੋਈ ਲੀਡਰ ਲੜ ਰਿਹਾ ਜਾਂ ਕੋਈ MLA ਲੜ ਰਿਹਾ ਜਾਂ ਕੋਈ MP ਲੜ ਰਿਹਾ, ਜਦੋਂ ਤੂੰ ਉਹਦੀਆਂ ਉਹਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਕਰ ਦੋਗੇ? ਪਰ ਟਿਕਟ ਨਹੀਂ ਨਾ ਦਿੱਤੀ ਉਹਨਾਂ ਨੇ, ਉਹਨਾਂ ਨੇ ਕਿ ਡਾਕਟਰ ਮਨਮੋਹਨ ਨੂੰ ਟਿਕਟ ਦੇ ਦਿੱਤੀ, ਹੁਣ ਆਜ਼ਾਦ ਤਾਂ ਕੋਈ ਵੀ ਜਾ ਕੇ ਲੜ ਸਕਦਾ? ਨਹੀਂ ਲੜ ਸਕਦਾ ਜੀ, ਹਰ ਬੰਦਾ ਲੜ ਸਕਦਾ। ਪਰ ਚੀਫ ਮਿਨਿਸਟਰ ਨੇ ਜਦੋਂ ਰਾਤ ਨੂੰ ਉਹਦਾ ਨਾਲ ਕੋਈ ਜਦੋਂ ਉਹਨਾਂ ਦਾ ਕੋਈ ਮੀਡੀਆ ਰਾਹੀਂ ਕੋਈ ਹੁੰਦਾ ਸੀ ਜਾਂ ਉਹਦੀ ਇੰਟਰਵਿਊ ਹੁੰਦੀ ਸੀ, ਜਦੋਂ ਉਹਨਾਂ ਦਾ ਭਰਾ ਉਹਦੇ ਨਾਲ ਬੈਠਾ, ਫਿਰ ਉਹ ਕੀ ਮੈਸੇਜ ਆ ਰਿਹਾ? ਜਦੋਂ ਕਿਸੇ ਚੀਫ ਮਿਨਿਸਟਰ ਨੇ ਗੱਲ ਕਰਨੀ ਸਰਪੰਚਾਂ ਨਾਲ, ਮੈਂ ਤੁਹਾਡੇ ਆਉਣ ਵਾਲੇ ਟਾਈਮ 'ਚ ਮੈਂ ਮੁੱਖ ਮੰਤਰੀ ਬਣਨਾ, ਮੈਂ ਕੰਮ ਕਰਾਂਗਾ, ਠੀਕ ਹੈ ਨਾ? ਇਹ ਚੀਜ਼ਾਂ ਜਦੋਂ ਹੋਈਆਂ ਨੇ, ਜੇ ਜਾਂ ਤਾਂ ਵੀ ਉਹ ਆਵੇ ਨਾ ਚੈਨਲ 'ਤੇ, ਕੋਈ ਨਾ ਆਵੇ, ਜਾਂ ਚੈਨਲ 'ਤੇ ਕਹੂੰਗੀ ਸਾਰੇ ਖਾਣਾ ਇਕੱਠਾ ਕਰਨੇ, ਅਸੀਂ ਸਾਰੇ ਇਕੱਠੇ ਰਹਿੰਦੇ ਹਾਂ, ਇੱਕ ਮੈਸੇਜ ਤਾਂ ਹੀ ਚਾਹੁੰਦੇ ਸੀ ਨਾ ਕਿ ਮੁੱਖ ਮੰਤਰੀ ਮੈਂ ਲੜਾਈ ਲੜ ਸਕਦਾ ਜੀ, ਨੋ ਡਾਊਟ। ਜਦੋਂ ਚੀਫ ਮਿਨਿਸਟਰ ਡਿਕਲੇਅਰ ਹੋਇਆ ਵੀ ਦੁਬਾਰੇ ਚੀਫ ਮਿਨਿਸਟਰ ਇਹਨੇ ਬਣਨਾ, ਤਾਂ ਜਿਹੜੇ MLA ਜਿਹੜੇ ਕਾਂਗਰਸ ਪਾਰਟੀ ਦੀ ਲੜਾਈ, ਉਹ ਲੜਾਈ ਲੜਨੀ ਔਖੀ ਹੋ ਜਾਂਦੀ ਹੈ। ਅਗਲਾ ਇਹ ਦੇਖਦਾ ਵੀ ਚੀਫ ਮਿਨਿਸਟਰ ਤਾਂ ਇਹਨੇ ਬਣਨਾ, ਵੀ GP ਦੀ ਨਹੀਂ ਚੱਲਣੀ, ਜੇ MLA ਬਣ ਗਿਆ ਉਹ ਲੋਕਾਂ 'ਚ ਨਾ ਮੈਸੇਜ ਗਰਾਊਂਡ ਤਾਂ ਤੁਸੀਂ ਜਿੱਤ ਜਾਂਦੇ? ਮੈਂ ਬਿਲਕੁਲ ਜਿੱਤ, ਤੁਸੀਂ ਜਿੱਤ ਜਾਂਦੇ। ਜਿਹੜਾ ਮੈਂ ਕੰਮ ਕੀਤੇ ਸੀ, ਮੈਂ ਦੱਸਦਾ ਲੋਕਾਂ ਦੇ ਜਿਹੜੇ ਕੰਮ ਕੀਤੇ ਆ, ਉਹਨਾਂ ਨੂੰ ਇਹ ਲੱਗਿਆ ਇੱਕ CM ਦਾ ਭਰਾ ਲੜ ਰਿਹਾ, ਇੱਕ GP ਲੜ ਰਿਹਾ, ਵੀ ਇਹਨਾਂ 'ਚ ਆਪਸੀ ਇਤਫਾਕ ਨਹੀਂ ਹੈਗਾ ਵੀ ਕੱਲ ਨੂੰ CM ਚੰਨੀ ਹੋਰਾਂ ਨੇ ਬਣਨਾ ਤਾਂ ਫਿਰ ਥੋੜੀ ਚੱਲਣੀ ਨਹੀਂ, ਹਾਂ ਵੀ ਚੱਲਣੀ ਨਹੀਂ, ਵੀ ਵੋਟਾਂ ਆਪਾਂ ਦੂਜੇ ਪਾਸੇ ਪਾ ਦਿਓ, ਇਹ ਚੀਜ਼ ਹੋਈ ਆ। ਸਾਡੇ ਨਿਊਜ਼ ਰੂਮ 'ਚ ਬਹੁਤ ਸਾਰੇ ਸਾਥੀ ਹੈਗੇ ਨੇ, ਇਨਫੈਕਟ GP ਤੁਹਾਡੇ ਹਲਕੇ ਦੇ ਬੱਸੀ ਪਠਾਣਾ ਦੇ ਵੀ ਇੱਥੇ ਸਾਡੇ ਨਾਲ ਕੁਝ ਸਾਡੇ ਸਹਿਯੋਗੀ ਆ ਜਿਹੜੇ ਕੰਮ ਕਰਦੇ ਆ, ਮੌਣਾ ਤਾਂ ਵੀ ਕੋਸ਼ਿਸ਼ ਵੀ ਬੱਸੀ ਪਠਾਣਾ ਮੈਂ ਖੁਦ ਵੀ ਹੈਗਾ, ਇਹ ਵੀ ਤੁਹਾਡੇ ਵੋਟਰ ਨੇ। ਹਾਂ ਮੈਨੂੰ ਪਤਾ, ਚਲੋ ਮੈਂ ਉਹਨਾਂ ਤੋਂ ਸਵਾਲ ਲੈਣਾ। ਸਾਨੂੰ ਤਾਂ ਬੜਾ ਮਾਣ ਹੈ ਇਹਨਾਂ 'ਤੇ ਵੀ ਸਾਡੇ ਭਰਾ ਇੱਕ ਬਹੁਤ ਵਧੀਆ ਰਾਈਜ਼ ਕਰ ਰਹੇ ਆ। ਚਲੋ ਮੈਂ ਸਵਾਲ ਜ਼ਰੂਰ ਲਵਾਂਗਾ ਸਾਡੇ ਸਹਿਯੋਗੀ। ਦੇਖੋ ਪਿੱਛੇ ਮੈਂ ਪਹਿਲਾਂ ਕਿਹਾ ਨਾ ਕਿ ਬੱਸੀ ਵਾਲਿਆਂ ਦੀ ਲਿਸਟ ਬਹੁਤ ਲੰਬੀ ਹੈ ਇੱਥੇ। GP ਜੀ, ਸਵਾਲ ਮੇਰਾ ਇਹ ਹੈ ਕਿ ਪਾਰਟੀਆਂ ਬਦਲਣ ਦੀ ਗੱਲ ਹੋ ਰਹੀ ਹੈ, ਦਲ ਬਦਲੀਆਂ ਦੀ ਗੱਲ ਹੋ ਰਹੀ ਹੈ, ਪਾਰਟੀਆਂ ਲੀਡਰ ਬਦਲਦੇ ਨੇ, ਪਰ ਤੁਸੀਂ PPP 'ਚੋਂ ਅਕਾਲੀ ਦਲ 'ਚੋਂ ਕਾਂਗਰਸ, ਕਾਂਗਰਸ 'ਚੋਂ ਆਪ, ਚਾਰ ਪਾਰਟੀਆਂ ਬਦਲ ਚੁੱਕੇ ਹੋ, ਕਿਉਂ? ਐਕਚੁਅਲੀ ਗੱਲ ਇਹ ਹੈ ਜੀ, ਜਦੋਂ ਨਾ ਜੀ ਹਰ ਬੰਦਾ ਆਪਦੀ ਲੜਾਈ ਲੜਨਾ ਚਾਹੁੰਦਾ, ਅੱਗੇ ਆਉਣਾ ਚਾਹੁੰਦਾ, ਜਦੋਂ ਪਾਰਟੀਆਂ ਖਰਾਬ ਕਰਦੀਆਂ ਨੇ, ਮਤਲਬ ਮੈਂ ਜਦੋਂ ਉੱਥੇ ਇੰਚਾਰਜ ਸੀਗਾ, ਜਦੋਂ ਮੇਰੇ ਨਾਲ ਧੋਖਾ ਹੁੰਦਾ ਮੈਂ ਚਾਂ ਚੇਂਜ ਕੀਤੀ ਆ, ਜਦੋਂ ਮੇਰੇ ਨਾਲ ਹਰ ਵਾਰੀ ਧੋਖਾ ਹੋਣ ਦੀ ਗੱਲ ਕੀਤੀ, ਜਦੋਂ ਮੈਂ ਉੱਥੇ ਇੰਚਾਰਜ ਸੀਗਾ, ਮੈਂ 9 ਤੋਂ ਲੈ ਕੇ ਉੱਥੇ ਇੰਚਾਰਜ ਰਿਹਾ ਆਪਣਾ ਚਮਕੌਰ ਸਾਹਿਬ ਦਾ, ਜੇ 11 'ਚ ਦੁਬਾਰੇ ਚੰਨੀ ਜੀ ਫਿਰ ਕਾਂਗਰਸ ਆ ਜਾਂਦੇ ਆ, ਫਿਰ ਮੈਂ ਤਾਂ ਲੜਨਾ ਹੀ ਆ ਨਾ। ਅਤੇ ਗੱਲ ਇਹ ਹੈ ਬਈ ਜਦੋਂ ਮੈਂ ਸੇਵਾ ਕੀਤੀ ਆ 3 ਸਾਲ, ਵੀ ਮੈਂ ਕੁਛ ਨਾ ਕੁਛ ਕਰਾਂ, ਚਲੋ ਮੈਨੂੰ ਟਿਕਟ ਨਹੀਂ ਦਿੱਤੀ ਪਾਰਟੀ ਨੇ, ਮੈਂ ਮਗਾ ਲੜਾਂ, ਚਲੋ ਮੈਂ ਲੜਿਆ, ਅਤੇ ਬਾਕੀ 17 'ਚ ਫਿਰ ਮੇਰੇ ਕੋਲ ਕਾਂਗਰਸ ਪਾਰਟੀ ਨੇ ਵੀ ਤੁਹਾਡਾ ਵੀ ਬੜਾ ਵਧੀਆ ਸਰਵੇ ਆ ਰਿਹਾ, ਤੁਸੀਂ ਕੰਮ ਕਰਦੇ ਹੋ, ਅਤੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਜਿਹੜੇ ਸਾਡੇ MLA ਸੀ ਉਹਨਾਂ ਮੈਨੂੰ ਅਪਰੋਚ ਕੀਤਾ, ਜਾਣਾ ਤਾਂ ਮੈਂ ਉਦੋਂ ਵੀ ਆਮ ਪਾਰਟੀ ਜਾਣਾ ਚਾਹੁੰਦਾ, ਤੁਹਾਨੂੰ ਸਹੀ ਦੱਸਾਂ, ਕਿਉਂਕਿ ਮੇਰੀ ਮੀਟਿੰਗ ਹੋ ਗਈ ਸੀ, ਮੈਂ 17 'ਚ ਉੱਥੋਂ ਲੜਦਾ ਸੀ। ਜਦੋਂ ਮੈਂ ਪਾਰਟੀ ਜੁਆਇਨ ਕੀਤੀ ਕਾਂਗਰਸ, ਤਾਂ ਚੰਨੀ ਜੀ ਭੱਜ ਕੇ ਆਇਆ, ਚੰਨੀ ਨੂੰ ਸਾਹ ਆ ਗਿਆ ਵੀ GP ਕਾਂਗਰਸ ਆ ਗਿਆ, ਹੁਣ ਮੈਨੂੰ ਤੰਗ ਚਮਕੌਰ 'ਚ ਨਹੀਂ ਕਰੂਗਾ। ਨਾਲ ਦੀ ਨਾਲ ਹੀ ਤੁਹਾਨੂੰ ਟਿਕਟ ਮਿਲ ਗਈ ਸੀ ਜਦੋਂ ਕਾਂਗਰਸ ਜੁਆਇਨ ਕਰਦੇ ਹੀ। ਇੱਕ ਸਵਾਲ ਮੇਰਾ ਹੋਰ ਹੈ, ਕੀ ਤੁਸੀਂ ਹੁਣ ਕਾਂਗਰਸ ਪਾਰਟੀ 'ਚੋਂ ਆਪ 'ਚ ਇਕੱਲੇ ਆਏ ਹੋ, ਜਾਂ ਤੁਹਾਡੇ ਕੋਈ ਸਾਥੀ, ਕੋਈ ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕੋਈ ਸਰਪੰਚ, ਪੰਚ, ਕੋਈ ਮਹੱਤਵਪੂਰਨ ਬੰਦੇ ਵੀ ਆਏ ਨੇ, ਜਾਂ ਫਿਰ ਇਕੱਲੇ GP ਕਾਂਗਰਸ ਛੱਡ ਕੇ ਆਪ 'ਚ ਆਏ ਨੇ? 90 ਦੇ ਕਰੀਬ ਸਰਪੰਚ ਆਏ ਨੇ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਆਏ ਨੇ, ਬਲਾਕ ਸਮਿਤੀ ਚੇਅਰਮੈਨ ਆਏ ਆ, ਬਲਾਕ ਸਮਿਤੀ ਮੈਂਬਰ ਆਏ ਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਆਏ ਆ, ਅਤੇ ਮੇਰੇ ਨਾਲ ਹੁਣ ਫਤਿਹਗੜ੍ਹ ਸਾਹਿਬ ਤਾਂ ਅੱਧਾ ਹਲਕਾ ਹੀ ਮੇਰੇ ਨਾਲ ਆ ਗਿਆ, ਸਾਡਾ ਬੱਸੀ ਵੀ ਸਾਰਾ ਹੀ ਆ ਗਿਆ, ਅਤੇ ਬਾਕੀ ਮੈਂ ਜਿਹੜਾ ਮੇਰੇ 'ਤੇ ਮਲੋਹ ਮੇਰਾ ਹਲਕਾ ਪੈਂਦਾ,
ਫਤਿਹਗੜ੍ਹ ਸਾਹਿਬ ਪੈਂਦਾ ਅਤੇ ਮੇਰਾ ਬੱਸੀ ਪੈਂਦਾ। ਮੈਨੂੰ ਪੂਰੀ ਯਾਦ ਸੀ ਸਾਰਾ ਹੀ ਕਿਉਂ ਫਤਿਹਗੜ੍ਹ ਸਾਹਿਬ ਨੂੰ ਪਹਿਲੀ ਵਾਰੀ ਕੈਂਡੀਡੇਟ ਮਿਲਿਆ ਆਪਣਾ ਮੈਂਬਰ ਪਾਰਲੀਮੈਂਟ ਲਈ, ਅਤੇ ਅੱਜ ਪੂਰੀ ਆਸ ਹੈ ਬਹੁਤ ਲੀਡ ਨਾ ਮੈਂ ਹੁਣ ਦੇ ਸਵਾਲ ਦੇ ਵਿੱਚ ਇੱਕ ਐਡ ਕਰ ਦਿਉ, ਉਹਨਾਂ ਨੇ ਚਾਰ ਪਾਰਟੀਆਂ ਗਿਣਾਤੀਆਂ ਸੀ, ਪੰਜਵੀਂ ਇੱਕ ਬੀਜੇਪੀ ਵੀ ਰਹਿੰਦੀ ਹੈ। ਹੁਣ ਜਿਹੜੇ ਤੁਹਾਡੇ ਵੋਟਰ ਸਪੋਰਟਰ ਆ ਉਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ ਹੁਣ ਚਾਰ ਰਹਿ ਗਈਆਂ ਕਿਤੇ ਪੰਜਵੀਂ ਵਾਲੇ ਪਾਸੇ ਨੂੰ ਨਾ ਹੋ ਜਾਓ, ਵੀ ਕੋਈ ਜਿਹਦਾ ਕੀ ਗੱਲ ਹੈ, ਜਿਹਦੇ ਮੁੱਖ ਮੰਤਰੀ ਮਿੱਤਰ ਹੋਣ, ਜਿਹੜੇ ਮੁੱਖ ਮੰਤਰੀ ਕੰਮ ਕਰਦੇ ਹੋਣ, ਜਿਹੜੇ ਮੁੱਖ ਮੰਤਰੀ ਲੋਕਾਂ 'ਚ ਰਹਿੰਦੇ ਹੋਣ, ਅਤੇ ਮੈਂ ਉਹਨੂੰ ਛੱਡ ਸਕਦਾ ਨਹੀਂ। ਮਿੱਤਰ ਤਾਂ ਤੁਹਾਡੇ ਕੈਪਟਨ ਅਮਰਿੰਦਰ ਸਿੰਘ ਵੀ? ਨਹੀਂ ਨਹੀਂ, ਬਿਲਕੁਲ ਕੈਪਟਨ ਅਮਰਿੰਦਰ ਸਿੰਘ ਨਾ ਮੇਰੇ ਇਹ ਨਹੀਂ ਸੀ, ਕੈਪਟਨ ਅਮਰਿੰਦਰ ਸਿੰਘ ਸਾਡਾ ਬਹੁਤ ਵੱਡਾ ਗੈਪ ਸੀ, ਬਹੁਤ ਵੱਡਾ ਗੈਪ ਸੀ ਉਹਨਾਂ ਦਾ, ਡਿਫਰੈਂਸ ਸੀ। ਜਿਹੜੇ ਭਗਵੰਤ ਮਾਨ ਜੀ ਲੋਕਾਂ 'ਚ ਰਹਿੰਦੇ ਆ, ਲੋਕਾਂ ਦੇ ਹਰਮਨ ਪਿਆਰੇ ਆ, ਜਦੋਂ ਮਰਜ਼ੀ ਅਸੀਂ ਮਿਲ ਸਕਦੇ। ਮੈਂ ਇੱਕ ਹੋਰ ਸਵਾਲ ਜਾਵਾਂ ਉਸ ਤੋਂ ਪਹਿਲਾਂ, ਸੁਨੀਲ ਜਾਖੜ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਬੜੀ ਚਰਚਾ ਹੋਈ ਸੀ 2017 ਜਦੋਂ ਕੈਪਟਨ ਨੂੰ ਹਟਾਇਆ ਗਿਆ। ਜਾਖੜ ਕਹਿੰਦੇ ਕਿ 40 MLA ਮੇਰੇ ਪੱਖ ਦੇ ਵਿੱਚ ਸੀ, ਕੀ ਤੁਸੀਂ ਉਹਨਾਂ ਦੇ ਵਿੱਚ ਸੀ? ਕਹਿਣ ਦਾ ਮਤਲਬ, ਚਲੋ ਆਪਣੇ ਜਿਹੜੇ ਜਾਖੜ ਸਾਹਿਬ ਬਹੁਤ ਵਧੀਆ ਇਨਸਾਨ ਹੈ, ਬੜੇ ਚੰਗੇ ਇਨਸਾਨ ਹੈ, ਉਹਨਾਂ 'ਚ ਇੱਕ ਵਿਜ਼ਨ ਹੈਗਾ, ਉਹਨਾਂ ਦਾ ਕੁਛ ਹੈ ਵੀ ਮੈਂ ਕੁਛ ਨਾ ਕੁਛ ਕਰਾਂ। ਜੇ ਉਦੋਂ ਚੀਫ ਮਿਨਿਸਟਰ ਉਹਨਾਂ ਨੂੰ ਬਣਾਇਆ ਹੁੰਦਾ ਤਾਂ ਕੱਲ੍ਹ ਕੁਛ ਹੋ। ਮਤਲਬ ਤੁਸੀਂ ਸਪੋਰਟ ਕਰਨ ਵਾਲਿਆਂ ਦੇ ਵਿੱਚ ਤੁਸੀਂ ਚੰਨੀ ਹੋਰਾਂ ਤੋਂ ਬੈਟਰ ਸਮਝਦੇ ਸੀ? ਮੈਂ ਚੰਨੀ ਤੋਂ ਬੈਟਰ ਸਮਝਦਾ, ਬਿਲਕੁਲ ਬੈਟਰ। ਚਲੋ ਹੋਰ ਸਵਾਲ ਲੈ ਲੈਂਦੇ ਹਾਂ ਕਿ ਹੋਰ ਇੱਕ ਹੋਰ ਮੁੰਡਾ ਆ ਗਿਆ, ਇਹ ਵੀ ਬੱਸੀ ਦਾ। ਭਾਈ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਜੀ। ਸਤਿ ਸ਼੍ਰੀ ਅਕਾਲ। ਅਤੇ ਸਰ ਮੈਂ ਬੱਸੀ ਤੋਂ ਆਉਂਦਾ, ਅਤੇ ਬੱਸੀ ਦੀ ਜਿਵੇਂ ਲੋੜ ਇਸ ਟਾਈਮ ਦੇਖੀ ਜਾਵੇ ਤਾਂ ਇੰਡਸਟਰੀ ਦੀ ਲੈ ਕੇ ਕਾਫੀ ਜ਼ਿਆਦਾ ਆਪਣੇ ਆਪ ਦੇ ਵਿੱਚ ਚਰਚਾਵਾਂ ਨੇ। ਤੁਹਾਨੂੰ ਵੀ ਪਤਾ ਬੱਸੀ ਦੇ ਵਿੱਚ ਪਹਿਲਾਂ ਡੱਬੀ ਫੈਕਟਰੀ ਹੁੰਦੀ ਸੀ, ਬਹੁਤ ਜ਼ਿਆਦਾ ਮਸ਼ਹੂਰ ਹੁੰਦੀ ਸੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਹੀ। ਅੱਜ ਉਹ ਆਪਣੇ ਆਖਰੀ ਸਾਹ ਗਿਣ ਰਹੀ ਹੈ। ਜਿਹੜੀ ਉੱਥੇ ਇੰਡਸਟਰੀ ਸੀ ਉਹ ਬਿਲਕੁਲ ਹੀ ਘਟ ਕੇ ਜਮਾਂ ਹੀ ਮਤਲਬ ਨਾ ਮਾਤਰ ਰਹਿ ਚੁੱਕੀ ਹੈ, ਲੋਕ ਉੱਥੋਂ ਬਾਹਰ ਜਾ ਰਹੇ ਨੇ। ਤੁਸੀਂ ਉਹਨਾਂ ਦੇ ਲਈ ਕੀ ਕਰੋਗੇ ਜਾਂ ਫਿਰ ਆਪਣੀ ਸਰਕਾਰ ਤੁਸੀਂ ਕੀ ਕੀਤਾ? ਮੈਂ ਦੱਸਦਾ ਜੀ, ਉੱਥੇ ਬਹੁਤ ਦੇਰ ਤੋਂ ਜਿਵੇਂ ਤੁਸੀਂ ਬੱਸੀ ਨੂੰ ਬਿਲੋਂਗ ਕਰਦੇ ਹੋ, ਉੱਥੇ ਸਿਲਾਈ ਮਸ਼ੀਨਾਂ ਦਾ ਕੰਮ ਸੀਗਾ, ਵੀ ਉੱਥੇ ਸਿਲਾਈ ਮਸ਼ੀਨਾਂ ਕਰਕੇ ਬੱਸੀ ਜਾਣਿਆ ਜਾਂਦਾ ਸੀ। ਅਤੇ ਜਦੋਂ ਮੈਂ 17 ਜਿੱਥੇ ਗਿਆ, ਮੇਰਾ ਇਹ ਸੀ ਵੀ ਮੈਂ ਇੱਥੇ ਇੰਡਸਟਰੀ ਲੈ ਕੇ ਆਵਾਂਗਾ ਵੀ ਮੈਂ, ਪਰ ਮੈਨੂੰ ਉਦੋਂ ਜਦੋਂ ਆਪਣਾ 18 ਦੀ ਗੱਲ ਹੈ ਤਾਂ ਉੱਥੇ ਬੇਰਕਾ ਤੁਹਾਨੂੰ ਬੜਾ ਵੱਡਾ ਪਲਾਂਟ ਉੱਤੇ ਲੱਗਿਆ, ਅਤੇ ਉਹ ਵੀ ਮੇਰੀ ਕੋਸ਼ਿਸ਼ ਕਰਕੇ 26 acres 'ਚ ਪ੍ਰੋਜੈਕਟ ਲੱਗਿਆ ਸੀਗਾ ਵੀ ਮੈਂ ਉੱਥੇ ਇੰਡਸਟਰੀ ਲੈ ਕੇ ਆਵਾਂ। ਚਲੋ ਇੰਡਸਟਰੀ ਹੋ ਗਈ ਜੀ, ਲੱਗ ਵੀ ਗਿਆ ਸਾਰਾ ਕੁਛ ਉੱਥੇ, ਘੱਟੋ ਘੱਟ ਆਉਣ ਵਾਲੇ ਟਾਈਮ 'ਚ ਚੱਲੇ ਨਾ ਚਾਲੂ ਹਾਲ ਚੱਲੇ, ਮਤਲਬ ਕੰਮ ਸ਼ੁਰੂ ਹੋਇਆ, ਆਉਣ ਵਾਲੇ ਟਾਈਮ 'ਚ ਜਿਹੜੀ ਉੱਥੇ ਜੋਬ ਲੋਕਾਂ ਨੂੰ ਮਿਲਣਗੀਆਂ। ਬਾਕੀ ਬਸੀ ਸ਼ਹਿਰ ਦੀ ਮੈਂ ਗੱਲ ਕਰਦਾ, ਬਸੀ ਸ਼ਹਿਰ ਜਿਹੜਾ ਸੁੰਦਰ ਕਰਨ 'ਚ ਮੇਰਾ ਬਹੁਤ ਵੱਡਾ ਯੋਗ, ਤੁਹਾਨੂੰ ਪਤਾ ਹੀ ਹੈ ਸਰ ਵੀ ਜਿੱਥੇ ਜਾਣ ਨੂੰ ਵੀ ਰਸਤਾ ਨਹੀਂ ਸੀਗਾ, ਅਤੇ ਉੱਥੇ ਮੈਂ ਬਸੀ ਰਸਤੇ ਵੀ ਬਣਾਏ, ਅਤੇ ਆਉਣ ਵਾਲੇ ਟਾਈਮ 'ਚ ਸਾਡੇ ਇੱਕ ਬਹੁਤ ਵੱਡਾ ਉੱਥੇ ਬਾਂਦਰਾਂ ਟੋਭਾ ਜਿਹਨੂੰ ਕਹਿੰਦੇ ਆਪਾਂ, ਅਤੇ ਉੱਥੇ ਆਉਣ ਵਾਲੇ ਟਾਈਮ 'ਚ ਬਹੁਤ ਵਧੀਆ ਪਾਰਕ ਮੈਂ ਬਣਾਊਂਗਾ। ਉਹ ਮੇਰਾ ਮਿਸ਼ਨ ਸੀ ਮੈਂ ਬਸੀ ਸ਼ਹਿਰ ਨੂੰ ਸੁੰਦਰ ਕਰਨਾ, ਕਿਉਂਕਿ ਸ੍ਰੀ ਫਤਿਹਗੜ੍ਹ ਸਾਹਿਬ ਸਾਡਾ ਬੜਾ ਇਤਿਹਾਸਿਕ, ਸਾਡਾ ਜਿੱਥੇ ਬਹੁਤ ਵੱਡੀ ਕੁਰਬਾਨੀ ਸਾਡੇ ਗੁਰਪੀਰ ਪੈਗੰਬਰਾਂ ਦੀ ਹੋਈ ਹੈ, ਜਿਵੇਂ ਮਾਤਾ ਗੁਜਰ ਕੌਰ ਅਤੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਆਉਣ ਵਾਲੇ ਟਾਈਮ 'ਚ ਪਰਮਾਤਮਾ ਸੁੱਖ ਰੱਖੇ ਜਿਹੜੀ ਸਾਡੀ ਭਾਈਵਾਲ ਹੈ ਅੱਜ, ਜਿਹੜਾ ਹੁਣ ਤਾਂ ਬਸੀ ਤੱਕ ਸੀਮਤ ਨਹੀਂ ਰਹਿ ਗਿਆ ਨਾ, ਹਾਂਜੀ ਅੱਗੇ ਹਲਕੇ ਹੋਰ ਜੁੜ ਗਏ ਨੇ, ਬਾਬਾ ਜਗ੍ਹਾ ਹੋ ਗਈ, ਕਿੱਥੇ ਬੜਾ ਹੈਰੀਟੇਜ, ਇੱਕ ਟੂਰਿਸਟ ਹੱਬ ਬਣਾਉਣਾ ਚਾਹੁੰਦਾ ਤਾਂ ਕਿ ਉੱਥੇ ਦੂਜੀਆਂ ਕੰਟਰੀਆਂ ਤੋਂ ਲੋਕ ਦੂਜੀਆਂ ਸਟੇਟਾਂ ਤੋਂ ਆ ਕੇ ਉਹ ਸ਼ਹਾਦਤ ਵਾਲੀ ਧਰਤੀ ਨੂੰ ਯਾਦ ਵੀ ਕਰੇ, ਉੱਥੇ ਆ ਕੇ ਮੱਥਾ ਟੇਕਣ। ਸਰ ਇੱਕ ਹੋਰ ਸਵਾਲ ਸੀਗਾ ਮੇਰਾ, ਸਰ ਜਿਵੇਂ ITI ਆ ਉੱਥੇ ਬਸੀ ਦੇ ਵਿੱਚ, ਅਤੇ ਤੁਹਾਨੂੰ ਪਤਾ ITI ਦੇ ਵਿੱਚ ਉੱਥੋਂ ਕਾਫੀ ਦੂਰੋਂ ਦੂਰੋਂ ਲੋਕ ਕੋਰਸ ਕਰਨ ਦੇ ਲਈ ਆਉਂਦੇ ਸੀਗੇ, ਪਰ ਹੁਣ ਉੱਥੇ ਅੱਧੀ ਸਟ੍ਰੀਮਸ ਬੰਦ ਹੋ ਗਈਆਂ ਨੇ, ਮਤਲਬ ਕਿ ਉਹ ਵੀ ਇੱਕ ਤਰ੍ਹਾਂ ਦੀ ਬਹੁਤ ਘੱਟ ਸਟ੍ਰੀਮਸ ਰਹਿ ਗਈਆਂ ਨੇ, ਅਤੇ ਤੁਸੀਂ ਵੀ ਸਰਕਾਰ ਦੇ ਵਿੱਚ ਰਹੇ ਹੋ, ਕਾਂਗਰਸ ਸਰਕਾਰ ਰਹੀ ਹੈ, ਤੁਸੀਂ ਉਹਨਾਂ ਦੇ ਲਈ ਕੀ ਕੀਤਾ ਕਿ ਦੁਬਾਰ ਤੋਂ ਚੱਲ ਜਾਣ? ਕਿਉਂਕਿ ਅੱਜ ਅਸੀਂ ਵੀ ਦੇਖਦੇ ਹਾਂ ਕਿ ਇਸ ਸਮੇਂ ਉੱਥੇ ਪੂਰਾ ਮੇਲਾ ਭਰਦਾ ਹੁੰਦਾ ਸੀ ਦੁਪਹਿਰ ਦੇ ਸਮੇਂ, ਅਤੇ ਅੱਜ ਚਲੇ ਜਾਓ ਬਿਲਕੁਲ ਉੱਥੇ ਸਟੂਡੈਂਟਸ ਬਿਲਕੁਲ ਹੀ ਨਾ ਮਾਤਰ ਨੇ। ਐਕਚੁਅਲੀ ਕਿ ਮੈਂ ਨਾ ਪਹਿਲਾਂ ਬੜੀ ਕੋਸ਼ਿਸ਼ ਕੀਤੀ ਹੈ, ਉਹ ਜਦੋਂ 2-2.5 ਸਾਲ ਪਹਿਲਾਂ ਮੈਂ ਕੋਸ਼ਿਸ਼ ਕੀਤੀ, ITI ਦਾ ਜਿਹੜਾ ਮਹਿਕਮਾ ਸੀ ਨਾ ਉਹ ਸਾਡੇ ਚਰਨਜੀਤ ਚੰਨੀ ਕੋਲ ਸੀਗਾ, ਜਦੋਂ ਮੈਂ MLA ਬਣਿਆ ਉਹ ਮੰਤਰੀ ਬਣ ਗਏ,
ਉਹਨਾਂ ਕੋਲ ਟੈਕਨੀਕਲ ਐਜੂਕੇਸ਼ਨ ਟੈਕਨੀਕਲ ਐਜੂਕੇਸ਼ਨ ਆਈ ਟੀ ਆਈ ਉਹਦੇ ਵਿੱਚ ਆਉਂਦੀ ਹੈ। ਜਦੋਂ ਮੈਂ ਉਹਨਾਂ ਕੋਲ ਜਾਣਾ ਕੋਈ ਕਰਨ ਲਈ ਮਤਲਬ ਹਮੇਸ਼ਾ ਨੈਗਟਿਵਿਟੀ ਮੈਨੂੰ ਦਿਖੀ ਹੈ ਮੇਰੇ, ਮਤਲਬ ਇੱਕ ਦੋ ਵਾਰੀ ਸਾਡੀ ਬਹਿਸ ਵੀ ਹੋਈ ਹੈ ਅਤੇ ਉਹਨਾਂ ਨੇ ਕੋਈ ਉੱਥੇ ਆਈ ਟੀ ਆਈ ਲਈ ਕੋਈ ਕੰਮ ਨਹੀਂ ਕੀਤਾ। ਉਹ ਮੈਨੂੰ ਸਭ ਤੋਂ ਵੱਡਾ ਮੇਰੇ ਲਈ ਉਹ ਡਰੋਬੈਕ ਸੀਗਾ। ਉਹਨਾਂ ਨੂੰ ਜਦੋਂ ਮਿਨਿਸਟਰ ਬਣ ਗਏ ਅਤੇ ਉਹਨਾਂ ਨਾ ਬਣਨ ਕਰਕੇ ਜਿਹੜੀ ਉਹ ਆਈ ਟੀ ਆਈ ਦਾ ਕੰਮ ਉਹ ਪਿੱਛੇ ਰਹਿ ਗਿਆ ਸੀ। ਸਰ ਫਿਰ ਤੁਸੀਂ ਉੱਪਰ ਨਹੀਂ ਗੱਲ ਕੀਤੀ ਕਿਸੇ ਨਾਲ ਕਿ ਜਦੋਂ ਗੱਲ ਨਹੀਂ ਸੁਣ ਰਹੇ, ਕਿਉਂਕਿ ਇੱਕ ਪਾਸੇ ਤਾਂ ਆਪਾਂ ਰੁਜ਼ਗਾਰ ਦੀ ਗੱਲ ਕਰਦੇ ਹਾਂ ਪਰ ਜਦ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਹੀ ਨਹੀਂ ਹੈ ਕਿਉਂਕਿ ਉੱਥੋਂ ਦੀ ਰੁਜ਼ਗਾਰ ਮਿਲਦਾ ਸੀ। ਮੈਂ ਸ਼ਾਇਦ ਪੰਜਾਬ 'ਚ ਮੈਂ ਇਕੱਲਾ ਸ਼ਾਇਦ ਐੱਮ ਐੱਲ ਏ ਹੋਵਾਂ ਜਿਹਨੇ ਘੱਟੋ ਘੱਟ 1000 ਤੋਂ 1200 ਨੂੰ ਲੋਕਾਂ ਨੂੰ ਨੌਕਰੀ ਲਵਾਇਆ। ਇਹ ਨਹੀਂ ਉਹਨਾਂ ਨੂੰ ਗੌਰਮੈਂਟ ਜੋਬ ਦਿੱਤੀ, ਕਿਉਂ ਗੌਰਮੈਂਟ ਜਿਹੜੀ ਜੋਬ ਦੇਣੀ ਉਹ ਕੁਆਲਿਟੀ ਐਜੂਕੇਸ਼ਨ, ਅੱਜ ਟੈਸਟ ਹੁੰਦੇ ਆ ਜਿਹੜੇ ਬੱਚੇ ਮੈਰਿਟ 'ਚ ਆਉਂਦੇ ਆ ਉਹ ਅੱਜ ਜੋਬ ਲੱਗਦੇ ਆ ਜਿਹਨਾਂ ਕੁਆਲਿਟੀ ਐਜੂਕੇਸ਼ਨ ਹੈਗੀ ਹੈ। ਪਰ ਸਾਡੇ ਜਿਹੜੇ ਪਿੰਡਾਂ ਵਾਲੇ ਆ ਲੋਕ, ਕੋਈ ਪਲੱਸ ਟੂ ਪਾਸ ਹੈ, ਕੋਈ ਅੱਡ ਅੱਡ ਐਜ, ਕੋਈ 10th ਪਾਸ ਹੈ, ਅਤੇ ਉਹਨਾਂ ਨੂੰ ਜਿਹੜੀ ਕੋਸ਼ਿਸ਼ ਕੀਤੀ ਹੈ ਜਿਹਨੂੰ ਮੈਂ ਸਪੋਜ ਕਰੋ ਕਿਸੇ ਨੂੰ ਮੈਂ ਪੰਪ 'ਤੇ ਲਵਾ ਦਿਆ ਜਾਂ ਕਿਸੇ ਨੂੰ ਕਿਤੇ ਯੂਨੀਵਰਸਿਟੀ ਲਵਾ ਦਿਆ ਜਾਂ ਕਿਸੇ ਨੂੰ ਕਾਲਜ ਲਵਾ ਦਿਆ, ਜੇ ਕੁੜੀ ਕੋਈ ਐੱਮਐੱਡ ਕੀਤੀ ਹੈ ਜਾਂ ਕਿਸੇ ਨੇ ਬੀਐੱਡ ਕੀਤੀ ਹੈ ਉਹਨੂੰ ਪ੍ਰਾਈਵੇਟ 15,000 'ਤੇ ਜੋਬ ਲਵਾ ਦਿਆ, ਕਿਸੇ ਨੂੰ 20,000 ਲਵਾ ਦਿਆ। ਕਹਿਣ ਦਾ ਮਤਲਬ ਜਿਹਨੂੰ ਕੋਈ ਕਮਾਈ ਹੈ ਨਹੀਂ ਉਹਦੇ ਲਈ ਤਾਂ 15,000 ਬਹੁਤ ਹੈ। ਅਤੇ ਬੜੀ ਕੋਸ਼ਿਸ਼ ਕੀਤੀ ਹੈ ਮੈਂ ਜੋਬ ਦੀ, ਆਉਣ ਵਾਲੇ ਟਾਈਮ 'ਚ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਸਾਡੇ ਜਿਹੜਾ ਸਾਡੇ ਗੋਬਿੰਦਗੜ੍ਹ ਇੱਕ ਸਟੀਲ ਸਿਟੀ ਤੋਂ ਜਾਣਿਆ ਜਾਂਦਾ ਅਤੇ ਆਉਣ ਵਾਲੇ ਟਾਈਮ 'ਚ ਉਹਨੂੰ ਡਿਵੈਲਪ ਚੰਗੇ ਕਰਾਂਗੇ, ਉੱਥੇ ਇੰਡਸਟਰੀ ਲੈ ਕੇ ਆਵਾਂਗੇ ਸਾਡੇ, ਜਾਂ ਕਿ ਸਾਡੇ ਬਾਅਦ 'ਚੋਂ ਜਿਹੜੇ ਨੌਜਵਾਨ ਹੈ ਜਾਂ ਕੁੜੀਆਂ ਸਾਡੇ ਮੁੰਡੇ ਨੇ ਉੱਥੇ ਨੌਕਰੀ ਲੈਣ। ਇੱਕ ਦੋ ਹੋਰ ਸਵਾਲ ਹੈਗੇ ਹੈ, ਅਸੀਂ ਇੱਕ ਇੱਕ ਕਰਕੇ ਉਹ ਸਵਾਲ ਲਈਏ। ਸਾਡੇ ਸਹਿਯੋਗੀ ਵਿਨੇਸ਼ ਹੈਗੇ ਨੇ, ਗੁਰਪ੍ਰੀਤ ਜੀ। ਜੀ ਪੀ ਜੀ, ਦੇਖੋ ਪਾਰਟੀਆਂ, ਅੱਜ ਕੱਲ੍ਹ ਇਲੈਕਸ਼ਨ ਚੱਲ ਰਹੇ ਆ, ਪਾਰਟੀਆਂ ਰਾਤੋਂ ਰਾਤ ਚੇਂਜ ਹੋ ਰਹੀਆਂ, ਤੁਸੀਂ ਵੀ ਜਿਵੇਂ ਮੇਰੇ ਸਹਿਯੋਗੀ ਰਣਵੀਰ ਨੇ ਦੱਸਿਆ ਕਈ ਪਾਰਟੀਆਂ ਚੇਂਜ ਕੀਤੀਆਂ। ਮੇਰਾ ਸਵਾਲ ਇਹ ਹੈ ਕਿ ਹਰੇਕ ਪਾਰਟੀ ਦੀ ਇੱਕ ਆਈਡੀਓਲੋਜੀ ਹੁੰਦੀ ਹੈ, ਇੱਕ ਵਿਚਾਰਧਾਰਾ ਹੁੰਦੀ ਹੈ, ਜਿਹੜਾ ਪਾਰਟੀ ਦਾ ਵਰਕਰ ਹੁੰਦਾ, ਲੀਡਰ ਹੁੰਦਾ, ਉਸ ਨਾਲ ਉਹ ਬਾਉਂਡ ਹੁੰਦਾ, ਉਸ ਨਾਲ ਬੰਨਿਆ ਹੁੰਦਾ। ਜਦੋਂ ਤੁਸੀਂ ਰਾਤੋਂ ਰਾਤ ਚੇਂਜ ਕਰ ਲੈਂਦੇ ਹੋ ਪਾਰਟੀਜ਼ ਨੂੰ, ਫਿਰ ਉਹ ਵਿਚਾਰਧਾਰਾ ਕਿਵੇਂ ਪਲਟਦੀ ਹੈ ਤੁਹਾਡੀ? ਕੀ ਹੈ ਜਿਹੜੀ ਵਿਚਾਰਧਾਰਾ ਤਾਂ ਸਾਰੇ ਲੀਡਰਾਂ ਨੇ ਖਤਮ ਕਰਦਾ ਨਾ। ਅੱਛਾ, ਤੁਸੀਂ ਮੰਨਦੇ ਹੋ ਵਿਚਾਰਧਾਰਾ ਖਤਮ ਹੋ ਗਈ ਹੁਣ? ਵਿਚਾਰਧਾਰਾ ਪੂਰੀ ਖਤਮ ਹੋ ਗਈ ਜਦੋਂ ਮੇਰੇ ਨਾਲ ਤਾਂ ਧੱਕਾ ਹੀ ਹੋਇਆ ਨਾ ਵਿਚਾਰਧਾਰਾ। ਹੁਣ ਰਾਜਾ ਜੀ ਕੁਝ ਹੋਰ ਬੋਲ ਰਹੇ ਆ, ਸਾਡੇ ਬਾਜਵਾ ਸਾਹਿਬ ਹੋਰ ਬੋਲ ਰਿਹਾ, ਕੋਈ ਰੰਧਾਵਾ ਸਾਹਿਬ ਹੋਰ ਬੋਲਦੇ ਆ। ਕਹਿਣ ਦਾ ਮਤਲਬ ਜਦੋਂ ਇੱਕ ਤੁਸੀਂ ਗੱਲ ਨਹੀਂ ਨਾ ਕਰਦੇ ਪਾਰਟੀ ਦੇ, ਜੇ ਰਾਜਾ ਬੜਿੰਗ ਜੀ ਗੱਲ ਕਰ ਰਹੇ ਆ ਤਾਂ ਦੂਜੇ ਪਾਰਟੀ ਨੂੰ ਵੀ ਜਿਹੜੇ ਲੀਡਰ ਨੇ ਉਹਨਾਂ ਨੂੰ ਇੱਕ ਸਹਿਮਤੀ ਜਿਤਾਉਣੀ ਚਾਹੀਦੀ ਹੈ। ਤਾਂ ਆਪਾਂ ਦੇਖਿਆ ਹੀ ਹੈ ਸਾਰੇ, ਕੋਈ ਕਿਸ ਦਾ ਮੂੰਹ ਗੁਰਦਾਸਪੁਰ ਨੂੰ, ਡਿਸਪਲਾਈਨ ਨਹੀਂ, ਕੋਈ ਲੁਧਿਆਣੇ ਵੱਲੋਂ ਜਾ ਰਿਹਾ, ਕੋਈ ਬਠਿੰਡੇ ਵੱਲੋਂ ਜਾ ਰਿਹਾ। ਕਹਿਣ ਦਾ ਮਤਲਬ ਜੋ ਉਹਨਾਂ ਦਾ ਡਿਸਿਪਲਿਨ ਦੀ ਬਹੁਤ ਵੱਡੀ ਕਮੀ ਸੀ, ਇੱਕ ਦੂਜੇ ਦੀ ਗੱਲ ਨਹੀਂ ਮੰਨੀ ਜਾਂਦੀ। ਜਿਵੇਂ ਅੱਜ ਮੁੱਖ ਮੰਤਰੀ ਸਾਡੇ ਭਗਵੰਤ ਮਾਨ ਜੀ, ਜੋ ਕਹਿੰਦੇ ਨੇ ਹੁਕਮ ਮੰਨਿਆ ਜਾਂਦਾ। ਮੈਂ ਜਦੋਂ ਮੈਨੂੰ ਟਿਕਟ ਮਿਲੀ ਹੈ ਕਿਸੇ ਵਲੰਟੀਅਰ ਨੇ, ਕਿਤੇ ਆਮ ਪਾਰਟੀ ਦੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ 'ਚ ਕੋਈ ਸਾਡੇ ਸੀਗੇ, ਕਿਸੇ ਦਾ ਕੋਈ ਇੱਦਾਂ ਦਾ ਮੇਰੇ ਅਗੇਂਸਟ ਕੋਈ ਕਿੰਤੂ ਪੰਤਰੀ ਹੈ। ਕਿਆ ਪਤਾ ਦਿਲ 'ਚ ਰੱਖ ਲਈ ਹੋਵੇ ਤੁਸੀਂ, ਮੈਂ ਕਿਹਾ ਪਤਾ ਦਿਲ 'ਚ ਰੱਖ ਲਈ ਹੋਵੇ ਤੈਨੂੰ ਦੱਸਿਆ। ਨਹੀਂ ਬੋਲਦੇ ਵੀ ਨਹੀਂ, ਦਿਲ 'ਚ ਨਹੀਂ ਰੱਖੀ, ਮੈਨੂੰ ਗੱਲ ਸੁਣੋ, ਜਿਵੇਂ ਵੈਲਕਮ ਹੋ ਰਿਹਾ। ਮੈਂ ਦੱਸਦਾ ਜੀ, ਇਸ ਕੰਪੇਨ ਕਈ ਵਾਰ ਕਰਨਾ ਵੀ ਪੈਂਦਾ, ਮੈਂ ਸਮਾਈਲ ਹੁੰਦੀ ਆ ਅੰਦਰ ਕੀ ਹੁੰਦਾ ਪਤਾ ਹੀ ਨਹੀਂ ਹੁੰਦਾ। ਮੈਂ ਦੱਸਦਾ ਜਿਹੜੀ ਕੰਪੇਨ ਹੈ, ਜਿਹੜੀ ਕੰਪੇਨ ਅੱਜ ਮੇਰੇ ਵਲੰਟੀਅਰ ਕਰ ਰਹੇ ਨੇ, ਤੁਸੀਂ ਮੈਂ ਤੁਹਾਨੂੰ 5 ਫੰਕਸ਼ਨ ਦਿਖਾ ਦੇਣਾ ਸਵੇਰ ਤੋਂ, ਦੇਖਿਓ ਵੀ ਕਿੰਨਾ ਵੈਲਕਮ ਹੁੰਦਾ। ਅੱਜ ਦੀਆਂ ਮੇਰੇ ਕੋਲ ਸਵੇਰ ਤੋਂ ਲੈ ਕੇ ਜਿਹੜਾ ਮੈਂ 6 ਫੰਕਸ਼ਨ ਕਰਕੇ ਆਇਆ, ਤੁਸੀਂ 6 ਫੰਕਸ਼ਨ ਦੀ ਵੀਡੀਓ ਦੇਖ ਲਓ। ਘੱਟੋ ਘੱਟ ਹਰ ਪਿੰਡ 'ਚ 500 ਬੰਦਾ, 600 ਬੰਦਾ ਨਹੀਂ, ਹਰ ਜਦੋਂ ਜਾਈਦਾ। ਹੁਣ ਆਪਾਂ ਸਾਰੇ ਡਾਕਟਰ ਸਾਹਿਬ ਵੀ ਜਾ ਰਹੇ ਆ ਅਤੇ 40 ਤੋਂ 50 ਬੰਦੇ ਮਸਾਂ ਹੁੰਦੇ ਨੇ, ਮੇਰੇ ਨਾਲ ਗੱਡੀਆਂ ਵੀ 30-40 ਚੱਲਦੀਆਂ ਨੇ। ਅੱਛਾ, ਤੁਸੀਂ ਹੁਣੇ ਜ਼ਿਕਰ ਕੀਤਾ ਵੀ ਕਿਸੇ ਨੂੰ ਲੁਧਿਆਣੇ ਭੇਜਤਾ, ਕਿਸੇ ਨੂੰ ਅਨੰਦਪੁਰ ਸਾਹਿਬ ਭੇਜਤਾ, ਰੱਦੋ ਬਦਲ ਕਰਤੀ ਕਾਂਗਰਸ ਨੇ ਲੀਡਰਾਂ ਦੀ। ਤੁਸੀਂ ਕਾਂਗਰਸ ਬਾਰੇ ਕਾਫੀ ਅੰਦਰੂਨੀ ਤੌਰ 'ਤੇ ਜਾਣਦੇ ਹੋ, ਇਸ ਸਟ੍ਰੈਟਜੀ ਨੂੰ ਕਿਵੇਂ ਦੇਖ ਰਹੇ ਹੋ ਕਾਂਗਰਸ? ਐਕਚੁਅਲੀ ਕੀ ਹੈ, ਕਿਉਂ ਕੀਤਾ ਉਹਨਾਂ, ਜਿਹੜੀ ਸਟ੍ਰੈਟਜੀ ਕੀ ਕੀਤੀ ਹੈ ਜੀ, ਇਹ ਬੜੀ ਉਹ ਗੱਲ ਉਹ ਕੀਤੀ ਹੈ। ਜੇ ਰਾਜਾ ਬੜਿੰਗ ਜੀ ਲਾਸਟ ਟਾਈਮ ਬਠਿੰਡਿਓਂ ਲੜੇ ਸੀ,
ਉਹ ਬਠਿੰਡੇ ਕਿਉਂ ਨਹੀਂ ਲੜੇ? ਚਲੋ ਬੜੀ ਵਧੀਆ ਫਾਈਟ ਕੀਤੀ ਸੀ ਉਹਨਾਂ, ਅਤੇ ਕਿਉਂ ਨਹੀਂ ਲੜੇ ਬਠਿੰਡੇ? ਅਤੇ ਅੱਜ ਕਿਉਂ ਮਤਲਬ ਕਿਉਂ ਭੇਜਿਆ ਇਹ ਕਾਂਗਰਸ ਦੀ ਕੀ ਰਣਨੀਤੀ? ਐਕਚੁਅਲੀ ਕੀ ਇਹ ਤੁਹਾਨੂੰ ਕੀ ਲੱਗਦਾ? ਵੱਡਾ ਚਿਹਰਾ ਵੀ ਵੱਡੇ ਚਿਹਰੇ ਨੂੰ ਆਪਾਂ ਬਿੱਟੂ ਦੇ ਖਿਲਾਫ ਲੜਾਈਏ, ਦੂਜੇ ਪਾਸੇ ਹਰ ਪਾਸੇ ਜਿਵੇਂ ਸੁੱਕੀ ਹੁੰਦਾ ਮੈਨੂੰ ਉੱਥੇ ਗੁਰਦਾਸਪੁਰ ਲੜਾ ਰਹੇ। ਅੱਜ ਜਿਹੜੇ ਜਿਵੇਂ ਭਗਵੰਤ ਮਾਨ ਜੀ ਨੇ 2 ਸਾਲ 'ਚ ਕੰਮ ਕੀਤੇ ਆ, ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਕੋਲ ਫੀਡਬੈਕ ਆ ਗਈ ਵੀ ਇਹ ਸਟਰੋਂਗ ਹੈ ਅਤੇ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਆਪਾਂ ਕੋਸ਼ਿਸ਼ ਕਰੀਏ ਵੀ ਜੇ ਵੱਡੇ ਲੜਾ ਕੇ ਦੇਖ ਲਈ ਸ਼ਾਇਦ ਕੁਝ ਨਾ ਕੋਈ ਖੈਰ ਪੱਲੇ ਪੈ ਜਾਵੇ। ਉਹ ਤਾਂ ਪ੍ਰਗਟ ਸਿੰਘ ਗੱਲ ਕਹਿੰਦੇ ਸਾਡੀਆਂ ਤਾਂ 8 ਪੱਕੀਆਂ ਨੇ, ਵੱਧ ਵੀ ਆ ਜਾਣਗੀਆਂ ਪਰ ਅਸੀਂ 13 ਦਾ ਦਾਅਵਾ ਨਹੀਂ। ਇਹ ਤਾਂ ਅਮਰਾਰ ਸਾਹਿਬ 22 'ਚ ਵੀ ਕਹਿੰਦੇ ਸੀ, ਹੁਣ ਇਹਨਾਂ ਨਾਲ 22 ਵਾਲਾ ਹੀ ਆ। ਜਦੋਂ 92 ਸੀਟਾਂ ਲੈ ਲਈਆਂ ਨਾ, ਜਦੋਂ ਹੁਣ 13 ਆਮ ਆਦਮੀ ਪਾਰਟੀ ਨੇ ਜਿੱਤਣਾ ਇਹਨਾਂ ਦੀ 0 ਆਉਣੀਆਂ ਨਾ, ਮੈਂ ਇਹਨਾਂ ਨੂੰ ਸਾਰਿਆਂ ਨੂੰ ਪੁੱਛੂੰਗਾ 4 ਜੂਨ ਨੂੰ, ਜਿਹੜੇ ਇਹ ਗੱਲਾਂ ਕਰਦੇ ਆ ਨਾ ਵੀ ਸਾਡੀਆਂ ਸੀਟਾਂ ਆਉਣਗੀਆਂ, ਮੈਂ 4 ਜੂਨ ਨੂੰ ਪੁੱਛਾਂਗਾ ਵੀ ਤੁਹਾਡੀਆਂ ਸੀਟਾਂ ਗਈਆਂ ਕਿਤੇ, ਸਾਰੀਆਂ ਭਗਵੰਤ ਮਾਨ ਜੀ ਨੂੰ ਕਿਉਂ ਆ ਗਈਆਂ? ਚਲੋ ਪੂਰਾ ਇੰਤਜ਼ਾਰ ਹੈ, ਕੁਛ ਹੋਰ 1-2 ਸਵਾਲ ਹੈਗੇ ਆ। ਮੈਂ ਸਮਾਂ ਵੀ ਆਪਣੇ ਕੋਲ ਹੁਣ ਪੂਰਾ ਹੈ, ਤਾਨਿਆਂ ਪਿੱਛੇ ਹੈਗੇ ਨੇ ਉਹ ਸਵਾਲ ਪੁੱਛਣ ਜਾ ਰਹੇ ਨੇ। ਸਰ ਤੁਸੀਂ ਕਾਂਗਰਸ ਪਾਰਟੀ ਦਾ ਪੱਲਾ ਛੱਡਿਆ ਸੀ ਕਹਿ ਕੇ ਕਿ ਉੱਥੇ ਡਿਸਿਪਲਿਨ ਦੀ ਜਿਹੜੀ ਹੈ ਕਾਫੀ ਕਮੀ ਹੈ, ਅਤੇ ਇਸ ਤੋਂ ਬਾਅਦ ਤੁਸੀਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਹੋ, ਅਤੇ ਹੁਣ ਤੁਸੀਂ ਇਸ ਪੂਰੀ ਪਾਰਟੀ ਦੇ ਵਿੱਚ ਕੀ ਓਬਜ਼ਰਵ ਕੀਤਾ ਕਿ ਕਿਵੇਂ ਦਾ ਡਿਸਿਪਲਿਨ ਆ, ਅਤੇ ਕੀ ਲੱਗਦਾ ਕਿ ਤੁਸੀਂ ਇਸੇ ਪਾਰਟੀ ਦੀ ਡਿਸਿਪਲਿਨ ਦੇ ਨਾਲ ਖੁਸ਼ ਹੋ? ਮੈਂ ਬਹੁਤ ਵੱਡਾ ਖੁਸ਼ ਹਾਂ ਜੀ, ਇਹ ਤੋਂ ਬਹੁਤ ਖੁਸ਼ ਹਾਂ, ਕਿਉਂਕਿ ਮੈਂ ਇਹ ਚੀਜ਼ ਦੇਖ ਰਿਹਾ ਜਦੋਂ ਵਲੰਟੀਅਰਸ, ਮੈਂ ਕਾਂਗਰਸ ਪਾਰਟੀ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ, ਜਦੋਂ ਵਲੰਟੀਅਰ ਮੇਰੇ ਲਈ ਫੁੱਲ ਲਈ ਖੜ੍ਹੇ ਹੁੰਦੇ ਆ, ਜਦੋਂ ਹਰ ਪਿੰਡ ਜਾਂਦਾ, ਕਿਉਂ ਮੈਂ ਹਰ ਪਿੰਡ ਜਦੋਂ ਆਪਾਂ ਜਾਈਦਾ ਅਤੇ ਸਾਡੇ ਸੁਨੇਹਾ ਹੁੰਦਾ ਸਾਰੇ, ਅਤੇ ਕੋਈ ਵਲੰਟੀਅਰ ਜਾਂ ਕੋਈ ਬਲੋਕ ਪ੍ਰਧਾਨ ਜਾਂ ਕੋਈ ਦੂਜੇ ਅਹੁਦੇਦਾਰ ਸਾਹਿਬ ਜਦੋਂ ਮੇਰੇ ਲਈ ਫੁੱਲ ਲਈ ਖੜ੍ਹੇ ਆ, ਸਭ ਨੂੰ ਮੇਰਾ ਵੈਲਕਮ ਕਰਦੇ ਆ, ਅਤੇ ਉਹ ਜਦੋਂ ਡੋਰ ਟੂ ਡੋਰ ਜਾਂਦੇ ਆ। ਇਹ ਪਾਰਟੀ ਦਾ ਸਿਸਟਮ ਡਿਫਰੈਂਟ ਹੈਗਾ ਜੀ, ਇਹ ਜਿਹੜਾ ਅਕਾਲੀ ਦਲ ਕੋਲ ਨਹੀਂ, ਕਾਂਗਰਸ ਕੋਲ ਨਹੀਂ ਗਾ, ਉਹ ਦੋਨੋਂ ਪਾਰਟੀ ਕੋਲ ਨਹੀਂ ਗਾ, ਜਿਹੜਾ ਇਹਨਾਂ ਕੋਲ ਮੈਂ ਸਪੋਜ ਕਹਿੰਦੇ ਨਵਾਂ ਨਵਾਂ ਕਈ ਵਾਰ ਬਹੁਤ ਸੋਹਣਾ ਲੱਗਦਾ ਬਾਅਦ 'ਚ ਇਹੀ ਗੱਲਾਂ। ਨਹੀਂ ਮੈਂ ਦੱਸਦਾ ਜੀ, ਇੱਕ ਇਹਨਾਂ ਦੀ ਬੜੀਆਂ ਵਧੀਆ ਪਲਾਨਿੰਗ ਨੇ। ਜਦੋਂ ਕੇਜਰੀਵਾਲ ਸਾਹਿਬ ਦਿੱਲੀ 'ਚ ਆਏ ਸੀ ਤਾਂ ਇਹ ਲੱਗਦਾ ਸੀ ਉਹ ਤਾਂ ਯਾਰ ਗੱਲਾਂ ਹੀ ਨੇ, ਜਦੋਂ ਭਗਵੰਤ ਮਾਨ ਜੀ ਨੇ ਬਿਜਲੀ ਦਿੱਤੀ ਨਾ, ਜਦੋਂ 0 ਬਿੱਲ ਕੀਤਾ ਜਾਂ ਮੋਟਰਾਂ ਦੇ ਲਾਈਟ ਆਉਣ ਲੱਗ ਗਈ, ਬਿਜਲੀ ਮਤਲਬ ਉੱਥੇ ਕਮੀ, ਮਤਲਬ ਬਹੁਤ ਵਧੀਆ ਜੱਟ ਨੂੰ ਚੋਣ ਨਹੀਂ ਮੈਂ ਨੁਕਤਾਚੀਨੀ ਮੈਂ ਕਦੇ ਨਹੀਂ ਕੀਤੀ। ਅੱਛਾ, ਮੈਂ ਤੁਹਾਨੂੰ ਦੱਸਾਂ, ਮੇਰੇ ਭਗਵੰਤ ਮਾਨ ਜੀ ਨਾਲ ਮੈਨੂੰ ਚੰਗੇ ਲੱਗਦੇ ਸੀ ਵੀ ਯਾਰ ਵਧੀਆ ਕੰਮ ਕਰ ਰਿਹਾ। ਜਦੋਂ ਮੈਂ ਪਰ ਤਾਰੀਫ ਨਹੀਂ ਕਰ ਸਕਦੇ ਤੁਸੀਂ? ਨਹੀਂ, ਹਾਂ ਕਈ ਗੱਲਾਂ ਤਾਂ ਹੁੰਦਾ ਸੀ, ਅਤੇ ਮੈਂ ਦੱਸਦਾ ਨਹੀਂ, ਮੈਂ ਕਈ ਉਹਨਾਂ ਦੋਸਤਾਂ ਮਿੱਤਰਾਂ ਕੋਲ ਤਾਰੀਫ ਵੀ ਕਰਦਾ ਸੀ ਯਾਰ ਬਹੁਤ ਵਧੀਆ ਕੰਮ ਕਰਦੇ ਆ। ਅਤੇ ਮੈਂ ਜਦੋਂ ਫੀਲਡ 'ਚ ਜਾਣਾ 2 ਸਾਲ 'ਚ, ਜਦੋਂ ਮੈਂ ਪਿੰਡ ਪਿੰਡ ਜਾਣਾ ਅਤੇ ਹਰ ਇੱਕ ਨੇ ਕਹਿਣਾ ਯਾਰ ਭਗਵੰਤ ਮਾਨ ਜੀ ਬਹੁਤ ਵਧੀਆ ਕੰਮ ਕਰੇ, ਨਹੀਂ ਤਾਂ ਬੰਦਾ ਕਹਿੰਦਾ ਯਾਰ ਕਾਂਗਰਸ ਦਾ ਲੀਡਰ ਹੈ, ਕਿਉਂ ਆਪਾਂ ਦੂਜੀ ਪਾਰਟੀ ਦੀ ਗੱਲ ਕਰਨੀ ਹੈ? ਠੀਕ ਹੈ ਨਾ, ਜਦੋਂ ਮੇਰੇ ਕੋਲ ਗੱਲ ਕਰਨੀ ਉਹਨਾਂ ਨੇ, ਮੈਨੂੰ ਬੜਾ ਵਧੀਆ ਲੱਗਣਾ ਯਾਰ ਬੰਦਾ ਅੱਜ ਸਾਡੇ ਗਰੀਬ ਲੋਕਾਂ ਨੂੰ 0 ਬਿੱਲ ਆ ਰਿਹਾ, ਜਿਹੜਾ ਕਿਸਾਨ ਦਾ ਵਿਚਾਰਾ 1 ਕਿੱਲਾ ਹੈ। ਐਕਚੁਅਲੀ ਪੰਜਾਬ 'ਚ ਇਹ ਨਹੀਂ ਵੀ ਜੱਟ ਬਹੁਤ ਅਮੀਰ ਨੇ, ਕਈ ਵਿਚਾਰੇ ਦੇ ਕੋਲ ਕਈ ਲੈਂਡਲੈਸ ਨੇ, ਕਿਸੇ ਕੋਲ ਜ਼ਮੀਨ ਨਹੀਂ, ਕਈ ਹਿੰਦੂ ਭਰਾ ਚਾਹੇ ਖੱਤਰੀ ਭਰਾ ਨੇ ਚਾਹੇ ਦੂਜੀਆਂ ਕਾਸਟਾਂ ਨੇ, ਅਤੇ ਕਈ ਵਿਚਾਰਿਆਂ ਕੋਲ ਜ਼ਮੀਨ ਨਹੀਂ, ਉਹਨਾਂ ਦਾ ਘਰ ਦਾ ਗੁਜ਼ਾਰਾ ਬੜਾ ਹੋ। ਜਦੋਂ 0 ਬਿੱਲ ਆ ਰਿਹਾ ਉਹਨਾਂ ਨੂੰ ਕੁਛ ਨਾ ਕੁਛ ਤਾਂ ਬੜਾ ਵੱਡਾ ਬੈਨੀਫਿਟ ਮਿਲ ਰਿਹਾ, ਚਾਹੇ ਕਿਸੇ ਨੂੰ ਆਪਣਾ 4000 ਦਾ ਮਹੀਨੇ ਦਾ ਬੈਨੀਫਿਟ ਹੋ ਰਿਹਾ, ਚਾਹੇ ਕਿਸੇ ਨੂੰ 3000 ਦਾ ਹੋ ਰਿਹਾ। ਜਦੋਂ 3000 ਦਾ ਬੈਨੀਫਿਟ ਮਿਲ ਰਿਹਾ, ਕੋਈ ਜਿਹੜਾ ਗਰੀਬ ਬੱਚਾ ਜਿਹੜਾ 15 ਜਿਹਦਾ ਘਰ ਵਾਲਾ ਜਾਂ ਜਿਹੜਾ ਬੰਦਾ ਕੋਈ ਫੈਕਟਰੀ ਇੰਡਸਟਰੀ ਲੱਗਿਆ ਉਹਨੂੰ 15000 ਕਮਾ ਰਿਹਾ ਜਾਂ 14000 ਕਰ ਰਿਹਾ, ਉਹਨੂੰ ਤਾਂ ਬਹੁਤ ਵੱਡਾ ਬੈਨੀਫਿਟ ਹੈ ਨਾ ਇਸ ਚੀਜ਼ ਦਾ, ਹੈ ਉੱਪਰ ਕਾਸਟ ਦੇ ਸੀਗੇ ਪਰ ਉਹ ਉਹਨਾਂ ਨੂੰ ਬੜਾ ਵੱਡੀ ਹੋ ਸੀ। ਹੁਣ ਜਦੋਂ ਇਹ ਬਿੱਲ 0 ਆਉਂਦਾ ਉਹਨਾਂ ਨੂੰ, ਐਕਚੁਅਲੀ ਜਿਹੜਾ 0 ਬਿੱਲ ਆਉਣਾ ਉਹ ਤੁਹਾਨੂੰ ਮਹੀਨੇ ਬਾਅਦ ਯਾਦ ਕਰਾਉਂਦਾ ਵੀ ਤੁਹਾਡਾ ਬਿੱਲ 0 ਆਉਂਦਾ, ਉਹ ਜਦੋਂ ਬਿੱਲ ਆਉਂਦਾ ਤਾਂ ਭਗਵੰਤ ਮਾਨ ਜੀ ਲੋਕ ਯਾਦ ਕਰਦੇ ਆ।
ਵੀ ਸਾਡਾ ਤਾਂ ਭਾਈ ਇਹਨਾਂ ਨੇ ਗੱਲ ਸੁਣੀ ਹੈ, ਆਪਾਂ ਵੋਟਾਂ ਪਾਉਂਦੇ ਰਹੇ, ਕਾਂਗਰਸ ਨੂੰ ਪਾਉਂਦੇ ਰਹੇ ਹਾਂ ਅਤੇ ਅਕਾਲੀ ਦਲ ਨੂੰ ਪਾਉਂਦੇ ਰਹੇ ਹਾਂ ਅਤੇ ਵਾਕਈ ਸਾਡੀ ਭਗਵੰਤ ਮਾਨ ਨੇ ਸੁਣੀ। ਕਿਉਂ ਲੋਕ ਅੱਜ ਹੱਥ ਖੜ੍ਹਾ ਕਰਕੇ, ਮੈਂ ਸਭ ਤੋਂ ਵੱਧ, ਮੇਰੇ ਹਿਸਾਬ ਨਾਲ ਮੈਂ ਪੂਰੇ ਪੰਜਾਬ 'ਚ ਮੈਂ ਸਭ ਤੋਂ ਵੱਧ ਪਿੰਡਾਂ 'ਚ ਗਿਆ ਹੁਣ ਆਉਂ ਟਿਕਟ ਲੈਣ ਤੋਂ ਬਾਅਦ, ਅਤੇ ਲੋਕ ਹੱਥ ਖੜ੍ਹਾ ਇਹ ਗੱਲ ਕਹਿ ਰਹੇ ਵੀ ਅੱਜ ਤਾਂ ਭਗਵੰਤ ਮਾਨ ਜੀ ਨੂੰ ਵੋਟ ਪਾਉਣੀ, ਜਿਹੜੇ ਸਾਨੂੰ ਜਾਣਦੇ ਅਤੇ ਕਹਿੰਦਾ ਉਹ ਕਈ ਬੀਜੇਪੀ ਨੂੰ ਵੀ ਕਹਿੰਦੇ ਕਿ ਮੇਰੇ ਨਾਲ ਰਿਲੇਸ਼ਨ ਕਈਆਂ ਦੇ, ਤੁਸੀਂ ਆਪਣੇ ਸਾਡੇ ਨੂੰ ਲੈ ਕੇ 100% ਸ਼ੋਰ ਹੋ? ਪੂਰਾ ਸ਼ੋਰ ਹੈ ਜੀ। ਕੋਈ ਮਾਰਜਨ ਕੋਟ ਕਰ ਸਕਦੇ? ਪਰਮਾਤਮਾ ਜਿੱਤ ਜਿਤਾ ਦੇ। ਜਿਹੜਾ ਬੰਦਾ ਹਾਰ ਕੇ ਇਲੈਕਸ਼ਨ ਲੜਦਾ ਉਹ ਕਹਿੰਦਾ ਮੈਂ ਜਿੱਤ ਜਾਵਾਂ, ਪਰ ਮੈਂ ਪੂਰੀ ਆਸ ਹੈ ਮੈਨੂੰ ਪੂਰਾ ਮੈਨੂੰ ਅੱਜ ਜੇ ਮਹਿਸੂਸ ਹੋ ਰਿਹਾ, ਕਿਉਂਕਿ ਲੋਕਾਂ ਦਾ ਜਦੋਂ ਵੈਲਕਮ ਦਾ ਕਰਨ ਦਾ ਤਰੀਕਾ ਹੈ ਅਤੇ ਉਹ ਮੈਨੂੰ ਪਤਾ ਲੱਗ ਜਾਂਦਾ ਵੀ, ਕਿਉਂਕਿ ਮੈਂ ਇਹ ਇਲੈਕਸ਼ਨ ਮੈਂ 5 ਲੜ ਚੁੱਕਿਆ ਜੀ, 3 ਮੈਂ MLA ਦੀਆਂ, 34 ਮੇਰੀ MP ਦੀ, ਪਹਿਲਾਂ ਕੌਂਸਲ ਇਲੈਕਸ਼ਨ ਲੜੀਆਂ, ਬਾਕੀ ਪਹਿਲਾਂ ਮੈਂ ਆਪਣੇ ਦੋਸਤਾਂ ਮਿੱਤਰਾਂ ਦੀ ਵੀ ਇਲੈਕਸ਼ਨ ਆਪ ਅੱਗੇ ਲੜੀਆਂ ਨੇ, ਫਰੰਟ 'ਤੇ ਜਾ ਕੇ ਲੜੀਆਂ ਨੇ, ਘੱਟੋ ਘੱਟ 10 ਤੋਂ 12 ਇਲੈਕਸ਼ਨ ਦਾ ਮੈਨੂੰ ਤਜਰਬਾ, ਕਦੇ ਵੀ ਇੰਨਾ ਵੈਲਕਮ ਨਹੀਂ ਹੋਇਆ ਜਿੰਨਾ ਲੋਕ ਆਮ ਆਦਮੀ ਪਾਰਟੀ ਨੂੰ ਵੈਲਕਮ ਕਰ। ਤੁਸੀਂ ਬੜੇ ਆਸਮੰਦ ਹੋ। ਇੱਕ ਹੋਰ ਸਵਾਲ ਹੈਗਾ, ਆਪਾਂ ਉਸ ਤੋਂ ਬਾਅਦ ਕੰਕਲੂਜ਼ਨ ਵਾਲੇ ਪਾਸੇ ਵਧਾਂਗੇ। ਹਰਮਨ ਸਾਡੇ ਸਹਿਯੋਗੀ ਨੇ ਜੀ, ਪੀ ਸਰ, ਮੇਰਾ ਪਿੰਡ ਪਵਾਲਾ ਪੈਂਦਾ, ਪੱਤੋਂ ਪਵਾਲਾ ਜੀ, ਅਤੇ ਉੱਥੇ ਕਹਿ ਲਓ ਕਿ ਮੈਂ ਡੇਲੀ ਮੇਰਾ ਅਪ ਡਾਊਨ ਹੋ ਜਾਂਦਾ ਉੱਥੇ ਕਈ ਵਾਰ, ਉੱਥੇ ਸੜਕਾਂ ਦੀ ਬਹੁਤ ਖਸਤਾ ਹਾਲਤ ਹੈ। ਤੁਸੀਂ ਪਹਿਲਾਂ ਵੀ ਮਤਲਬ ਵਿਧਾਇਕ ਵੀ ਰਹੇ ਹੋ ਉੱਥੇ, ਅਤੇ ਬਹੁਤ ਕਹਿ ਲਓ ਵੀ ਤਰਸਯੋਗ ਹਾਲਤ ਉਹਨਾਂ। ਤੁਸੀਂ ਰਹਿੰਦੇ ਹੋ ਪਵਾਲਾ 'ਚ? ਹਾਂਜੀ, ਪਵਾਲਾ। ਪਵਾਲਾ 'ਚ ਪਿੰਡ ਬਹੁਤ ਵੱਡਾ ਪਿੰਡ ਹੈ ਜੀ, ਅਤੇ ਪੱਤੋਂ ਪਵਾਲਾ, ਪਵਾਲੇ 'ਚ ਘੱਟੋ ਘੱਟ 14 ਤੋਂ 15 ਗਲੀਆਂ ਮੈਂ ਬਣਾਈਆਂ ਜੀ, 14 ਤੋਂ 15 ਗਲੀਆਂ ਬਣਾਈਆਂ, ਜਿਹਦੇ ਰਸਤੇ ਬੜੇ ਮਾੜੇ ਪਿੰਡ ਦੇ। ਨਹੀਂ, ਉਹ ਮੈਂ ਰੋਡ ਦੀ ਗੱਲ ਕਰਦਾ ਜੀ, ਰੋਡ ਜਿਹੜੀ ਬਣਾਈ ਸੀ ਜੀ, ਇੱਕ ਜਿਵੇਂ ਚੁੰਨੀ ਤੋਂ ਆਪਾਂ ਜਾਂਦੇ ਨਾ, ਗੜੋਲੀਆਂ ਤੋਂ ਜਦੋਂ ਆਉਂਦੇ ਨਾ ਆਪਾਂ ਵੀਰਾ ਮਾਤਰੀ, ਉਹ ਸੜਕ ਅੱਜ ਵੀ ਤੁਹਾਨੂੰ ਦਿਖਾ ਸਕਦੇ, ਤੁਸੀਂ ਜਾ ਕੇ ਦੇਖ ਸਕਦੇ ਹੋ, ਕੱਚੀ ਉਹ ਕੰਕਰੀਟ ਪਈ ਹੋਈ ਆ ਅਤੇ ਰੋਡ ਆ ਜਿਹੜੀ ਗੜੋਲੀ ਵਾਲਾ ਰੋਡ ਹੈ, ਉਹ ਨਾ ਐਕਚੁਅਲੀ ਲਿੰਕ ਸੀ ਮੋਹਾਲੀ ਤੋਂ, ਜਿਹੜੀ ਮੋਹਾਲੀ ਤੋਂ ਆਉਂਦੀ ਹੈ ਭਾਗੋ ਮਾਜਰੇ ਵੱਲ ਤੋਂ? ਨਹੀਂ, ਪਵਾਲੇ ਤੋਂ ਜਿਹੜੀ ਮਾਣਕਪੁਰ ਗੱਜੂ ਖੇੜਾ ਜਾਂਦੀ ਆ, ਆਪਣਾ ਗੜੋਲੀਆਂ ਤੋਂ ਵੀਰਾ ਮਾਜਰੀ ਵਗੈਰਾ, ਉਹ ਰੋਡ ਦੀ ਗੱਲ ਕਰਦਾ ਜੀ, ਜਿਹੜੀ ਚੁੰਨੀ ਤੋਂ ਜਾਂਦੀ ਹੈ ਵੀਰੋ ਮਾਜਰੀ ਤੋਂ, ਵੀਰੋ ਮਾਜਰੀ ਤੋਂ ਪਵਾਲੇ ਨੂੰ ਹੋ ਕੇ ਜਾਂਦੀਆਂ ਨੇ ਜੀ ਜੀ, ਪਵਾਲੇ ਤੋਂ ਉਹ ਪਹਿਲਾਂ ਮੈਂ ਇੱਕ ਵਾਰੀ ਬਣਾਈ ਸੀਗੀ, ਜਦੋਂ ਮੈਂ MLA ਬਣਿਆ 18 'ਚ, ਨਾ 17 'ਚ ਬਣਿਆ, 18 'ਚ ਬਣਾਈ ਸੀਗੀ, ਸ਼ਾਇਦ ਹੁਣ ਟੁੱਟ ਗਈ ਹੋਵੇ, ਅਤੇ ਹੁਣ 5 ਸਾਲ ਤਾਂ ਮੈਨੂੰ ਵੀ ਜਾਂਦੇ ਨੂੰ ਉੱਥੇ ਹੋ ਗਏ ਆ, ਤੁਸੀਂ ਜਾਂਦੇ ਹੋ ਗਏ ਜੀ ਜੀ, ਪਰ ਮੈਂ 18 'ਚ ਬਣਾਈ ਸੀਗੀ, ਉਹ ਆਉਣ ਵਾਲੇ ਟਾਈਮ ਜੇ ਤੁਸੀਂ ਗੱਲ ਕੀਤੀ ਆ ਉਹ ਰੋਡ ਬਣਾਵਾਂਗੇ। ਚਲੋ ਅੱਛਾ GP ਜੀ, ਚਲੋ ਆਪਾਂ ਇਹਨੂੰ ਕੰਕਲੂਡ ਕਰਨਾ, ਹੁਣ ਕੁਝ ਸਵਾਲ ਹੈ। ਇੱਕ ਸਵਾਲ ਅਸੀਂ ਸਾਰੇ ਆਗੂਆਂ ਨੂੰ ਪੁੱਛਿਆ ਜਿੰਨੇ ਵੀ ਕਟਹਿਰੇ 'ਚ ਆਉਂਦੇ ਨੇ, ਜਾਂ ਪਿਛਲੇ ਦਿਨਾਂ ਦੇ ਵਿੱਚ ਜੇ ਲੀਡਰਾਂ ਦੇ ਬਿਆਨਬਾਜ਼ੀ, ਚਾਹੇ ਰਾਜਾ ਵੜਿੰਗ ਹੋਣ, ਪ੍ਰਤਾਪ ਬਾਜਵਾ ਹੋਣ, ਜਾਂ ਸੁਨੀਲ ਜਾਖੜ ਹੋਣ, ਜਾਂ ਕੋਈ ਵੀ ਲੀਡਰ ਹੋਣ, ਮੁੱਖ ਮੰਤਰੀ ਬਣਨ ਦੀ ਇੱਛਾ ਹਰ ਆਗੂ ਦੀ ਹੈ, ਔਰ ਕਹਿੰਦੇ ਵੀ ਹੈ ਕਿ ਹਾਂ ਇੱਛਾ ਹੋਣੀ ਚਾਹੀਦੀ ਹੈ ਲੀਡਰ ਦੇ ਵਿੱਚ, ਔਰ ਹੈਗੀ ਹੈ। ਕੀ ਗੁਰਪ੍ਰੀਤ GP ਦੀ ਇਹ ਇੱਛਾ ਹੈ ਕਿ ਮੈਂ ਕਿੱਥੋਂ ਤੱਕ ਜਾਣਾ? ਮੇਰੀ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਸੀ, ਮੇਰੀ ਇੱਛਾ ਤਾਂ MLA ਬਣਨ ਵਾਲੀ ਸੀਗੀ ਵੀ ਮੈਂ MLA ਬਣਾ, ਕਿਉਂਕਿ ਮੈਂ ਛੋਟੇ ਹੁੰਦੇ, ਮੈਨੂੰ ਯਾਦ ਹੈ ਜਦੋਂ ਮੈਂ 10ਵੀਂ 'ਚ ਪੜ੍ਹਦਾ, ਨਾ ਸੋਰੀ 10 ਸਾਲ ਦੀ ਏਜ ਸੀ ਮੇਰੀ, ਮੈਂ ਬੂਥ 'ਤੇ ਬਹਿੰਦਾ ਹੁੰਦਾ ਸੀ, ਮੇਰਾ ਵੱਡੇ ਬ੍ਰਦਰ ਬੜੇ ਐਕਟਿਵ ਸੀਗੇ, ਅਤੇ ਵੱਡੇ ਬੜੇ ਤਾਂ ਐਕਟਿਵ ਸੀ, ਜਦੋਂ ਮੈਂ ਉਹਨਾਂ ਬੂਥ 'ਤੇ ਬਹਿਣਾ, ਮੈਂ ਆਪਣੇ ਪਰੌਂਠੇ ਨਾਲ ਅੰਬ ਦਾ ਚਾਰ ਲੈ ਕੇ ਜਾਂਦੇ, ਉਹ ਸੀਗਾ ਅੰਬ ਦਾ ਚਾਰ 'ਤੇ ਚਾਹ ਲੈ ਕੇ ਜਾਂਦੇ ਹੁੰਦੇ ਸੀ, ਜਦੋਂ ਮੈਂ ਲੈ ਕੇ ਜਾਣਾ, ਇੱਕ ਸਾਡੇ MLA ਆਇਆ ਬੂਥ 'ਤੇ, ਉਹ ਤਾਂ 75 ਸਿੰਘ MLA ਹੁੰਦੇ ਸੀ, ਜਿੱਥੇ 85 ਦੀ ਸ਼ਾਇਦ ਗੱਲ ਹੈ, ਅਤੇ ਸ਼ਾਇਦ 80 ਦੀ ਗੱਲ ਹੋਵੇ, ਕਿਉਂਕਿ 7-8 ਸਾਲ ਦਾ ਹੀ ਸੀਗਾ, ਅਤੇ ਜਦੋਂ ਆਉਂਦਾ ਉਹਦਾ ਗਨਮੈਨ ਹੁੰਦਾ ਸੀ, ਉਹਦੇ ਨਾਲ ਫੀਅਟ ਗੱਡੀ ਹੁੰਦੀ ਸੀਗੀ, ਜਦੋਂ ਮੈਂ ਉਹਦਾ ਗਨਮੈਨ ਦੇਖਿਆ ਵੀ ਯਾਰ ਬੜੀ ਟੌਹਰ ਹੈ MLA ਦੀ, ਵੀ ਮੈਂ ਵੀ ਇੱਕ ਦਿਨ MLA ਬਣਨਾ, ਮੇਰੀ
ਐਮਐਲਏ ਬਣ ਦੀ ਤਾਂ ਸਾਲ ਦੀ ਉਮਰ ਤੋਂ ਕੋਈ ਇਦਾਂ ਦੀ ਤਾਂ ਨਹੀਂ, ਮੈਂ ਮਿਨਿਸਟਰ ਦੀ ਮੇਰੀ ਉਗਲੀ ਉਹ ਨਹੀਂ ਗੀ ਤੇ ਅੱਜ ਮੇਰੀ ਇੱਛਾ ਐਮਐਲਏ ਬਣਦੀ ਸੀ ਤੇ ਅੱਜ ਚਲੋ ਸਾਡੇ ਮੁੱਖ ਮੰਤਰੀ ਸਾਹਿਬ ਨੇ ਮੇਰੇ ਤੇ ਇਤਵਾਰ ਕੀਤਾ, ਮੈਨੂੰ ਟਿਕਟ ਦਿੱਤੀ ਹੈ ਤੇ ਹੁਣ ਮੈਂ ਪਰਮਾਤਮਾ ਕਰੇ 4 ਜੂਨ ਜਿਹੜਾ ਰਿਜ਼ਲਟ ਆਵੇ ਮੈਂ MP ਬਣਾ। ਨਹੀਂ ਪਰ ਇੱਕ ਟੌਪ ਲੈਵਲ ਤਾਂ ਹੁੰਦਾ ਨਾ, ਬੰਦਾ ਕਹਿੰਦਾ ਜੀ ਤੁਸੀਂ ਆ ਹੀ ਗਏ ਮੈਦਾਨ ਦੇ ਵਿੱਚ ਤਾਂ ਫਿਰ ਕਿਉਂ ਨਾ ਟੌਪ ਲੈਵਲ ਤੱਕ ਜਾਏ। ਮੇਰਾ ਟੌਪ ਨਹੀਂ, ਮੈਂ ਤਾਂ ਇਹੀ ਬਣਨਾ ਚਾਹੁੰਦਾ ਵੀ ਮੈਂ ਚਾਹੇ ਮੰਤਰੀ ਵੀ ਨਾ ਬਣਾ ਪਰ ਮੈਂ MLA ਬਣ ਕੇ ਸੇਵਾ ਕਰਨਾ ਚਾਹੁੰਦਾ ਜਿਵੇਂ ਮੈਂਬਰ ਪਾਰਲੀਮੈਂਟ ਬਣ ਕੇ, ਮੇਰਾ ਕੋਈ ਇੱਦਾਂ ਦਾ ਸ਼ੌਂਕ ਨਹੀਂ। ਜੀ ਭਾਈ ਜੀ ਇੱਕ ਟੌਰ ਵੀ ਹੁੰਦੀ ਹੈ ਇੱਕ MLA ਦੀ, ਇੱਕ ਤੜ ਵੀ ਹੁੰਦੀ ਉਹਨਾਂ ਦੇ ਵਿੱਚ ਨਾ। ਐਕਚੁਅਲੀ ਕੀ ਹੈ ਜਦੋਂ MLA ਬਣੀ ਜ਼ਹਿਨ ਦੇ ਵਿੱਚ ਵੀ ਮੈਨੂੰ ਵੀ ਆਉਣੀ ਚਾਹੀਦੀ ਹੈ। ਮੈਂ ਸਟਾਰਟਿੰਗ ਦੇ ਵਿੱਚ ਕਿਹਾ ਸੀ ਕਿ ਤੁਸੀਂ ਬੜੇ ਹੱਥ ਜੋੜ ਕੇ ਪਿਆਰ ਨਾਲ ਗੱਲ ਕਰਦੇ ਹੋ, ਤੁਹਾਡੇ ਹਲਕੇ ਦੇ ਲੋਕਾਂ ਨਾਲ ਬਹੁਤ ਨਾਲ ਗੱਲ ਹੋਈ ਹੈ, ਇਹ ਕਿਤੇ ਨਾ ਕਿਤੇ ਤੁਹਾਡਾ ਵੀਕ ਪੁਆਇੰਟ ਵੀ ਕਈ ਥਾਵਾਂ ਤੇ ਮੈਨੂੰ ਮੇਰੇ ਵੰਗ ਪਰਸਨੈਲਿਟੀ ਨੂੰ ਵੀ ਪਸੰਦ ਕਰਦੇ ਆ ਲੋ। SHO ਨੂੰ ਫੋਨ ਗਿਆ ਹੋਵੇ ਇਧਰੋਂ MP MLA ਦਾ ਤਾਂ ਉੱਠ ਕੇ ਖੜਾ ਹੋ ਜਾਵੇ, ਇਹ ਆਮ ਤੌਰ ਲੋਕਾਂ ਦੀ ਧਾਰਨਾ। ਮੈਂ ਦੱਸਦਾ ਜੀ ਇਹ ਗੱਲ ਨਹੀਂ, ਜਿਹੜੇ ਸ਼ਰੀਫ ਲੋਕ ਹੈ ਲੋਕ ਉਹਨਾਂ ਦੇ ਕੰਮ ਕਰਦੇ ਆ, ਉਹਨਾਂ ਦਾ ਦੇਖਿਆ ਜਾਂਦਾ ਆ, ਬਾਕੀ ਕੋਈ ਗਲਤ ਕੰਮ ਤਾਂ ਨਹੀਂ ਕਰਾ ਰਿਹਾ। ਜੇ ਕੋਈ ਆਪਾਂ ਰੋਹ ਪਾ ਕੇ ਗਲਤ ਕੰਮ ਲਾਵਾਂਗੇ ਫਿਰ ਜਿਹੜੇ ਉਹ ਹੈ ਜਿਹਦੇ ਅੰਗੇਜਡ ਹੋਇਆ ਹੁੰਦਾ ਕੰਮ ਉਹ ਤੁਹਾਡਾ ਬਣਦਾ ਨਹੀਂ ਕਦੇ। ਮੈਂ ਦੱਸਦਾ ਜੀ ਮੇਰੇ ਜਦੋਂ ਸਰਪੰਚੀਆਂ ਇਲੈਕਸ਼ਨ ਹੋਈਆਂ ਮੇਰੇ ਅਤੇ 29 ਲੜਾਈਆਂ ਹੋਈਆਂ, 28 ਅਤੇ 29 ਮੈਨੂੰ ਫਿਗਰ ਯਾਦ ਹੈ, 29 ਲੜਾਈਆਂ ਹੋਈਆਂ ਅਤੇ 29 ਲੜਾਈਆਂ 'ਚ ਮੈਂ ਸਮਝੌਤਾ ਕਰਾਇਆ। ਉਹ ਕਦੇ ਕਿਤੇ ਗਵਾਈ ਜੀ ਸਾਹਿਬ ਕੋਲ ਚਲੇ ਜਾਣਾ, ਕਦੇ ਕਿਸੇ ਕੋਲ ਚਲੇ ਜਾਣਾ, ਵੀ ਮੈਨੂੰ ਕਈਆਂ ਦੇ ਅਫਸਰਾਂ ਟੈਲੀਫੋਨ ਆ ਜਾਂਦੇ ਯਾਰ ਇਨਕੀ MS ਸਾਹਿਬ FIR ਕਰੋ, ਮਾਂ ਮੈਂ FIR ਨਹੀਂ ਹੋਣੇ ਦਊਂਗਾ। ਮੈਂ ਜੇਲ੍ਹਾਂ 'ਚ ਇੱਕ ਬੈਰਕ 'ਚ 25-25 ਬੰਦੇ ਵਾੜੇ ਆ, ਜੇ ਮੈਂ FIR ਹੋਣ ਦੇ ਦਾਂ ਫਿਰ ਇਹ ਤਾਂ ਅਲਟੀਮੇਟ ਤਾਂ ਜੇਲ੍ਹ ਹੀ ਜਾਣਗੇ ਨਾ, ਵੀ ਜੇਲ੍ਹਾਂ ਜਗ੍ਹਾ ਨਹੀਂ। ਆਪਾਂ ਕੋਸ਼ਿਸ਼ ਕਰਾਂਗੇ ਵੀ ਆਪਾਂ ਵੀ ਇਹਨਾਂ ਦੀ FIR ਰੋਕੀ ਜਾਵੇ। ਮੈਂ ਤੁਹਾਨੂੰ ਦੱਸਦਾ ਇੱਕ ਮੇਰੇ ਕੋਲ ਤਜਰਬਾ, ਅਤੇ ਮੈਂ ਉਹਨਾਂ ਦੀ FIR ਨਹੀਂ ਹੋਣ ਦਿੱਤੀ। ਉਹ 2 ਮਹੀਨੇ ਕਦੇ 10 ਚਲੇ ਗਏ, ਕਦੇ 15 ਥਾਣੇ ਚਲੇ ਗਏ, ਕਦੇ IG ਕੋਲ ਮੈਂ ਚਲੇ ਗਏ, ਉਹਨਾਂ ਦੀ FIR ਨਹੀਂ ਹੁੰਦੀ। ਅਤੇ 4 ਕੁ ਮਹੀਨੇ ਬਾਅਦ ਜਦੋਂ ਉਹਨਾਂ ਦੀ FIR ਨਹੀਂ ਹੋਈ, ਜਦੋਂ ਮੈਂ ਪਿੰਡ ਗਿਆ ਉਹ ਮੰਜੇ 'ਤੇ ਦੋਨੋਂ ਬੈਠੇ, ਦੋਨੋਂ ਜਿਹੜੇ ਆਪਸ ਲੜਦੇ ਸੀ, ਉਹ ਜਦੋਂ ਮੰਜੇ 'ਤੇ ਬੈਠੇ ਤੇ ਮੈਨੂੰ ਬੜੀ ਖੁਸ਼ੀ ਹੋਈ, ਮੈਂ ਰੋਕ ਲਿਆ। ਮੈਂ ਯਾਰ ਜੇ ਮੈਂ ਥੋੜ੍ਹੇ ਦੇ FIR ਉਦੋਂ ਕਰਾ ਦਿੰਦਾ ਤੁਸੀਂ ਪੱਕੇ ਦੁਸ਼ਮਣ ਬਣ ਜਾਂਦੇ, ਵੀ ਅੱਜ ਤੁਸੀਂ ਇਕੱਠੇ ਬੈਠੇ ਮੈਨੂੰ ਬੜੀ ਗੱਲ ਦੀ ਖੁਸ਼ ਹੈ ਵੀ ਮੈਂ ਆਪਣਾ ਕੰਮ ਚੰਗਾ ਕੀਤਾ ਅਤੇ ਮੈਨੂੰ ਇੱਕ ਤਸੱਲੀ ਹੈ ਵੀ ਮੈਂ ਇਸ ਚੀਜ਼ 'ਚ ਨਾ ਪਾਵਾਂ, ਜੇ ਮੈਨੂੰ ਚੁਣਿਆ ਮੈਂ ਚੰਗੇ ਕੰਮ ਕਰਾਂ। ਕਈ ਵਾਰੀ ਆਪਦੇ ਵਰਕਰ ਪ੍ਰੈਸ਼ਰ ਪਾਉਂਦੇ ਆ, ਜੇ ਜਿਹੜੇ ਤੁਹਾਡੇ ਸਪੋਰਟਰ ਹੁੰਦੇ ਆ ਕਿ ਸਾਡੀ ਲੜਾਈ ਹੋ ਗਈ ਜੀ ਦੂਜਿਆਂ ਨੂੰ ਮਜ਼ਾ ਚਖਾਉਣਾ ਅਤੇ FIR ਕਰ, ਐਸੇ ਦਬਾਅ ਰਹਿੰਦੇ ਆ। ਇਹ ਕੁਛ ਟਾਈਮ ਲਈ ਜਦੋਂ ਲੜਾਈ ਹੁੰਦੀ ਹੈ ਨਾ 2-4 ਦਿਨ ਇੱਦਾਂ ਦੀ ਚੀਜ਼ ਹੁੰਦੀ ਹੈ, 2-4 ਦਿਨ ਹੁੰਦਾ ਅਤੇ 2-4 ਦਿਨ 'ਚ ਆਪਾਂ ਉਹ ਚੀਜ਼ ਹੈਂਡਲ ਕਰ ਲਈਏ ਤਾਂ ਉਹ ਨੋਰਮਲ ਆ ਜਾਂਦੀਆਂ ਨੇ। ਜਿਹਨਾਂ ਦੇ ਕੋਈ ਟਕਰਾਓ ਵੱਧ ਹੋਇਆ ਹੁੰਦਾ, ਜੇ ਤਾਂ ਬਹੁਤ ਜ਼ਿਆਦਾ ਹੋਇਆ ਹੋਵੇ, ਜੇ ਉਵੇਂ ਗਾਲਾਂ ਚੋਲੀ ਕਿਤੇ ਮੁੱਕਾ ਤੱਪੀ ਲਾਈ ਉਹਦੇ, ਉਹ ਤਾਂ 4 ਦਿਨ 'ਚ ਗੁੱਸਾ ਢਲ ਜਾਂਦਾ, ਉਹ ਫੈਸਲੇ 'ਤੇ ਆ ਜਾਂਦਾ। ਚਲੋ ਇੱਕ ਆਖਰੀ ਸਵਾਲ, ਥੋੜ੍ਹਾ ਜਿਹਾ ਪਰਸਨਲ। ਤੁਸੀਂ ਵੇਰਕਾ ਬੂਥ ਪਲਾਂਟ ਦਾ ਬਹੁਤ ਜ਼ਿਕਰ ਕੀਤਾ ਇਸ ਇੰਟਰਵਿਊ ਦੇ ਵਿੱਚ ਵੀ ਕਿ ਬਸੀ ਪਠਾਣਾ ਤੁਸੀਂ ਲੈ ਕੇ ਆਏ, ਪਰ ਮੈਨੂੰ ਯਾਦ ਹੈ ਕਿ ਜਿਸ ਦਿਨ ਉਸਦੀ ਇਨੈਗੋਰੇਸ਼ਨ ਸੀ ਉਸ ਦਿਨ ਅਨਫੋਰਚੁਨੇਟਲੀ ਤੁਹਾਡੇ ਫਾਦਰ ਸਾਹਿਬ ਦਾ ਡਿਮਾਈਸ, ਉਹਨਾਂ ਦਾ ਦੇਹਾਂਤ ਹੋਇਆ, ਜੇਕਰ ਸਾਂਝਾ ਕਰ ਸਕੋ ਉਸ ਦਿਨ ਕੀ ਹੋਇਆ, ਤੁਸੀਂ ਕਿੱਥੇ ਸੀ, ਸਵੇਰੇ ਤੁਹਾਨੂੰ ਕਦੋਂ ਆਪਣੇ ਪਿਤਾ ਬਾਰੇ ਪਤਾ ਲੱਗਿਆ, ਥੋੜ੍ਹਾ ਜਿਹਾ ਜੇਕਰ। ਮੈਂ ਆਪਣਾ ਉਦਣ ਸੀ ਜੀ ਆਪਣਾ ਸਾਡੇ ਨਾ ਚੀਫ ਮਿਨਿਸਟਰ ਸਾਹਿਬ ਨੇ ਆਉਣਾ ਸੀਗਾ ਰਾਤ ਨੂੰ 12 ਵਜੇ, ਮੇਰੇ ਫਾਦਰ ਸਾਹਿਬ ਦੀ ਤਬੀਅਤ ਜੀ ਖਰਾਬ ਹੋ ਗਈ, ਮੈਂ ਚਲਾ ਗਿਆ ਹੋਸਪਿਟਲ। ਉਹ ਮੈਨੂੰ ਦੇਖ ਕੇ ਘਬਰਾ ਗਏ, ਨਹੀਂ ਮੈਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸੀ, ਉਹ ਮੈਨੂੰ ਦੇਖ ਕੇ ਖੁਸ਼ ਹੋ ਗਏ, ਜਿਵੇਂ ਨਾ ਮੈਨੂੰ ਦੇਖ ਹੈਸੀਅਤ ਨਹੀਂ ਸੀ ਲੋਕ ਕਰਦੀ ਉਹਨਾਂ ਦੀ ਉੱਠਣਾ, ਪਹਿਲਾਂ ਤੋਂ ਉਹ ਮੇਰਾ ਮੇਰਾ ਚੌਕ ਕਰਦੇ ਵੀ ਮੇਰਾ ਪੁੱਤ ਯਾਰ MLA ਬਣਿਆ, ਉਹ ਮੇਰਾ ਹਮੇਸ਼ਾ ਚੌਕ ਕਰਦੇ, ਮੈਨੂੰ ਯਾਦ ਵੀ ਹੁੰਦੀ ਆਇਆ ਵੀ ਬੜੇ ਬੜੇ ਬੜਾ ਭਾਵੁਕ ਪਲ ਹੁੰਦੇ ਆ ਉਸਨੂੰ ਯਾਦ ਕਰਨਾ, ਹੈ ਨਾ, ਉਸ ਮੌਕੇ 'ਤੇ ਕੀ ਹੋਇਆ ਸੀ, ਕਿਵੇਂ ਉਹਨਾਂ ਨੇ ਤੁਸੀਂ
ਪੈਰਲਲ ਕਿਉਂਕਿ ਜ਼ਿੰਮੇਵਾਰੀਆਂ ਵੀ ਹੁੰਦੀਆਂ ਉਹਨੂੰ ਹੈਂਡਲ ਕਰਦੇ। ਮੇਰੇ ਫਾਦਰ ਮੇਰਾ ਬਹੁਤ ਚੱਕਰ ਚੌਕ ਕਰਦੇ ਸੀ, ਬਹੁਤ ਪਿਆਰ ਕਰਦੇ ਸੀ ਵੀ ਮੇਰਾ ਮੁੰਡਾ ਇੱਕ ਨੋਰਮਲ ਫੈਮਿਲੀ 'ਚੋਂ ਐਮਐਲਏ ਬਣਿਆ, ਅਤੇ ਬੜੀਆਂ ਗੱਲਾਂ ਹੋਈਆਂ। ਅਤੇ ਜਦੋਂ ਮੈਨੂੰ ਦੇਖ ਕੇ ਉੱਠੇ ਉਹਨਾਂ ਦੀ ਉਹਨਾਂ ਦੀ ਫੂਡ ਚੌਕ ਕਰ ਗਈ, ਉਹਨਾਂ ਦੀ ਫਿਰ ਉਦੋਂ 5-7 ਮਿੰਟ 'ਚ ਉਹਨਾਂ ਦੀ ਡੈਥ ਹੋ ਗਈ। ਡੈਥ ਹੋਣ ਤੋਂ ਬਾਅਦ ਅਤੇ ਉਹਨਾਂ ਦੀ ਨਾ ਬੋਡੀ, ਕਿਉਂਕਿ ਚੀਫ ਮਿਨਿਸਟਰ ਦਾ ਪ੍ਰੋਗਰਾਮ ਸੀ ਦੂਜੇ ਦਿਨ ਨੌਕਰੀ, ਤੁਹਾਨੂੰ ਪਤਾ ਕੈਪਟਨ ਅਮਰਿੰਦਰ ਦਾ ਚੀਫ ਮਿਨਿਸਟਰ ਦਾ ਪ੍ਰੋਗਰਾਮ ਬਹੁਤ ਘੱਟ ਬਣਦਾ, ਬੜਾ ਘੱਟ ਬਣਦਾ। ਅਤੇ ਫਿਰ ਮੈਂ ਕਿਹਾ ਯਾਰ ਜਦੋਂ ਚੀਫ ਮਿਨਿਸਟਰ ਨੇ ਆਉਣਾ ਕਿ ਮੈਂ ਵੱਡਾ 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 ਪ੍ਰੋਜੈਕਟ ਲੈ ਕੇ ਆ ਰਿਹਾ ਵੀ ਮੈਂ ਪ੍ਰੋਗਰਾਮ ਕੈਂਸਲ ਨਾ ਕਰਾਂ, ਅਤੇ ਮੈਂ ਫਿਰ ਜਿਹੜੀ ਬੋਡੀ ਉਹ ਮੋਰਚਰੀ 'ਚ ਰਖਵਾਈ ਬੋਡੀ ਮੋਰਚਰੀ 'ਚ ਰਖਾਈ। ਮੈਂ ਕਿਸੇ ਨੂੰ ਦੱਸਿਆ ਵੀ ਜੇ ਮੈਂ ਦੱਸਤਾ ਆਪਣੇ ਹਲਕੇ ਲੋਕਾਂ ਨੇ, ਉਦੋਂ ਮੈਂ ਐਮਐਲਏ ਸੀ, ਅਟੈਚਮੈਂਟ ਲੋਕਾਂ ਨੂੰ ਕਾਫੀ ਸੀ ਵੀ ਹਜ਼ਾਰਾਂ ਇੰਤਜ਼ਾਰ ਲੋਕ ਆ ਜਾਣੇ ਵੀ ਸਾਡਾ ਕਿਤੇ ਸੀ ਐਮ ਦਾ ਪ੍ਰੋਗਰਾਮ ਕੈਂਸਲ ਨਾ ਹੋ ਜਾਵੇ। ਅਤੇ ਮੈਨੂੰ ਜਦੋਂ ਬਾਅਦ 'ਚ ਚਲੋ ਪ੍ਰੋਗਰਾਮ ਆਪਾਂ ਕੀਤਾ ਬਾਅਦ 'ਚੋਂ, ਜਦੋਂ ਆਪਣਾ ਮੈਂ ਟੈਲੀਫੋਨ 'ਤੇ ਕੀਤਾ ਜਦੋਂ ਪ੍ਰੋਗਰਾਮ ਖਤਮ ਹੋਣ ਵਾਲਾ ਸੀਗਾ ਵੀ ਤੁਸੀਂ ਤਿਆਰੀ ਕਰ ਲਓ ਆਪਣਾ ਆਪਣੇ ਸੰਸਕਾਰ ਦੀ, ਵੀ 3 ਵਜੇ ਸੰਸਕਾਰ ਹੈ। ਜਦੋਂ ਮੈਂ ਸਟੇਜ 'ਤੇ ਆਪਣਾ ਸੀ ਐਮ ਸਾਹਿਬ ਬੋਲਣ ਲੱਗੇ ਅਤੇ ਉਹ ਟਾਈਮ ਹੋਈ ਜਾਂਦਾ ਵੀ ਤਿਆਰੀਆਂ ਵੀ ਕਰਨੀਆਂ ਸੀ, ਮੈਂ ਸੀ ਐਮ ਸਾਹਿਬ ਨੂੰ ਕਿਹਾ ਮੈਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ ਅੱਜ ਸਵੇਰੇ 5 ਵਜੇ, ਅਤੇ ਮੈਨੂੰ ਜੱਫੀ ਪਾ ਲਈ ਉਹਨਾਂ ਕੈਪਟਨ ਸਾਹਿਬ ਨੇ ਵੀ ਯਾਰ ਤੂੰ ਐਡਾ ਬੜਾ ਹੌਂਸਲਾ ਰੱਖਿਆ, ਵੀ ਹੌਂਸਲਾ ਰੱਖਿਆ ਵੀ ਪਹਿਲਾਂ ਤੁਸੀਂ ਕੰਮ ਵੇਖਿਆ, ਕਿਉਂਕਿ ਡਿਊਟੀ ਸਮਝੀ ਵੀ ਸਾਡਾ ਯਾਰ ਪ੍ਰੋਜੈਕਟ ਆ ਰਿਹਾ, ਕਿਉਂਕਿ ਮੈਂ ਬਸੀ ਦੇ ਲੋਕਾਂ ਨੂੰ ਵਾਅਦਾ ਕੀਤਾ ਜੀ ਮੈਂ ਕੋਈ ਨਾ ਕੋਈ ਇੱਥੇ ਇੰਡਸਟਰੀ ਲੈ ਕੇ ਆਵਾਂਗਾ। ਅਤੇ ਮੇਰਾ ਚਲੋ ਮੇਰੇ ਫਾਦਰ ਸਾਹਿਬ ਡੈਥ ਹੋਈ, ਪਰ ਮੇਰਾ ਇਹ ਸੀ ਵੀ ਇੱਕ ਮੈਨੂੰ ਇਹ ਸੀ ਵੀ ਯਾਰ ਮੈਂ ਕੁਛ ਨਾ ਕੁਛ ਤਾਂ ਆਪਣੇ ਹਲਕਿਆਂ ਨੂੰ ਦਿੱਤਾ, ਜਾਂ ਰੋਡ ਸੀਗੀਆਂ ਬਣਾਈਆਂ, ਮੇਰਾ ਕੰਮ ਸੀਗਾ ਵੀ ਜੇ ਮੇਰੇ ਕੋਲ ਚੱਲ ਕੇ ਆਵੇ ਕੋਈ ਮੈਂ ਉਹਦੇ ਲਈ ਕਰਾਂ, ਮੇਰੀ ਸ਼ੁਰੂ ਤੋਂ ਇੱਛਾ ਰਹੀ ਹੈ। ਚਾਹੇ ਮੇਰੀ ਜੇਬ ਮੇਰੀ ਵਾਈਫ ਕਈ ਵਾਰੀ ਮੈਨੂੰ ਕਹਿੰਦੀ ਸੀ, ਈਵਨ ਘਰ ਵੀ ਮੇਰੇ ਸਾਰੇ ਦੋਸਤ ਮੇਰੇ ਇੱਕ ਮਤਲਬ ਇਕਨੋਮਿਕਲੀ ਹਾਲਾਤ ਮੇਰੇ ਸਾਰੇ ਜਾਣਦੇ ਆ, ਅਤੇ ਜੇ ਮੇਰੇ ਕੋਲ ਘਰ 10,000 ਰੁਪਏ ਪਿਆ, ਜੇ ਕਿਸੇ ਨੇ ਕਹਿ ਦਿਆ ਯਾਰ ਮੈਨੂੰ ਮੇਰਾ ਕੋਈ PGI 'ਚ ਐਡਮਿਟ, ਮੇਰਾ 4 ਸੈਕਟਰ ਘਰ ਸੀਗਾ ਜਿਹੜੇ MLA ਫਲੈਟ ਸੀ ਉੱਥੇ ਬਣੇ ਸੀ, ਅਤੇ ਮੇਰੇ ਆ ਜਾਣਾ ਕਿਸੇ ਨੇ ਮੇਰੇ ਤੋਂ ਆਪਣਾ ਜੇ ਕੋਈ 10,000 ਤਾਂ ਮੇਰੀ ਕੋਸ਼ਿਸ਼ ਵੀ 8,000 ਇਹਨੂੰ ਦੇਵਾਂ ਇਲਾਜ ਲਈ, ਵੀ ਕੁਝ ਨਾ ਕੁਝ ਦੇਵਾਂ। ਮੈਂ ਸ਼ੁਰੂ ਤੋਂ ਹੀ ਅੱਜ ਜੋ ਬਣਿਆ ਨਾ ਜੀ ਇਹ ਮੈਂ ਲੋਕਾਂ ਦੀਆਂ ਦੁਆਵਾਂ ਕਰਕੇ, ਅਤੇ ਚਾਹੇ ਕਿਸੇ ਦੀ ਕੁਛ ਨਾ ਕੁਛ ਜੇ ਮੈਂ ਕੋਈ ਚੱਲ ਕੇ ਆਇਆ ਮੈਂ ਉਹਦੇ ਲਈ ਮਤਲਬ ਮੱਲਮ ਦਾ ਕੰਮ ਜ਼ਰੂਰ ਕੀਤਾ ਵੀ ਯਾਰ ਕੁਝ ਨਾ ਕੁਛ ਕਰਾਂ। ਚਲੋ ਅਸੀਂ ਮੈਂ ਫਿਰ ਵੀ ਇੱਕ ਛੋਟਾ ਜਿਹਾ, ਕਿਉਂਕਿ ਤੁਸੀਂ ਇਮੋਸ਼ਨਲ ਡੈਫੀਨੇਟਲੀ ਇਸ ਗੱਲ ਦੇ ਉੱਪਰ ਹੋਏ ਹੋ, ਉਹਨਾਂ ਦੀ ਕਮੀ ਪਰਿਵਾਰਕ ਤੌਰ 'ਤੇ ਤਾਂ ਲਾਜ਼ਮੀ ਤੌਰ 'ਤੇ ਤੁਸੀਂ ਮਹਿਸੂਸ ਕਰ ਰਹੇ ਹੋਵੋਗੇ, ਕਿ ਸਿਆਸੀ ਵੀ ਤੌਰ 'ਤੇ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਆਪਣਾ ਸਿਆਸੀ ਤੌਰ 'ਤੇ ਗੁਰੂ ਕਿਸ ਨੂੰ ਮੰਨਦੇ? ਸਿਆਸੀ ਤੌਰ 'ਤੇ ਐਕਚੁਅਲੀ ਕੀ ਆ ਜੀ, ਪਹਿਲਾਂ ਸਰ ਬੇਅੰਤ ਸਿੰਘ ਜਦੋਂ ਚੀਫ ਮਿਨਿਸਟਰ ਸੀ ਨਾ, ਉਹਨਾਂ ਦਾ ਕੰਮ ਮੈਨੂੰ ਬੜਾ ਪਸੰਦ ਸੀਗਾ, ਉਹਨਾਂ ਦਾ ਕੰਮ ਪਸੰਦ ਸੀ ਕਿਉਂਕਿ ਉਹ ਬੜਾ ਵਧੀਆ, ਉਹਨਾਂ ਨੇ ਬੜੀ ਲੜਾਈ ਲੜੀ ਆ ਅਤੇ ਉਹਨਾਂ ਦਾ ਬੜਾ ਵਧੀਆ। ਜੇ ਉਹਨਾਂ ਤੋਂ ਬਾਅਦ ਮੈਂ ਅੱਜ ਕਿਸੇ ਨੂੰ ਪਸੰਦ ਕਰ ਰਿਹਾ, ਸਹੀ ਮਿਹਨਤ 'ਚ ਭਗਵੰਤ ਮਾਨ ਜੀ ਨੂੰ ਪਸੰਦ ਕਰਦਾ, ਕਿਉਂਕਿ ਉਹ ਲੋਕਾਂ 'ਚ ਰਹਿੰਦੇ ਆ, ਕਦੇ ਉਹ ਫਰਕ ਨਹੀਂ ਰੱਖਦੇ, ਮਤਲਬ ਗਰੀਬ ਨੂੰ ਵੀ ਜੱਫੀ ਪਾਉਂਦੇ ਆ। ਜਦੋਂ ਆਪਾਂ ਰੋਡ ਸ਼ੋਅ ਵੀ ਦੇਖਿਆ, ਉਹਨਾਂ ਨੇ ਗਰੀਬ ਬੰਦੇ ਨੂੰ ਬੁਲਾ ਕੇ ਬੁੱਕਲ 'ਚ ਲਿਆ, ਅਤੇ ਜਦੋਂ ਗਰੀਬ ਨੂੰ ਆਪਾਂ ਬੁੱਕਲ 'ਚ ਲੈਂਦੇ ਹਾਂ ਨਾ, ਉਹ ਤਾਂ ਕਿਤੇ ਨਾ ਕਿਤੇ ਜਿਗਰਾ ਯਾਰ ਕਹਿੰਦਾ ਵੀ ਸਾਨੂੰ ਕਦੇ ਮੁੱਖ ਮੰਤਰੀ ਨੇ ਜੱਫੀ ਨਹੀਂ ਪਾਈ, ਅਤੇ ਉਹ ਗੱਲ ਬੜੀ ਵੱਡੀ ਮੈਨੂੰ ਵੀ ਲੱਗਦਾ ਯਾਰ, ਜਿਹੜਾ ਬੰਦਾ ਗਰੀਬ ਲੋਕਾਂ ਦਾ ਕੰਮ ਕਰਦਾ, ਚਾਹੇ ਉਹ ਕਿਸਾਨ ਹੋਣ, ਆਪਾਂ ਕਹਿੰਦੇ ਨਾ ਕਈ ਵਾਰੀ ਆਪਾਂ ਲੋਕਾਂ ਨੂੰ ਹੁੰਦਾ ਵੀ ਯਾਰ ਕਿਸਾਨ ਪੰਜਾਬ ਦਾ ਕਿਸਾਨ ਬਹੁਤ ਅਮੀਰ ਹੈ, ਜਿਹੜੇ ਲੋਕ ਕੋਈ UP ਬੈਠਾ, ਕੋਈ ਬਿਹਾਰ ਬੈਠਾ ਜਾਂ ਦਿੱਲੀ ਬੈਠਾ, ਉਹਨਾਂ ਨੂੰ ਲੱਗ ਰਿਹਾ ਵੀ ਜਿਹੜੇ ਜ਼ਿਮੀਂਦਾਰ ਵਾਕੇ ਬੜੇ ਬਹੁਤ ਅਮੀਰ ਆਦਮੀ ਹੁੰਦੇ। ਜਦੋਂ ਆਪਾਂ ਗ੍ਰਾਸ ਰੂਟ 'ਤੇ ਰਹਿੰਦੇ ਹਾਂ ਜਾਂ ਪਿੰਡਾਂ ਜਾਂਦੇ ਆਪਾਂ ਲੱਗਦਾ ਯਾਰ ਜੱਟ ਦੀ ਵੀ ਬੜੀ ਹਾਲਤ ਮਾੜੀ ਹੈ, ਸਾਡੇ ਜਿਹੜੇ ਹਿੰਦੂ ਭਰਾ ਉਹਨਾਂ ਦੀ ਹਾਲਤ ਮਾੜੀ ਹੈ, ਵੀ ਵਾਕਈ ਇਹਨਾਂ ਜਿਹੜਾ ਜ਼ੀਰੋ ਮਿਲਿਆ ਜੋ ਇਹਨੂੰ ਬੈਨੀਫਿਟ ਮਿਲ ਰਿਹਾ ਇਹ ਵਾਕਈ
ਅੱਛਾ ਜੀ ਬੀ ਜੀ, ਤੁਹਾਨੂੰ ਲੱਗਦਾ ਵੀ ਕਿਸੇ ਵੇਲੇ ਸਿਆਸਤ ਐਂ ਹੁੰਦੀ ਸੀ ਵੀ ਦਬੰਗ ਲੀਡਰ, ਜੇ ਲੀਡਰ ਹੈ ਤਾਂ ਲੀਡਰ ਵੱਖਰਾ ਹੀ ਨਜ਼ਰ ਆਊਗਾ, ਪਰ ਅੱਜ ਉਹ ਟਾਈਮ ਨਹੀਂ ਰਿਹਾ। ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ, ਲੋਕ ਆਪਣੀ ਗੱਲ ਖੁੱਲ੍ਹ ਕੇ ਕਹਿੰਦੇ ਆ, ਉਹਨਾਂ ਨੂੰ ਐਂ ਆ ਵੀ ਜੇ ਲੀਡਰ ਹੈ ਤਾਂ ਉਹ ਵੀ ਸਾਡੇ 'ਚ ਸਾਡੇ ਯਾਰਾਂ ਦੋਸਤਾਂ ਵਾਂਗੂ ਖੜ੍ਹ ਕੇ ਗੱਲ ਕਰ ਰਿਹਾ ਹੋਵੇ। ਇਹ ਗੱਲ ਹੈ ਵੀ ਅੱਜ ਦਬੰਗ ਦੀ ਲੋੜ ਨਹੀਂ ਜੀ, ਅੱਜ ਦਲੇਰ ਦੀ ਲੋੜ ਨਹੀਂ। ਅੱਜ ਲੀਡਰ ਸਹੀ ਮੈਨੇਜ ਕੰਮ ਕਰਨ ਵਾਲਾ ਚਾਹੀਦਾ, ਚਾਹੇ ਉਹਦਾ ਜਿਹੜਾ ਰਵੱਈਆ, ਜਿਹੜਾ ਰਵੱਈਆ ਲੋਕਾਂ 'ਚ ਜਿਹੜਾ ਰਵੱਈਆ ਨਾ, ਜਿਹੜਾ ਸੌਫਟ ਹੈ, ਉਹ ਤੁਹਾਨੂੰ ਕਦੇ ਨਾ ਕਦੇ ਕਿਤੇ ਅੱਗੇ ਲਿਆਉਂਦਾ ਯਾਰ। ਚੰਗਾ ਬੰਦਾ ਕਮਜ਼ੋਰੀ ਨਹੀਂ ਆ, ਉਹ ਕਮਜ਼ੋਰੀ ਨਹੀਂ ਉਹਦਾ ਚੰਗਾ, ਇਹ ਨਹੀਂ ਵੀ ਬੰਦਾ ਦਬੰਗ ਹੈ ਜਾਂ ਕੋਈ ਬਦਮਾਸ਼ੀ ਕਰਦਾ ਤਾਂ ਜਾਂ ਕਿਸੇ ਨੂੰ ਅਫਸਰ ਨੂੰ ਕਹਿੰਦਾ ਤੂੰ ਕੋਈ ਡਰਾ ਰਿਹਾ ਜਾਂ ਕੋਈ ਧਮਕਾ, ਇਹ ਗੱਲਾਂ ਨਹੀਂ ਚਾਹੀਦੀਆਂ। ਜਦੋਂ ਅਫਸਰ ਤੁਹਾਡੇ ਜਦੋਂ ਤੁਸੀਂ ਸੌਫਟ ਸਪੋਕਨ ਬੋਲਦੇ ਹੋ ਤਾਂ ਜਿਹੜਾ ਅਫਸਰ ਹੈ ਤੁਹਾਡਾ ਕੰਮ ਕਰਨ ਨੂੰ ਜੀ ਕਰਦਾ। ਮੈਂ ਓਪੋਜੀਸ਼ਨ 'ਚ ਰਿਹਾ ਚਾਹੇ 2 ਸਾਲ ਦੇ ਵਿੱਚ, ਪਰ ਮੈਨੂੰ ਕਿਤੇ IAS ਨਾ, ਕਦੇ IPS ਨਾ, ਕਦੇ ਜਾਂ ਕੋਈ ਜਿਹੜੇ SDM ਸੀ ਦੂਜੇ, ਮੈਨੂੰ ਕਦੇ ਮਨਾ ਨਹੀਂ ਕੀਤਾ। ਮੈਂ ਹਮੇਸ਼ਾ ਹੀ, ਮੈਨੂੰ ਉਹਨਾਂ ਨੇ ਕੰਮ ਕੀਤਾ, ਹਮੇਸ਼ਾ ਹੀ ਵੈਲਕਮ ਕੀਤਾ, ਚਾਹੇ ਮੈਂ ਓਪੋਜੀਸ਼ਨ ਸੀਗਾ। ਮੈਨੂੰ ਹਮੇਸ਼ਾ ਹੀ ਉਹਨਾਂ ਨੇ ਕੀ ਹੈ ਵੀ ਜਦੋਂ ਆਪਾਂ ਸੌਫਟ ਬੋਲਾਂਗੇ ਜਾਂ ਕਿਸੇ ਨੂੰ ਰੋਹਬ ਨਾਲ ਬੋਲਾਂਗੇ, ਉਹ ਚੀਜ਼ ਦਾ ਕਿਸੇ ਨਾਲ ਮਹਿਸੂਸ ਕਰਨਾ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਅਸੀਂ ਬਹੁਤ ਸਾਰੇ ਸਵਾਲ ਕੀਤੇ ਨੇ ਔਰ ਲਾਜ਼ਮੀ ਤੌਰ 'ਤੇ ਤੁਸੀਂ ਜਿਹੜੇ ਜਵਾਬ ਦਿੱਤੇ ਨੇ ਤੁਹਾਡੇ ਵੋਟਰਾਂ ਤੱਕ ਵੀ ਜ਼ਰੂਰ ਪਹੁੰਚਣਗੇ, ਕਿਉਂਕਿ ਜਿਵੇਂ ਅਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਲੋਕ ਸਭਾ ਹਲਕਾ ਬਹੁਤ ਵੱਡਾ ਹੈ, ਤੁਸੀਂ ਬਸੀ ਪਠਾਣਾ ਸੀ, ਹੁਣ ਬਸੀ ਪਠਾਣਾ ਤੋਂ ਦੂਰ ਰਾਏਕੋਟ ਤੱਕ, ਜੇ ਮੈਂ ਗਲਤ ਨਹੀਂ ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਆਉਂਦਾ, ਬਹੁਤ ਵੱਡਾ ਹਲਕਾ ਫਤਿਹਗੜ੍ਹ ਸਾਹਿਬ ਦਾ। ਚਲੋ ਸ਼ੁਭਕਾਮਨਾਵਾਂ ਸਾਡੇ ਵੱਲੋਂ। ਮੈਂ ਤੁਹਾਨੂੰ ਦੱਸਾਂ ਹੀ ਹਲੇ, ਮੈਂ ਨਾ ਇੱਕ ਦਿਨ ਮੇਰਾ ਕਿਹਾ ਮੈਂ ਯਾਰ ਕਿਸੇ ਸਵੇਰੇ ਉੱਠ ਕੇ ਸਾਰੇ ਹਲਕਿਆਂ ਜਾ ਕੇ ਆਉਣਾ। ਮੇਰਾ ਇੱਕ ਦਿਨ ਵੀ ਮੈਂ ਸਵੇਰੇ 8 ਵਜੇ ਨਿਕਲਿਆ, ਪਹਿਲਾਂ ਮੈਂ ਫਤਿਹਗੜ੍ਹ ਗਿਆ, ਫਤਿਹਗੜ੍ਹ ਤੋਂ ਮੈਂ ਗਿਆ ਖਮਾਣੋ, ਖਮਾਣੋ ਤੋਂ ਬਾਅਦ ਗਿਆ ਮੈਂ ਸਮਰਾਲੇ, ਸਮਰਾਲੇ ਤੋਂ ਮੈਂ ਗਿਆ ਕੁਹਾੜੇ ਜੀ, ਕੁਹਾੜੇ ਤੋਂ ਮੈਂ ਗਿਆ ਸਾਹਨੇਆਲ, ਸਾਹਨੇਆਲ ਤੋਂ ਮੈਂ ਗਿਆ ਪਾਇਲ, ਪਾਇਲ ਤੋਂ ਗਿਆ ਮੈਂ ਆਪਣਾ ਅਮਰਗੜ੍ਹ ਅਤੇ ਰਾਏਕੋਟ, ਰਾਏਕੋਟ ਤੋਂ ਬਾਅਦ ਆਇਆ ਮੈਂ ਦੁਬਾਰੇ ਖੰਨੇ, ਖੰਨੇ ਆਇਆ, ਖੰਨੇ ਤੋਂ ਮੈਂ ਫਤਿਹਗੜ੍ਹ ਆਇਆ। ਮਤਲਬ 9 ਹਲਕੇ 'ਚ ਮੈਂ ਜਾ ਆਇਆ ਇੱਕ ਦਿਨ, ਵੀ ਮੇਰੀ ਕੋਸ਼ਿਸ਼ ਹੈ, ਮੇਰੀ ਕੋਸ਼ਿਸ਼ ਇਹ ਜ਼ਰੂਰ ਹੈ ਵੀ ਲੋਕ ਜਦੋਂ ਇਹ ਮੈਂਬਰ ਪਾਰਲੀਮੈਂਟ ਬਣਦੇ, ਮੇਰੀ ਇਹ ਹੈ ਵੀ ਮੈਂ ਇਹ ਕਰਾਂਗਾ। ਲੋਕ ਜਦੋਂ ਇਹ ਕਹਿੰਦੇ ਆ ਮੈਂਬਰ ਪਾਰਲੀਮੈਂਟ ਨੂੰ, ਇਹ ਕਹਿੰਦੇ ਯਾਰ MP ਬਣ ਗਿਆ ਵੀ ਸਾਡੇ ਪਿੰਡ 'ਚ ਨਹੀਂ ਆਇਆ, ਅਤੇ ਮੈਨੂੰ ਇਹ ਗੱਲ ਦਾ ਬੜਾ ਮਹਿਸੂਸ ਹੁੰਦਾ। ਮੈਂ ਉਹਨਾਂ ਨੂੰ ਕਿਹਾ ਵੀ 1380 ਸਾਡੇ ਜਿਹੜੇ ਵਾਰਡ ਅਤੇ ਵਿਲੇਜ ਪੈਂਦੇ ਆ, ਅਤੇ ਮੈਂ ਇੱਕ ਇੱਕ ਵਾਰ ਸਾਰੇ ਟੱਚ ਕਰਨਾ ਮੈਂਬਰ ਪਾਰਲੀਮੈਂਟ ਤੋਂ ਬਣਨ ਤੋਂ ਬਾਅਦ ਵੀ, ਕਿਉਂਕਿ ਜੇ ਜਾਊਗੇ ਤਾਂ ਹੀ ਆਪਾਂ ਰਹਾਂਗੇ ਪਬਲਿਕ ਰਹਾਂਗੇ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੁਸੀਂ ਟਾਈਮ ਕੱਢਿਆ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪੂਰੀ ਕੈਂਪੇਨ ਦੇ ਦੌਰਾਨ ਤਾਂ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਸਵਾਲ ਜਵਾਬ ਕਰ ਸਕੀਏ, ਔਰ ਨਿਊਜ਼ ਰੂਮ ਕਟਹਿਰਾ ਦੇ ਵਿੱਚ ਇਸ ਸਵਾਲ ਜਵਾਬ ਦਾ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਫਿਲਹਾਲ ਇਸ ਖਾਸ ਪੇਸ਼ਕਸ਼ 'ਚ ਨਹੀਂ, ਧੰਨਵਾਦ।